ਸਰਕਾਰ ਨੇ। ਹੁਣ ਇਸ ਤੋਂ ਪਹਿਲਾਂ ਕਿ ਆਪਾਂ ਅਗਲੇ ਮੁੱਦੇ ਵੱਲ ਆਈਏ, ਅਗਲਾ ਮੁੱਦਾ ਜੋ ਸਾਡਾ ਹੈ ਉਹ ਹੈ ਕਿ ਅੱਜ ਜੋ ਸਾਡਾ ਪੰਜਾਬੀ ਮੀਡੀਆ ਖਾਸ ਕਰਕੇ ਉਹਦਾ ਅੱਜ ਦੇ ਦੌਰ ਦੇ ਵਿੱਚ ਕੀ ਕਿਰਦਾਰ ਹੋਣਾ ਚਾਹੀਦਾ, ਖਾਸ ਕਰਕੇ ਜਿਸ ਵੇਲੇ ਕਿਸੇ ਵਿਅਕਤੀ ਨੂੰ ਫਰੇਮ ਕੀਤਾ ਜਾਵੇ, ਉਹਦਾ ਚਰਿੱਤਰ ਘਾਤ ਕੀਤਾ ਜਾਵੇ, ਜਿਵੇਂ ਕਿ ਸੰਤ ਰਣਜੀਤ ਸਿੰਘ ਢੱਡਰੀਆ ਵਾਲੇ ਜਿਹੜੇ ਕਿ ਸਾਡੇ ਪੈਟਰਨ ਹਨ ਸੰਗਤ ਟੈਲੀਵਿਜ਼ਨ ਦੇ, ਜਿਹੜੇ ਕਿ ਪੰਥ ਦੇ ਅਣਥਕ ਸੇਵਾਦਾਰ ਹਨ, ਜਿਨ੍ਹਾਂ ਨੇ ਕਿ ਆਪਣਾ ਜੀਵਨ ਸਮਰਪਿਤ ਕੀਤਾ ਹੋਇਆ ਹੈ ਪੰਥਕ ਸੇਵਾ ਵਾਸਤੇ, ਉਹਨਾਂ ਦੇ ਨਾਲ ਹੋਇਆ, ਉਹਦੇ ਬਾਰੇ ਅੱਜ ਸਾਡੇ ਮੀਡੀਆ ਦਾ ਕੀ ਰੋਲ ਹੈ ਤੇ ਸੰਗਤਾਂ ਦਾ ਕੀ ਰੋਲ ਹੈ, ਉਸ ਤੇ ਵਿਚਾਰ ਕਰਨ ਤੋਂ ਪਹਿਲਾਂ ਜੋ 10 ਜੂਨ ਦਾ ਮੁਜ਼ਾਹਰਾ ਭਾਈ ਸਾਹਿਬ ਉਹਨਾਂ ਨੇ ਵਿਚਾਰ ਦੇਣੇ, ਭਾਈ ਅਮਰੀਕ ਸਿੰਘ ਹੋਣੀ ਇਹਨਾਂ ਨੇ ਕੋਈ ਆਪਣੇ ਵੱਲੋਂ ਐਲਾਨ ਬੇਨਤੀ ਵੀ ਕਰਨੀ ਹੈ। ਭਾਈ ਸਾਹਿਬ ਜੀ ਬੇਨਤੀ ਦੇ ਸਭ ਇਹ ਆ ਕਿ ਮੈਂ ਸਰ ਪੈਰ ਹੀ ਕਰਨਾ ਸੀਗਾ ਕਿ ਇਹ ਜਿਹੜਾ ਮੁਜ਼ਾਹਰਾ ਆਇਆ ਉਹ ਤਕਰੀਬਨ ਹੁਣ ਇੰਗਲੈਂਡ ਦਾ ਮੁਜ਼ਾਹਰਾ ਨਹੀਂ ਰਹਿ ਗਿਆ, ਇਹ ਤਕਰੀਬਨ ਵਰਲਡ ਦੇ ਵਿੱਚੋਂ ਇੱਕ ਨੋਨ ਜਿੱਦਾਂ ਸਾਡਾ ਇਕੱਠ ਆ ਵਰਲਡ ਦੇ ਵਿੱਚੋਂ, ਜਦੋਂ ਪਿੱਛੇ ਆਪਾਂ ਵਰਲਡ ਦੀ ਸਾਰੇ ਇਕੱਠ ਜਿਹੜੇ ਹੁਣ ਤੱਕ ਦੇ ਨਾ ਸਾਰੇ ਮੁਲਕਾਂ 'ਚ ਇਨਕਲੂਡਿੰਗ ਇੰਡੀਆ, ਏਡਾ ਵੱਡਾ ਇਕੱਠ ਕਿਤੇ ਵੀ ਵਰਲਡ ਵਿੱਚ ਨਹੀਂ ਹੁੰਦਾ। ਅਮਰੀਕਾ ਕਨੇਡਾ ਦੇ ਜਿਹੜੇ ਹੈਗੇ ਆ ਇਕੱਠ, ਉਹਨਾਂ ਬੰਦਿਆਂ ਨੇ ਖੁਦ ਸਾਨੂੰ ਈਮੇਲ ਭੇਜੀ ਆ ਤੇ ਵਰਲਡ ਦੇ ਵਿੱਚੋਂ ਇਸ ਵੇਲੇ ਜਿਹੜਾ ਬਹੁਤ ਭਾਈ ਸਾਹਿਬ ਉਹਨਾਂ ਨੇ ਸਪਸ਼ਟ ਕੀਤਾ ਕਿ 10 ਜੂਨ ਦਾ ਜਿਹੜਾ ਮੁਜ਼ਾਹਰਾ ਉਹਦਾ ਕਿੰਨਾ ਮਹੱਤਵ ਆ ਸਾਡੇ ਵਾਸਤੇ, ਕਿੰਨੀ ਅਹਿਮੀਅਤ ਆ, ਤੇ ਅਸੀਂ ਪੰਥਕ ਏਕੇ ਦਾ ਸਬੂਤ ਦੇਣਾ। ਮੈਂ ਬੇਨਤੀ ਕਰਾਂ ਕਿ ਕੁਝ ਸੈਂਟੀਮੈਂਟਸ, ਕੁਝ ਭਾਵਨਾਵਾਂ ਜ਼ਰੂਰ ਜ਼ਖਮੀ ਹੋਈਆਂ ਨੇ, ਜਿਹੜੀ ਸਾਡੀ ਪਹਿਲਾਂ ਗੱਲਬਾਤ ਚੱਲਦੀ ਸੀ ਭਾਈ ਸਾਹਿਬ ਭਾਈ ਜਸਵੀਰ ਸਿੰਘ ਹੋਣਾ ਬਾਰੇ, ਜਾਂ ਬਾਬਾ ਹਰਨਾਮ ਸਿੰਘ ਸੁੰਮਾ ਜਾਂ ਹੋਰ ਜਿਹੜੇ ਕਿ ਅੱਜ ਜਿਨ੍ਹਾਂ ਨੇ ਆਪਣਾ ਸਟੈਂਡ ਬਦਲਿਆ, ਅੱਜ ਰਾਜਨੀਤਿਕ ਸਟੈਂਡ ਲੈ ਲਿਆ, ਕੱਲ ਤੱਕ ਉਹ ਖਾਲਿਸਤਾਨੀ ਧਿਰਾਂ ਦੇ ਨਾਲ ਖੜੇ ਸੀਗੇ। ਇਹ ਵਿਚਾਰ ਕਿਸੇ ਵੀ ਵਿਅਕਤੀ ਦੇ ਆਪਣੇ ਨਿੱਜੀ ਹਨ, ਇਹਦੇ ਨਾਲ ਸੰਗਤ ਟੀਵੀ ਦਾ ਕੋਈ ਵਾਸਤਾ ਨਹੀਂ। ਹਾਂ, ਜਦੋਂ ਅਸੀਂ ਗੱਲ ਕਰਦੇ ਹਾਂ ਸਿਦਕ ਦਿਲੀ ਦੀ, ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਦੀ ਗੱਲ ਕਰਦੇ ਹਾਂ, ਉਸ ਵੇਲੇ ਇਹ ਜ਼ਰੂਰ ਆਉਂਦਾ ਕਿ ਜਿਨ੍ਹਾਂ ਸ਼ਖਸੀਅਤਾਂ ਤੋਂ ਸਾਨੂੰ ਬਹੁਤ ਜ਼ਿਆਦਾ ਐਕਸਪੈਕਟੇਸ਼ਨ ਕਈ ਵਾਰੀ ਹੁੰਦੀਆਂ, ਜਿਵੇਂ ਭਾਈ ਸਾਹਿਬ ਸਤਵਿੰਦਰ ਸਿੰਘ ਨੇ ਕਹਿ ਗਏ ਨੇ ਕਿ ਸਾਡੇ ਲੀਡਰਾਂ ਤੋਂ, ਚਾਹੇ ਇਹ ਸਾਡੇ ਲੀਡਰ ਸਾਡੇ ਕੋਲ ਬੈਠੇ ਨੇ ਚਾਹੇ ਪੰਜਾਬ ਵਿੱਚ ਨੇ, ਅੱਜ ਉਹਨਾਂ ਤੇ ਸਾਡਾ ਬਹੁਤ ਕੁਝ ਮਨਸਰ ਆ। ਜੇ ਇੱਕ ਆਗੂ ਖੜ ਜਾਵੇ ਇਹਦੇ ਨਾਲ ਸਾਰੀ ਕੌਮ ਖੜ ਜਾਂਦੀ ਹੈ, ਜੇ ਇੱਕ ਆਗੂ ਆਪਣੇ ਕਦਮਾਂ ਤੋਂ ਖਿੜ ਜਾਵੇ ਖਿੜਕ ਜਾਵੇ ਤਾਂ ਉਹਦੇ ਨਾਲ ਕਈ ਵਾਰੀ ਕੌਮ ਨੈਗੇਟਿਵ ਅਸਰ ਪੈਂਦੇ ਨੇ। ਸੋ ਹੁਣ ਅਗਲਾ ਜੋ ਸਾਡਾ ਮੁੱਦਾ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹਨਾਂ ਦੇ ਨਾਲ ਜਿਹਨਾਂ ਦਾ ਚਰਿੱਤਰ ਘਾਤ ਹੋਇਆ, ਜਿਹਨਾਂ ਤੇ ਬਹੁਤ ਵੱਡੇ ਇਲਜ਼ਾਮ ਲਗਾਏ ਗਏ ਨੇ, ਅਤੇ ਉਹ ਸ਼ਖਸੀਅਤ ਆ ਜਿਹਨਾਂ ਨੇ ਕਿ ਆਪਣਾ ਜੀਵਨ ਪੰਥਕ ਸੇਵਾ ਦੇ ਵਿੱਚ ਸਮਰਪਿਤ ਕੀਤਾ ਹੋਇਆ। ਸੋ ਭਾਈ ਜੋਗਰ ਸਿੰਘ ਨੂੰ ਅਸੀਂ ਪੁੱਛਦੇ ਹਾਂ, ਭਾਈ ਸਾਹਿਬ ਜੀ ਬੇਨਤੀ ਇਸ ਤਰ੍ਹਾਂ ਕਿ ਜਦੋਂ ਗੱਲ ਮੀਡੀਆ ਦੀ ਆਉਂਦੀ, ਮੀਡੀਆ ਦੇ ਫਰਜ਼ ਦੀ ਗੱਲ ਆਉਂਦੀ, ਕਿ ਠੀਕ ਹੈ ਕਿ ਮੀਡੀਆ ਨੇ ਸਾਰੇ ਵਿਊ ਲੈਣੇ ਹੁੰਦੇ ਨੇ, ਆਪਾਂ ਵੀ ਲਏ ਆ, ਉਹਦੇ ਵਿੱਚ ਕਈਆਂ ਨੂੰ ਕੋਈ ਗੱਲ ਚੰਗੀ ਲੱਗਦੀ, ਕਿਸੇ ਨੂੰ ਬੁਰੀ ਲੱਗਦੀ, ਪਰ ਇੱਕ ਉਹਦੇ ਨਾਲ ਅਨੁਸ਼ਾਸਨ ਹੁੰਦਾ ਸਾਡੇ ਤੇ, ਅਸੀਂ ਧਰਮੀ ਲੋਕ ਹਾਂ, ਅਸੀਂ ਸੱਚ ਦੀ ਗੱਲ ਕਰਨੀ, ਅਸੀਂ ਕਦੇ ਝੂਠ ਦਾ ਸਾਥ ਨਹੀਂ ਦੇਣਾ। ਸੋ ਜਦੋਂ ਆਪਾਂ ਗੱਲ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਉਹਨਾਂ ਤੇ ਜੋ ਇਲਜ਼ਾਮ ਲੱਗੇ ਨੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ, ਉਹਨਾਂ ਦੀ ਗੱਲ ਕਰਦੇ ਹਾਂ ਕਿ ਇੱਕ ਵਿਅਕਤੀ ਨੇ ਆਪਣਾ ਜੀਵਨ ਸਾਰ ਦਿੱਤਾ ਹੋਇਆ ਪੰਥ ਵਾਸਤੇ, ਤੇ ਉਹਨਾਂ ਤੇ ਇੰਨੀ ਘਟੀਆ ਦੁਸ਼ਣਬਾਜ਼ੀ ਹੋਈ ਹੈ, ਤੇ ਉਹਨੂੰ ਮੀਡੀਆ ਵਿੱਚ ਇਸ ਕਦਰ ਦੇ ਨਾਲ ਕਈ ਵਾਰੀ ਉਛਾਲਿਆ ਗਿਆ ਕਿ ਉਹਦੇ ਨਾਲ ਬਹੁਤ ਸਾਰੀਆਂ ਸਿੱਖ ਸੰਗਤਾਂ ਦੇ ਜੋ ਦਿਲ ਜ਼ਖਮੀ ਹੋਏ ਨੇ, ਤੇ ਬੜਾ ਨੈਗੇਟਿਵ ਮੈਸੇਜ ਗਿਆ ਸਿੱਖ ਪ੍ਰਚਾਰਕਾਂ, ਸਾਰੇ ਸਿੱਖ ਪ੍ਰਚਾਰਕਾਂ ਨੂੰ ਢਾ ਲੱਗੇ, ਤੁਸੀਂ ਕੀ ਕਹੋ ਜੀ? ਬੜਾ ਔਖਾ ਸਵਾਲ ਹੈ, ਮਸਲਾ ਵੀ ਬੜਾ ਪੇਚੀਦਾ ਹੈ ਜੀ। ਮੈਂ ਇਹ ਤਾਂ ਗੱਲ ਮੰਨਦਾ ਕਿ ਮੀਡੀਆ ਦੀ ਜ਼ਿੰਮੇਵਾਰੀ ਬਣਦੀ ਆ ਸੱਚ ਸਾਹਮਣੇ ਲੈ ਕੇ ਆਉਣੀ, ਪਰ ਉਹ ਖੋਜ ਤੋਂ ਬਾਅਦ, ਉਹਦੀ ਪੂਰੀ ਪੜਤਾਲ ਤੋਂ ਬਾਅਦ, ਤੇ ਜੇ ਸੱਚ ਹੋਵੇ ਤਾਂ ਫਿਰ ਮੀਡੀਆ ਨੂੰ, ਮੀਡੀਆ ਦੀ ਡਿਊਟੀ ਬਣਦੀ ਹੈ ਤੇ ਮੀਡੀਆ ਇਸੇ ਕੰਮ ਲਈ ਹੁੰਦਾ, ਪਰ ਜਿੰਨਾ ਚਿਰ ਉਸ ਗੱਲ ਦੀ ਅਸਲੀਅਤ ਦਾ ਨਹੀਂ ਪਤਾ ਲੱਗਦਾ ਉਨਾ ਚਿਰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ। ਇਨਵੈਸਟੀਗੇਸ਼ਨ ਤੋਂ ਬਾਅਦ ਹੀ ਇਹ ਗੱਲ ਮੀਡੀਆ ਤੱਕ ਪਹੁੰਚਣੀ ਚਾਹੀਦੀ ਹੈ। ਕਈ ਵਾਰੀ ਮੀਡੀਆ, ਆਪਾਂ ਕਿਸੇ ਪਰਟੀਕੁਲਰ ਮੀਡੀਆ ਦੀ ਗੱਲ ਨਹੀਂ ਕਰਦੇ, ਆਪਾਂ ਸਾਰੇ ਮੀਡੀਆ ਦੀ ਗੱਲ ਕਰਦੇ ਹਾਂ, ਤੇ ਸਾਰੇ ਮੀਡੀਆ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਵੀ ਕਰਦੇ ਹਾਂ ਕਿ ਜ਼ਰੂਰ ਆਪਾਂ ਜਦੋਂ ਪ੍ਰੋਗਰਾਮ ਕਰਦੇ ਹਾਂ ਖਿਆਲ ਰੱਖੀਏ ਕਿਸੇ ਵਿਅਕਤੀ ਦਾ ਨਾਂ ਲੈਣ ਤੋਂ, ਜਿੱਦਾਂ ਆਪਣੇ ਪ੍ਰੋਗਰਾਮ 'ਚ ਹੈ, ਤਾਂ ਉਹ ਤੋਂ ਇਲਾਵਾ ਕਿਸੇ ਸ਼ਖਸੀਅਤ ਬਾਰੇ ਜਦੋਂ ਆਪਾਂ ਕੋਈ ਗੱਲ ਕਰਦੇ ਹਾਂ ਆਪਾਂ ਜ਼ਰੂਰ ਉਹਦੀ ਪੁੱਛ ਪੜਤਾਲ ਕਰ ਲਈਏ, ਪਰ ਜਿਹੜਾ ਉਹਨਾਂ ਦਾ ਸਪਸ਼ਟੀਕਰਨ ਮੈਂ ਟੀ ਵੀ 'ਤੇ ਦੇਖਿਆ ਸੀ
ਉਹਦੇ ਵਿੱਚੋਂ ਇੱਕ ਗੱਲ ਦੀ ਮੈਨੂੰ ਖੁਸ਼ੀ ਹੋਈ ਸੀ ਕਿ ਉਹ ਕਹਿੰਦੇ ਆ ਵੀ ਤੁਸੀਂ ਆਪਣੀ ਤੁਸੀਂ ਕੋਈ ਇਨਵੈਸਟੀਗੇਸ਼ਨ ਟੀਮ ਬਣਾ ਲਓ, ਮੈਨੂੰ ਇਨਵੈਸਟੀਗੇਸ਼ਨ ਕਰ ਲਓ, ਮੇਰੀ ਕਰ ਲਓ। ਪਰ ਇਹ ਪੰਥ ਦੇ ਅੱਗੇ ਬੇਨਤੀ ਹੈ ਕਿ ਪਹਿਲਾਂ ਵੀ ਬਹੁਤ ਸ਼ਖਸੀਆਂ ਤੇ ਦੋਸ਼ ਲੱਗਾ, ਗਾਂ ਵੀ ਲੱਗਣਾ, ਸਿੱਖ ਪ੍ਰਚਾਰਕਾਂ ਤੇ ਬਾਬਿਆਂ ਤੇ ਆਮ ਲੱਗਦਾ, ਪਰ ਇਹਦੇ ਲਈ ਕੋਈ ਆਪਾਂ ਨੂੰ ਅਜਿਹਾ ਫਾਰਮੂਲਾ ਤਿਆਰ ਕਰਨਾ ਚਾਹੀਦਾ ਆ ਜਿਹਦੇ ਨਾਲ ਆਪਾਂ ਇਹ ਮਸਲੇ ਦਾ ਹੱਲ ਲੱਭ ਸਕੀਏ ਜਾਂ ਅਸਲੀਅਤ ਤੱਕ ਪਹੁੰਚ ਸਕੀਏ। ਤੇ ਕਿਉਂਕਿ ਜਿੰਨਾ ਚਿਰ ਤੁਸੀਂ ਦੋਨੇ ਧਿਰਾਂ ਦੀ ਸਾਰੀ ਗੱਲਬਾਤ ਸੁਣ ਨਹੀਂ ਲੈਂਦੇ, ਸਮਝ ਨਹੀਂ ਲੈਂਦੇ, ਉਹਨਾਂ ਨੂੰ ਮਿਲ ਨਹੀਂ ਰਹਿੰਦੇ, ਕਿ ਗੱਲ ਕਰਨੀ ਬੜੀ ਔਖੀ ਹੋ ਜਾਂਦੀ ਆ। ਪਰ ਜਿਹੜਾ ਉਹਨਾਂ ਦਾ ਸਪਸ਼ਟੀਕਰਨ ਸੀ ਉਹ ਮੈਨੂੰ ਸੁਣ ਕੇ ਖੁਸ਼ੀ ਹੋਈ ਕਿ ਉਹ ਹਰ ਤਰ੍ਹਾਂ ਸੰਗਤ ਦੇ ਰੂਹ ਨੂੰ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਨੂੰ ਆਪਣਾ ਪੱਖ ਦੱਸਣ ਨੂੰ ਤਿਆਰ ਆ। ਆਮ ਕੇਸਾਂ ਵਿੱਚ ਇੱਦਾਂ ਹੁੰਦਾ ਨਹੀਂ, ਜਿੱਥੇ ਇਲਜ਼ਾਮ ਲੱਗਦਾ ਉਹ ਸੰਗਤਾਂ ਨੂੰ ਇਸ ਵਿਸ਼ੇ ਤੇ ਰੂਬਰੂ ਹੋਣ ਤਿਆਰ ਨਹੀਂ। ਇਸੇ ਪੋਜੀਸ਼ਨ ਵਿੱਚ ਇੱਕ ਹੋਰ ਵਿਅਕਤੀ ਤੇ ਕੁਛ ਸਾਲ ਪਹਿਲਾਂ ਦੋਸ਼ ਲੱਗਾ ਸੀ, ਤੇ ਮੈਂ ਤਾਂ ਭਾਈ ਸਾਹਿਬ ਉਹਨਾਂ ਨੂੰ ਮਿਲਣ ਵੀ ਗਏ ਸੀ, ਤਾਂ ਉਹਨੇ ਸਾਡੇ ਨਾਲ ਇਸ ਵਿਸ਼ੇ ਤੇ ਗੱਲ ਕਰਨ ਨੂੰ ਇਨਕਾਰ ਕਰ ਦਿੱਤਾ ਜੀ। ਤਾਂ ਫਿਰ ਤੁਹਾਡੇ ਮਨ 'ਚ ਆਉਂਦਾ ਵੀ ਜ਼ਰੂਰ ਕੁਛ ਦਾਲ ਚਕਾਲਾਂ 'ਚ ਬੰਦਾ ਗੱਲ ਹੀ ਨਹੀਂ ਕਰਨ ਨੂੰ ਤਿਆਰ। ਜੇ ਕੋਈ ਗੱਲ ਕਰਨ ਨੂੰ ਤਿਆਰ ਹੈ, ਮੈਂ ਚਾਹੁੰਦਾ ਇੱਥੇ ਦੀਆਂ ਪ੍ਰਤੱਖ ਤਰ੍ਹਾਂ ਜਾਂ ਮੈਂ ਤਾਂ ਸੋਚਦਾ ਸ੍ਰੀ ਅਕਾਲ ਸਾਹਿਬ ਦੀ ਡਿਊਟੀ ਆ ਕਿ ਜ਼ਰੂਰ ਉਹਨਾਂ ਨੂੰ ਇਨਵੈਸਟੀਗੇਸ਼ਨ ਟੀਮ ਬਣਾ ਕੇ ਇਸ ਮਸਲੇ ਦੀ ਖੋਜ ਕਰਾਉਣੀ ਚਾਹੀਦੀ ਆ, ਜਿਹੜਾ ਸੱਚ ਆ ਸੰਗਤ ਦੇ ਸਾਹਮਣੇ ਆਉਣਾ ਚਾਹੀਦਾ। ਪਰ ਜਿੰਨਾ ਚਿਰ ਆਪਾਂ ਸਾਬਤ ਨਹੀਂ ਕਰ ਸਕਦੇ ਅਸਲੀਅਤ ਕੀ ਆ, ਉਹਨਾਂ ਚਿਰ ਮੇਰਾ ਖਿਆਲ ਆਪਾਂ ਨੂੰ ਗਰੇਜ ਕਰਨਾ ਚਾਹੀਦਾ। ਤੇ ਪੰਥ ਦੇ ਵਿੱਚ ਇਹਦੇ ਬਾਰੇ ਬੜੀਆਂ ਰਾਵਾਂ, ਕੁਛ ਲੋਕ ਕਹਿੰਦੇ ਸੱਚੇ ਹੋਣੇ, ਕੁਛ ਕਹਿੰਦੇ ਏਦਾਂ ਹੋ ਨਹੀਂ ਸਕਦੀ। ਇਹਨਾਂ ਜਿਹੜਾ ਕਲੇਸ਼ ਛਿੜ ਜਾਂਦਾ ਕੌਮ ਦੇ ਵਿੱਚ ਹੋਰ ਵੀ ਕਈ ਮੁੱਦਿਆਂ ਤੇ ਕਾਫੀ ਕਲੇਸ਼ ਛਿੜਿਆ ਆ, ਉਹਦਾ ਚਲੋ ਆਪਾਂ ਨੂੰ ਢਿੱਲੀ ਕਲਾ ਵੱਲ ਨਹੀਂ ਜਾਣਾ ਚਾਹੀਦਾ। ਪਰ ਜਿਹੜੀਆਂ ਹਾਲਾਤਾਂ ਆ ਉਹ ਦੇਖ ਕੇ ਦੁੱਖ ਬੜਾ ਹੁੰਦਾ ਵੀ ਹਰ ਮਸਲੇ ਤੇ ਸਾਡੇ ਚ ਇੰਨਾ ਮਤਭੇਦ ਹੋ ਜਾਂਦਾ ਕਿ ਅਸੀਂ ਬਸ ਜਾਣੀ ਇੱਕ ਦੂਜੇ ਨੂੰ ਦੁਸ਼ਮਣ ਹੀ ਬਣਾ ਲੈਂਦੇ ਹਾਂ। ਏਦਾਂ ਨਹੀਂ ਚਾਹੀਦਾ, ਬੜੇ ਧਿਆਨ ਦੇ ਨਾਲ ਬੜੇ ਸੁਚੇਤ ਹੋ ਕੇ ਆਪਾਂ ਨੂੰ ਸੋਚ ਕੇ ਜਿਹੜੀ ਗੱਲ ਕਰਨੀ ਚਾਹੀਦੀ ਚਾਹੀਦੀ। ਮੀਡੀਆ ਜਿਸ ਤਰ੍ਹਾਂ ਇਹ ਦੋ ਧਾਰੀ ਤਲਵਾਰ ਹੈ, ਜਿੱਥੇ ਕੌਮ ਦਾ ਬਹੁਤ ਫਾਇਦਾ ਕਰ ਸਕਦਾ ਉੱਥੇ ਨੁਕਸਾਨ ਵੀ ਕਰ ਸਕਦਾ। ਤੇ ਆਪਾਂ ਜਿੰਨੇ ਜਾਣੇ ਮੀਡੀਆ ਦੇ ਰਾਹੀਂ ਰੂਬਰੂ ਹੁੰਦੇ ਹਾਂ, ਆਪਣੀ ਜ਼ਿੰਮੇਵਾਰੀ ਵੀ ਬਣਦੀ ਆ ਵੀ ਆਪਾਂ ਤੱਥਾਂ ਦੇ ਆਧਾਰ ਤੋਂ ਬਿਨਾਂ ਕੋਈ ਗੱਲ ਨਾ ਕਰੀਏ, ਜਾਂ ਕੋਈ ਗੱਲ ਕਰਨੀ ਵੀ ਆ ਉਹ ਇਸ ਢੰਗ ਨਾਲ ਕਰੀਏ ਵੀ ਕਿਸੇ ਨੂੰ ਪਹੁੰਚ ਨਾ ਹੋਵੇ, ਆਪਣਾ ਮੈਸੇਜ ਵੀ ਚੱਲ ਜਾਵੇ, ਤਾਂ ਮੀਡੀਆ ਲਈ ਵੀ ਸਰਦਰਦੀ ਨਾ ਬਣੇ ਚੈਨਲਾਂ ਲਈ ਵੀ। ਪਰ ਸਾਰੇ ਮੀਡੀਆ ਦੀ ਬੇਨਤੀ ਬਣਦੀ ਕਿਉਂਕਿ ਸਾਰੇ ਮੀਡੀਆ ਦੇ ਵਿੱਚ ਕਾਫੀ ਗੱਲ ਚੱਲੀ ਆ, ਤਾਂ ਵੀ ਪਲੀਜ਼ ਇਹਦੇ ਬਾਰੇ ਜ਼ਰੂਰ ਮੈਂ ਤਾਂ ਕਹਾਂਗਾ ਜਾਂ ਇੱਥੇ ਦੀਆਂ ਪੱਖ ਜਥੇਬੰਦੀਆਂ ਪਹਿਲ ਕਰਨ ਜੇ ਇੰਡੀਆ 'ਚ ਨਹੀਂ ਕਰ ਰਹੇ, ਜਾਂ ਆਪਾਂ ਅਕਾਲਤਾ ਤੇ ਜਥੇਦਾਰ ਨੂੰ ਕਹੀਏ ਕਿ ਆਪਾਂ ਹੁਣ ਹੋਰ ਆਪਾਂ ਕਿਹਨੂੰ ਕਹਿਣਾ। ਉਹ ਤਾਂ ਚਲੋ ਠੀਕ ਹੈ ਕਿ ਕਈ ਵਾਰੀ ਜਿੱਦਾਂ ਧਰਮਵੰਤ ਸਿੰਘ ਦਾ ਮਸਲਾ ਉੱਥੇ ਹੋਇਆ, ਉਹ ਉਹਦੀ ਹਾਰ ਨਾਲ ਨਹੀਂ ਹੱਲ ਕੀਤਾ, ਪਰ ਕੋਈ ਨਾ ਕੋਈ ਪੰਥਕ ਬੋਡੀ ਤਾਂ ਹੋਣੀ ਚਾਹੀਦੀ ਆ ਵੀ ਜਿਹੜੇ ਅਸੀਂ ਮਸਲੇ ਦੀ ਇਨਵੈਸਟੀਗੇਸ਼ਨ ਕਰ ਸਕੇ, ਉਹ ਬੋਡੀ ਕਿਹੜੀ ਆ, ਜਾਂ ਆਪਾਂ ਯੂਕੇ ਦੇ ਜਥੇਬੰਦੀਆਂ ਵੱਲੋਂ ਕੋਸ਼ਿਸ਼ ਕਰੀਏ। ਪਰ ਜਿਹੜਾ ਸੱਚ ਆ ਲੋਕਾਂ ਸਾਹਮਣੇ ਆਉਣਾ ਜ਼ਰੂਰ ਚਾਹੀਦਾ, ਨਹੀਂ ਤਾਂ ਫਿਰ ਜੇ ਕੋਈ ਚੰਗਾ ਵੀ ਬੰਦਾ ਜਾਣੀ ਕੌਮ ਦੀ ਸੇਵਾ ਵੀ ਬਹੁਤ ਸਾਲ ਕੀਤੀ ਆ ਉਹਨੂੰ ਵੀ ਸ਼ੱਕ ਦਿੱਤਾ ਜਾਂਦਾ, ਫਿਰ ਉਹਦੇ ਉੱਪਰ ਤਾਂ ਉਹਦੇ ਸਾਥੀਆਂ ਦੇ ਉੱਪਰ ਬੜੀ ਮਾਯੂਸੀ ਆਉਂਦੀ ਵੀ ਜਿਸ ਕੌਮ ਲਈ ਅਸੀਂ ਬੈਨਰਾਜ ਕੀਤਾ ਉਹੀ ਕੌਮ ਅੱਜ ਉਮਲਿਆ ਕਰਦੀ ਆ, ਤਾਂ ਉਹਨਾਂ ਲਈ ਬੜਾ ਮੁਸ਼ਕਿਲ ਹੋ ਜਾਂਦਾ। ਸੋ ਇਹ ਬੜਾ ਵੱਡਾ ਡਿਬੇਟ ਆ ਤੇ ਬਹੁਤ ਔਖਾ ਕੰਮ ਹੈ, ਪਰ ਮੈਂ ਇਹਦੀ ਇਨਵੈਸਟੀਗੇਸ਼ਨ ਜ਼ਰੂਰ ਹੋਣੀ ਚਾਹੀਦੀ ਆ। ਜਿਹੜੀ ਉਹਨਾਂ ਨੇ ਇਨਵੈਸਟੀਗੇਸ਼ਨ ਲਈ ਪਹਿਲ ਕੀਤੀ ਆ ਉਹ ਮੈਂ ਸੋਚਦਾ ਵੀ ਬੜਾ ਉਹਨਾਂ ਦਾ ਹਾਂ ਪੱਖੀ ਅਧਾਰ ਹੈ, ਤੇ ਆਪਾਂ ਨੂੰ ਅਕਾਲਤਾ ਦੇ ਜਥੇਦਾਰ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਆ। ਜੇ ਨਹੀਂ ਤਾਂ ਇੰਗਲੈਂਡ ਦੀਆਂ ਪੰਥ ਜਥੇਬੰਦੀਆਂ ਜ਼ਰੂਰ, ਕਿਉਂਕਿ ਮੈਂ ਤਾਂ ਉਹਨਾਂ ਨੂੰ ਇੱਕ ਵਾਰੀ ਮਿਲਿਆ, ਤਾਂ ਉਹ ਵੀ ਕਿਸੇ ਜਿਹੜੇ ਪਹਿਲਾਂ ਉਹਨਾਂ ਦੀ ਇੱਥੇ DVD ਵੰਡੇ ਗਏ ਉਸੇ ਸਿਲਸਿਲੇ 'ਚ ਮਿਲਿਆ ਸੀ, ਤਾਂ ਉਹਨਾਂ ਨੇ ਬੜੇ ਸੋਹਣੇ ਢੰਗ ਨਾਲ ਜਵਾਬ ਦਿੱਤਾ। ਉਹ ਕਹਿੰਦੇ ਸੀਗੇ ਵੀ ਦੇਖੋ ਉਹਦੇ ਲਈ ਮੈਂ ਮਾਫ਼ੀ ਮੰਗ ਚੁੱਕਾ, ਤਾਂ ਗਾਂ ਤੁਹਾਨੂੰ ਕੋਈ ਮੇਰੇ 'ਚ ਉਮਤਾ ਦਿਸੇ ਕੋਈ ਸ਼ਿਕਾਇਤ ਮੇਰੀ ਹੋਵੇ ਤੁਸੀਂ ਮੈਨੂੰ ਹੁਕਮ ਕਰੋ, ਮੈਂ ਤੁਹਾਡੇ ਕੋਲ ਆ ਕੇ ਸਪਸ਼ਟੀਕਰਨ ਦੇਣ ਨੂੰ ਤਿਆਰ ਹਾਂ। ਤਾਂ ਬਾਕੀ ਤਾਂ ਕਹਿੰਦੇ ਵੀ ਤੂੰ ਹੁੰਦਾ ਕੌਣ ਆ ਮੈਨੂੰ ਪੁੱਛਣ ਵਾਲਾ, ਵੀ ਮੈਂ ਤੇਰੇ ਲੱਤਾਂ ਦੜਾ, ਤੂੰ ਆਹ ਕਰੂੰ, ਆਪਾਂ ਕਿਸੇ ਤਾਂ ਸੁਣੀਆਂ ਵੀ ਆ ਮੇਰੇ ਕੋਲ ਹੈ ਵੀ ਆ, ਤਾਂ ਵੀ ਆਹ ਕਰ ਦੂੰ ਆਹ ਕਰ ਦੂੰ। ਪਰ ਆਪਾਂ ਚਾਹੁੰਦੇ ਹਾਂ ਵੀ ਜੇ ਕੋਈ ਨਾ ਸਪਸ਼ਟੀਕਰਨ ਦੇਣ ਨੂੰ ਤਿਆਰ ਆ ਕਿ ਆਹ ਉਹਦੀ ਗੱਲ ਸੁਣੇ ਤੋਂ ਬਗੈਰ ਵੀ ਕਹੀ ਜਾਣਾ, ਅਤੇ ਥੋੜ੍ਹੀ ਜਿਹੀ ਵਧੀਕੀ ਹੈ। ਬਹੁਤ ਧੰਨਵਾਦ ਜੀ, ਸਾਰੀਆਂ ਸੰਗਤਾਂ ਇਹ ਜ਼ਰੂਰ ਬੇਨਤੀ ਕਰਦੇ। ਸੋ ਇਹ ਹਨ ਭਾਈ ਜੋਗਾ ਸਿੰਘ ਉਹਨਾਂ ਦੇ ਵਿਚਾਰ ਜੋ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਦੋਸ਼ ਲਗਾਏ ਗਏ ਨੇ, ਜਿਹੜੇ ਕਿ ਸੰਗਤ TV ਦੇ ਪੈਟਰਨ ਨੇ। ਹੁਣ ਮੈਂ ਭਾਈ ਤਰਸੇਮ ਸਿੰਘ ਉਹਨਾਂ ਤੋਂ ਕੋਈ ਵਿਚਾਰ ਪੁੱਛੂੰਗਾ ਕਿ ਭਾਈ ਸਾਹਿਬ ਜੀ ਕਿ ਇਹ ਦੱਸੋ ਵੀ
ਅੱਜ ਜੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ, ਸੰਤ ਰਣਜੀਤ ਸਿੰਘ ਢੱਡਿਆਂ ਵਾਲੇ ਨੇ, ਬਾਬਾ ਰਾਮ ਸਿੰਘ ਟਕਸਾਲ ਵਾਲੇ ਨੇ, ਜਿਹੜੇ ਸਿੰਘ ਬਹੁਤ ਚੜ੍ਹਦੀ ਕਲਾ ਦੇ ਨਾਲ ਸਿੱਖੀ ਦਾ ਪ੍ਰਚਾਰ ਪੰਜਾਬ ਦੇ ਵਿੱਚ ਕਰ ਰਹੇ ਨੇ ਜਾਂ ਵਿਦੇਸ਼ਾਂ ਵਿੱਚ ਕਰ ਰਹੇ ਨੇ, ਜੇ ਉਹਨਾਂ ਨਾਲ ਇਹ ਇੰਨੀ ਵੱਡੀ ਗੱਲ ਉਹਨਾਂ ਨੂੰ ਫਰੇਮ ਕੀਤਾ ਸਕਦਾ ਤਾਂ ਇੱਕ ਆਮ ਸਿੱਖ ਜਿਹੜਾ ਹੈਗਾ ਉਹ ਕਿੰਨਾ ਸੇਫ ਆਪਣੇ ਆਪ ਨੂੰ ਮਹਿਸੂਸ ਕਰਦਾ। ਇਹਦਾ ਮਤਲਬ ਕਦੀ ਸੰਤ ਜਰਨੈਲ ਸਿੰਘ ਪਿੰਡਾਂ ਵਾਲਾ 'ਤੇ ਵੀ ਦੋਸ਼ ਲੱਗੇ ਸੀ, ਲੇਕਿਨ ਉਹਨਾਂ ਕੱਦ ਹੀ ਇੰਨਾ ਹੋ ਗਿਆ ਕਿ ਉਹਦੇ ਸਾਹਮਣੇ ਨਹੀਂ ਗੱਲ ਕੋਈ ਟੈਕਸ ਉਹਨਾਂ ਦੇ। ਆਪਾਂ ਕਿੰਨਾ ਸੇਫ ਕਰਦੇ ਹਾਂ ਆਪਣੇ ਆਪ ਨੂੰ ਮਹਿਸੂਸ ਇਸ ਸਿਸਟਮ ਦੇ ਅੱਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਜਿਹੜਾ ਪਹਿਲਾਂ ਵੀ ਸਵਾਲ ਕੀਤਾ ਸੀ ਨਾ ਜੀ, ਉਹਦੇ ਵਿੱਚ ਵੀ ਮੈਂ ਰਾਜ ਦੀ ਗੱਲ ਕੀਤੀ ਸੀ ਜੀ, ਤੇ ਰਾਜ ਕਿਉਂ ਗਿਆ, ਕਿਉਂਕਿ ਦੁਬਧਾ ਕ੍ਰੀਏਟ ਕੀਤੀ ਗਈ, ਭਰਾ ਦਾ ਭਰਾ ਦੈਰੀ ਬਣਾ ਦਿੱਤਾ, ਤੇ ਜਿਹੜੀਆਂ ਸਾਡੀਆਂ ਐਂਟੀ ਸਾਡੇ ਵੈਰੀ ਹੈਗੇ ਆ ਉਹ ਬਹੁਤ ਸੁਚੇਤ ਹੈ। ਇੱਕ ਪੱਖ ਸਾਨੂੰ ਭੁੱਲਣਾ ਨਹੀਂ ਚਾਹੀਦਾ, ਜੇ ਸਿੱਖੀ ਨੂੰ ਜੀਵਿਤ ਰੱਖਿਆ ਤਾਂ ਜਦੋਂ ਸਿੱਖੀ ਬਹੁਤ ਥੱਲੇ ਚਲੇ ਗਈ ਸੀ ਉਦੋਂ ਵੀ ਭਾਵੇਂ ਉਹ ਸਿੱਖੀ ਦੇ ਬਾਣੇ ਵਿੱਚ ਨਹੀਂ ਸੀ ਗਿਆ, ਜਿਹਨਾਂ ਨੂੰ ਉਦਾਸੀ ਸਾਧੂ ਕਹਿੰਦੇ ਹਾਂ ਅਸੀਂ, ਉਹਨਾਂ ਨੇ ਸਿੱਖੀ ਨੂੰ ਜੀਵਿਤ ਰੱਖਿਆ। ਜਿਹੜਾ ਵਿਰੋਧੀ ਹੁੰਦਾ ਉਹ ਕਦੇ ਭੁੱਲਦਾ ਨਹੀਂ ਹੈ ਵੀ ਸਿੱਖੀ ਨੂੰ ਪਾਣੀ ਕੌਣ ਦੇ ਰਿਹਾ, ਤੇ ਉਹ ਹਮੇਸ਼ਾ ਸੁਚੇਤ ਰਹਿੰਦਾ ਹੈਗਾ। ਤੇ ਚੰਗੇ ਬੰਦੇ ਤੇ ਹੀ ਦੋਸ਼ ਲੱਗਦੇ ਹੁੰਦੇ, ਮਾੜੇ ਤੇ ਕਦੇ ਦੋਸ਼ ਨਹੀਂ ਲੱਗਾ ਦਿੱਤਾ। ਕਿਤੇ ਤੁਸੀਂ ਦੇਖ ਲਿਓ ਕੋਈ ਮੋਹਰੇ ਹੋ ਕੇ ਕੰਮ ਕਰਦਾ ਜਥੇਬੰਦੀ ਦਾ ਬੰਦਾ ਆ ਜਾਂ ਗੁਰਦੁਆਰੇ ਦਾ ਕੋਈ ਹੈਗਾ ਜਾਂ ਕੋਈ ਪਿੰਡ ਦਾ ਮੋਹਰੀ ਹੈਗਾ, ਦੋਸ਼ ਉਹ ਤੇ ਹੋਣਾ। ਢੰਡਰੀਆਂ ਵਾਲਾ ਜੇ ਦੇਖਿਆ ਜਾਵੇ, ਜੇ ਗੁਣਵੰਤੀ ਦੇ ਲੱਛਣ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੇ ਜਾਣ, ਜਿਹੜੀ ਪਹਿਲਾਂ ਵੀ ਗੱਲ ਕੀਤੀ ਆ ਤੁਸੀਂ ਵੀ ਉਹ ਵੀਡੀਓ ਦੇਖੀ ਸੀ, ਗੁਣਵੰਤੀ ਦੇ ਲੱਛਣ ਸ਼ੁਰੂ ਇੱਥੋਂ ਹੁੰਦੇ ਆ ਬਈ ਨਿਵ ਨਿਵ, ਕਿਉਂਕਿ ਜੇ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਜੀ ਪਾਂਡੇ ਨਹੀਂ ਹੈਗੇ, ਕਈ ਜਾਣਾ ਸਾਡਾ ਗੁਰੂ ਆ ਸਾਡਾ ਗੁਰੂ ਆ, ਤੇ ਕਿਸੇ ਸਿੱਖ ਨੇ ਕਿਸੇ ਦੇ ਪੈਰੀ ਹੱਥ ਲਾ ਤਾ ਤਾਂ ਉਹ ਗੁਰਸਿੱਖ ਨਹੀਂ ਗਿਣਿਆ ਜਾਂਦਾ, ਤੇ ਇਹਦਾ ਮਤਲਬ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਮੰਨਦੇ ਫਿਰ। ਅੱਛਾ, ਦੂਜੀ ਗੱਲ ਇਹ ਹੈਗੀ ਆ, ਕਿਉਂਕਿ ਜਿੱਡਾ ਵੱਡਾ ਇਕੱਠ ਢੰਡਰਵਿਆਂ ਵਾਲਿਆਂ ਦਾ ਪੰਜਾਬ ਦੇ ਵਿੱਚ ਹੁੰਦਾ, ਏਡਾ ਕਿਸੇ ਵੀ ਪ੍ਰਚਾਰਕ ਦਾ ਨਹੀਂ ਹੁੰਦਾ। ਜੇ ਮਸਕੀਨ ਜੀ ਬਹੁਤ ਵਧੀਆ ਕਥਾਕਾਰ ਹੋਏ ਆ, ਜੇ ਉਹਨਾਂ ਦਾ ਇਕੱਠ ਵੀ ਦੇਖਿਆ ਜਾਵੇ ਨਾ ਤੇ ਹਜ਼ਾਰਾਂ ਦੀ ਗਿਣਤੀ ਤੋਂ ਵਾਧੂ ਨਹੀਂ ਹੋਇਆ। ਪਰ ਜੇ ਢੰਡਰੀਆਂ ਵਾਲਾ ਦਾ ਇਕੱਠ ਦੇਖਦੇ ਆ ਤੁਸੀਂ ਤੇ ਲੱਖਾਂ ਦੀ ਗਿਣਤੀ ਚ ਇਕੱਠ ਹੈ, ਔਰ ਜਿਸ ਜਗ੍ਹਾ ਉਹਨਾਂ ਦੀ ਰਿਹਾਇਸ਼ ਆ ਮੈਂ ਦੇਖੀ ਨਹੀਂ ਹੈ ਪਰ ਟੈਲੀਵਿਜ਼ਨ ਦੇਖਿਆ ਵੀ ਉੱਥੇ ਤੁਹਾਨੂੰ ਕੋਈ ਮੋਨਾ ਨਹੀਂ ਜੀਦਾ। ਇਹਦਾ ਮਤਲਬ ਉਹਨਾਂ ਦਾ ਜੋ ਕਹਿਣਾ ਹੈਗਾ ਉਹ ਸੰਗਤ ਸੁਣਦੀ ਹੈ, ਸਮਝ ਪੈਂਦੀ ਆ ਵੀ ਕੁਛ ਇਹ ਕਹਿ ਰਹੇ ਸਿੱਖੇ ਸੰਭਾਰੇ, ਸਾਡਾ ਫਰਜ਼ ਬਣਦਾ ਉਹਨੂੰ ਪਛਾਣਨਾ। ਉਹਦੀ ਪਛਾਣ ਕੀ ਹੈ? ਜੋ ਗੁਰੂ ਸਾਹਿਬ ਨੇ ਕਿਹਾ ਭਾਈ ਸਿੱਖ ਸਜੋ ਅੰਮ੍ਰਿਤ ਛਕੋ ਰਹਿਣੀ ਬਹਿਣੀ ਦੇ ਧਾਰਨੀ ਹੋ, ਉਹਦਾ ਪ੍ਰਚਾਰ ਉਹ ਡਟ ਕੇ ਕਰ ਰਹੇ ਆ ਕਿ ਵਿਰੋਧੀ ਧਿਰ ਜਿਹੜੀ ਆ ਇਹ ਕਦੇ ਸਹਿ ਨਹੀਂ ਸਕਦੀ ਵੀ ਐਡਾ ਵੱਡਾ ਪ੍ਰਚਾਰ ਜਿਹੜਾ ਆ ਉਹ ਕਿਸੇ ਢੰਗ ਨਾਲ ਸੁੱਕਾ ਚੱਲ ਜਾਏ। ਬਾਕੀ ਰਹਿ ਗਈ ਗੱਲ ਉਹ ਜੀ ਪੈਸੇ ਇਕੱਠੇ ਕਰਦੇ ਹਨ, ਅਸੀਂ ਵੀ ਗੁਰਦੁਆਰਿਆਂ ਦੇ ਵਿੱਚ ਉਹਨਾਂ ਦਾ ਪ੍ਰੋਗਰਾਮ ਦੇਖਿਆ, ਉਹਨਾਂ ਨੇ ਅੱਜ ਤੱਕ ਸੰਗਤ ਨੂੰ ਅਪੀਲ ਨਹੀਂ ਕੀਤੀ ਵੀ ਸਾਨੂੰ ਪੈਸੇ ਦਿਓ। ਅਸੀਂ ਕੀਰਤਨੀਆਂ ਨੂੰ ਪੈਸੇ ਦਿੰਦੇ, ਅਸੀਂ ਕਥਾਕਾਰਾਂ ਨੂੰ ਪੈਸੇ ਦਿੰਦੇ ਹਾਂ, ਕਦੇ ਕਿਸੇ ਨੇ ਕਿਸੇ ਦਾ ਹਿਸਾਬ ਪੁੱਛਿਆ? ਜੇ ਤਾਂ ਅਪੀਲ ਕਰਕੇ ਪੈਸੇ ਇਕੱਠੇ ਕਰਕੇ ਲਗਾਏ ਹੋਣ ਵੀ ਅਸੀਂ ਹਾਸਪਿਟਲ ਬਣਾਉਣਾ ਸਾਡਾ ਫਰਜ਼ ਬਣਦਾ, ਅਸੀਂ ਉਹਨਾਂ ਨੂੰ ਪੁੱਛੀਏ ਵੀ ਤੁਸੀਂ ਇੰਨੇ ਪੈਸੇ ਇਕੱਠੇ ਕਰਕੇ ਲਗਾਏ ਕਿੱਥੇ ਖਰਚੇ? ਪਰ ਸਾਡੀ ਬਦਕਿਸਮਤੀ ਇਹ ਹੈ ਵੀ ਕੋਈ ਗੱਲ ਕਰ ਦਿੰਦਾ ਕਿਸੇ ਤੇ ਇਲਜ਼ਾਮ ਲਾ ਦਿੰਦਾ, ਅਸੀਂ ਇਹ ਝੋਲਾ ਚੱਕ ਕੇ ਤੁਰ ਪੈਂਦੇ ਜੀ ਉਹ ਤਾਂ ਮਾੜਾ ਹੋ ਗਿਆ ਜੀ, ਮਾੜਾ ਹੋ ਗਿਆ ਜੀ, ਮਾੜਾ ਹੋ ਗਿਆ। ਸਾਨੂੰ ਜ਼ਰੂਰ ਆਪਣੇ ਆਪ ਦੀ ਪਛਾਣ ਕਰਨੀ ਪਏਗੀ। ਗੁਰੂ ਮਹਾਰਾਜ ਨੇ ਦੁਬਧਾ ਦੇ ਉੱਤੇ ਪੂਰਾ ਇੱਕ ਅੰਗ ਅੰਕਿਤ ਕੀਤਾ ਵੀ ਜਦੋਂ ਸਾਡੇ ਅੰਦਰ ਦੁਬਧਾ ਹੋਏਗੀ ਨਾ ਤਾਂ ਅਸੀਂ ਕਿਸੇ ਕੰਢੇ ਨਹੀਂ ਪਹੁੰਚਾਂਗੇ, ਸਾਨੂੰ ਇਹ ਦੁਬਧਾ ਭਰ ਦੇਣੀ ਚਾਹੀਦੀ ਅੰਦਰੋਂ। ਠੀਕ ਹੈ, ਸੰਤਾਂ ਦਾ ਜਿਹੜਾ ਕਿੱਤਾ ਹੈਗਾ ਨਾ ਉਹਦੀ ਪਛਾਣ ਵੀ ਸਾਨੂੰ ਗੁਰੂ ਸਾਹਿਬ ਨੇ ਦਿੱਤੀ ਹੈ, ਪਰ ਦੇਖਦਿਆਂ ਹੋਇਆਂ ਅੱਖਾਂ ਮਿਟ ਲੈਣੀਆਂ ਇਹ ਕੁਛ ਸਿੱਖ ਦੀ ਬਹੁਤੀ ਬਹਾਦਰੀ ਨਹੀਂ ਹੈ। ਮੈਂ ਕਹਾਂਗਾ ਜਿੱਦਾਂ ਜੋਗਾ ਸੁਣੀ ਬਹੁਤ ਵਿਸਥਾਰ ਦੇ ਵਿੱਚ ਕਹਿ ਦਿੱਤਾ, ਤੇ ਸਾਨੂੰ ਇਹ ਪਛਾਣ ਜ਼ਰੂਰ ਕਰਨੀ ਪਏਗੀ ਜਿਹੜਾ ਗੁਰਸਿੱਖ ਪ੍ਰਚਾਰ ਕਰਦਾ, ਮਹਾਂਪੁਰਸ਼ ਕਰਦਾ, ਗੁਰਸਿੱਖ ਕਰਦਾ, ਕੀਰਤਨੀਆਂ ਕਰਦਾ ਜਾਂ ਕਥਾਕਾਰ ਕਰਦਾ ਵੀ ਉਹਦਾ ਏਮ ਕੀ ਹੈ ਤੇ ਉਹ ਕਿਹਦੇ ਨਾਲ ਜੋੜ ਰਿਹਾ, ਕਿ ਆਪਣੇ ਨਾਲ ਜੋੜ ਰਿਹਾ ਜਾਂ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਰਿਹਾ।
जे गुरु ग्रंथ साहिब जी नाल जोड़ रहा ਤਾਂ ਫਿਰ ਸਾਨੂੰ ਬਹੁਤ ਡੂੰਘਾਈ ਦੇ ਵਿੱਚ ਜਾ ਕੇ ਇਹ ਦੇਖਣਾ ਪਏਗਾ ਵੀ ਇਹ ਤੇ ਜੇ ਕੋਈ ਇਹਦੇ ਬਾਰੇ ਗੱਲ ਕਰਨੀ ਆ ਸੱਚਾਈ ਹੈ ਵੀ ਨਹੀਂ ਮੀਡੀਆ ਨੂੰ ਬਿਲਕੁਲ ਉਹ ਗੱਲ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਕੌਮ ਦੇ ਵਿੱਚ ਦੁਬਧਾ ਕ੍ਰੀਏਟ ਹੁੰਦੀ ਆ ਉਹਦੀ ਪਹਿਲਾਂ ਇਨਵੈਸਟੀਗੇਸ਼ਨ ਕਰੇ ਉਹ ਤੋਂ ਬਾਅਦ ਵੀ ਵਿਚਾਰ ਕੇ ਉਸ ਗੱਲ ਨੂੰ ਨਾ ਮੀਡੀਆ ਤੇ ਲਿਆਉਣੀ ਚਾਹੀਦੀ ਆ ਕਿਉਂਕਿ ਅਸੀਂ ਤਾਂ ਅੱਗੇ ਦੁਬਧਾ ਚ ਬੈਠੇ ਹਾਂ ਹੋਰ ਦੁਬਧਾ ਪੈ ਗਈ ਤਾਂ ਕੀ ਬਣੇਗਾ ਸੋ ਟਿਚ ਸਾਹਿਬ ਗੱਲ ਆ ਵੀ ਕੌਮ ਮਹਾਰਾਜ ਨੇ ਬੜੀ ਸਿਆਣੀ ਬਣਾਈ ਸੀ ਪਰ ਅੱਜ ਸਾਨੂੰ ਏਦਾਂ ਲੱਗਦਾ ਵੀ ਹੈ ਉਹ ਸਾਨੂੰ ਹਰੇਕ ਭਲਾਈ ਕਰਦਾ ਜਿਹੜਾ ਚਾਰ ਕੋਟੀਆਂ ਸਿੱਟ ਦਿੰਦਾ ਅਸੀਂ ਉਹਦੇ ਮਗਰ ਲੱਗ ਜਾਂਦੇ ਹਾਂ ਜਿਹੜਾ ਸਾਡੇ ਚ ਮਾੜੀ ਇਹ ਕਹਿੰਦਾ ਫਲਾਨਾ ਤੇ ਚੰਗਾ ਨਹੀਂ ਹੈ ਅਸੀਂ ਉਹਦੀ ਸੁਣਨ ਲੱਗ ਪੈਂਦੇ ਹਾਂ ਪਰ ਇਹ ਸਾਡੇ ਚ ਹੋਣਾ ਨਹੀਂ ਚਾਹੀਦਾ ਕਿਉਂਕਿ ਸਾਨੂੰ ਇੱਕ ਪੂਰੇ ਗੁਰੂ ਦੀ ਸੰਗਤ ਮਿਲੀ ਆ ਜੇ ਪੂਰੇ ਗੁਰੂ ਦੀ ਸੰਗਤ ਹੁੰਦਿਆਂ ਹੋਣਾ ਵੀ ਅਸੀਂ ਰੋਂਦੇ ਰਹਿਣਾ ਤਾਂ ਮੈਂ ਇਹ ਕਹਾਂਗਾ ਅਸੀਂ ਗੁਰੂ ਦਾ ਮੈਸੇਜ ਨਹੀਂ ਲਿਆ ਨਾ ਹੀ ਅਸੀਂ ਗੁਰੂ ਦਾ ਮੈਸੇਜ ਸੁਣਦੇ ਹਾਂ ਸਿਰਫ ਅਸੀਂ ਮੱਥਾ ਟੇਕਣ ਜਾਂਦੇ ਹਾਂ ਇਸ ਲਈ ਗੁਰਦੁਆਰਿਆਂ ਚ ਵੀ ਸੱਚੇ ਪਾਤਸ਼ਾਹ ਮੈਨੂੰ ਨਿਆਣਾ ਦੇਵੇ ਮੈਨੂੰ ਕਾਰੋਬਾਰ ਦੇਵੇ ਮੈਨੂੰ ਤੰਦਰੁਸਤੀ ਦੇਵੇ ਮੇਰਾ ਕੰਮ ਸਿੱਧ ਹੋ ਜਾਏ ਬਿਜ਼ਨਸ ਹੈ ਇਹ ਗੁਰੂ ਦਾ ਮੈਸੇਜ ਲੈਣ ਵਾਲੀ ਗੱਲ ਨਹੀਂ ਹੈ ਗੁਰੂ ਨੇ ਸਾਨੂੰ ਇਹ ਤੋਂ ਬਹੁਤ ਰੋਕਿਆ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਸਾਨੂੰ ਗੁਰਮੁਖ ਮੰਡਾਇਆ ਮਹਾਰਾਜ ਨੇ ਅਸੀਂ ਗੁਰਮੁਖ ਹੋ ਕੇ ਬਾਣੀ ਦੀ ਵਿਚਾਰ ਕਰਕੇ ਦੂਜੇ ਨਾਲ ਗੱਲ ਕਰਨੀ ਆ ਤੇ ਉਹਦਾ ਜੀਵਨ ਵੀ ਗੁਰਬਾਣੀ ਦੇ ਆਧਾਰ ਦੇ ਉੱਤੇ ਤੋਲਣਾ ਤਾਂ ਕਿ ਅਸੀਂ ਕਿਸੇ ਗਲਤ ਫਹਿਮੀ ਦੇ ਸ਼ਿਕਾਰ ਹੋ ਭਾਈ ਤਰਸੇਮ ਸਿੰਘ ਨੇ ਆਪਣੇ ਵਿਚਾਰ ਦਿੱਤੇ ਨੇ ਭਾਈ ਅਮਰੀਕ ਸਿੰਘ ਜੀ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਅੱਜ ਮੀਡੀਆ ਅੱਜ ਇੰਨਾ ਪਾਵਰਫੁੱਲ ਆ ਦੁਨੀਆਂ ਦੇ ਵਿੱਚ ਜੇ ਚਾਹੇ ਤਾਂ ਇੱਕ ਮਿੰਟ ਵਿੱਚ ਕਿਸੇ ਨੂੰ ਹੀਰੋ ਬਣਾ ਸਕਦਾ ਕਿਸੇ ਨੂੰ ਜ਼ੀਰੋ ਵੀ ਬਣਾ ਸਕਦਾ ਇਲਜ਼ਾਮ ਬਹੁਤੇ ਵਿਅਕਤੀ ਬਹੁਤੇ ਵੱਡੇ ਵਿਅਕਤੀਆਂ ਤੇ ਲੱਗਦੇ ਆਏ ਨੇ ਜਦੋਂ ਆਪਾਂ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਿਹੜਾ ਆਪਣੇ ਆਪ ਤੇ ਪਹਿਰਾ ਲਾਇਆ ਹੋਇਆ ਉਹ ਕਹਿੰਦਾ ਵੀ ਮੇਰੀ ਮਾਂ ਵੀ ਡੇਰੇ ਵਿੱਚ ਨਹੀਂ ਆ ਸਕਦੀ ਕੱਲੀ ਉਹਨੂੰ ਵੀ ਇਹ ਇੰਸਟਰਕਸ਼ਨ ਹੈ ਤੂੰ ਬਾਪ ਦੇ ਨਾਲ ਆਉਣਾ ਪਿੱਛੋਂ ਦੇਖੋ ਕੋਈ ਬੀਬੀ ਜਾ ਰਹੀ ਅੰਦਰ ਕਹਾਣੀ ਬਣ ਜਾਣੀ ਹੈ ਤੇ ਦੂਜੇ ਪਾਸੇ ਇੱਕੋ ਓਵਰਨਾਈਟ ਹੀ ਇੰਨੀ ਵੱਡੀ ਉਹਨਾਂ ਤੇ ਇਲਜ਼ਾਮ ਲੱਗ ਰਹੇ ਨੇ ਤੁਸੀਂ ਕੀ ਕਹਿਣਾ ਚਾਹੋ ਬੇਨਤੀ ਇਹ ਆ ਬਈ ਮੈਂ ਉਹ ਜਿਹੜਾ ਪ੍ਰੋਗਰਾਮ ਅਸਲ ਦੇ ਵਿੱਚ ਪਹਿਲਾਂ ਦਿਖਾ ਰਿਹਾ ਸੀ ਉਹ ਮੈਂ ਸੁਣ ਨਹੀਂ ਸਕਿਆ ਜੀ ਪਰ ਕੁਦਰਤੀ ਮੈਂ ਲੇਟ ਆਇਆ ਸੀਗਾ ਤੇ ਜਦ ਤੱਕ ਬਾਬਾ ਜੀ ਦਾ ਆਪ ਸਪਸ਼ਟੀਕਰਨ ਜਿਹੜਾ ਉਹਨਾਂ ਦਾ ਸੀਗਾ ਨਾ ਜਿਹੜੀ ਰਿਕਾਰਡਿੰਗ ਉਹ ਸੀਗੀ ਕਿਉਂਕਿ ਮੈਨੂੰ ਸਾਰੇ ਤੱਥ ਦਾ ਪਤਾ ਨਹੀਂ ਸੀ ਫਿਰ ਮੈਂ ਲੇਟ ਜਿਹਦਾ ਰਣਜੀਤ ਨੂੰ ਫੋਨ ਕੀਤਾ ਮੈਂ ਕਿਹਾ ਵੀ ਭਾਜੀ ਵੀ ਕੀ ਗੱਲ ਹੋਈ ਆ ਵੀ ਇਹ ਉਹਨਾਂ ਦੀ ਗੱਲ ਤਾਂ ਉਹ ਸੁਣਾ ਰਹੇ ਆ ਵੀ ਉਸ ਤੋਂ ਪਹਿਲਾਂ ਕੀ ਹੋਈ ਆ ਵੀ ਮੈਂ ਤਾਂ ਥੋੜ੍ਹਾ ਲੇਟ ਆਇਆ ਉਹਨਾਂ ਨੇ ਮੈਨੂੰ ਦੱਸਿਆ ਵੀ ਇੱਦਾਂ ਆਹ ਕਹਾਣੀ ਹੋਈ ਆ ਤੇ ਜੋ ਕੁਛ ਮੈਂ ਅਨੁਭਵ ਕਰਦਾ ਦੇਖੋ ਜਦੋਂ ਕੋਈ ਵੀ ਆਪਾਂ ਜਵਾਬ ਜਿੱਦਾਂ ਆਪਾਂ ਕਈ ਵਾਰੀ ਹੁੰਦਾ ਨਾ ਵੀ ਜਿੱਦਾਂ ਤੁਸੀਂ ਕਹਿੰਦੇ ਵੀ ਜਿੱਦਾਂ ਜੇ ਤਾਂ ਕੋਈ ਬੰਦਾ ਸਾਹਮਣੇ ਬੈਠਾ ਤਾਂ ਆਪਾਂ ਕਹਿੰਦੇ ਵੀ ਜਿੱਦਾਂ ਫੇਸ ਜਿੱਦਾਂ ਲੈਂਗੁਏਜ ਆ ਤੇ ਜਦੋਂ ਕੋਈ ਬੰਦਾ ਬੋਲਦਾ ਇੱਕ ਹੁੰਦਾ ਬਈ ਉਹਦੇ ਤੁਸੀਂ ਅਨੁਭਵ ਕਰ ਲੈਂਦੇ ਆ ਬੋਡੀ ਲੈਂਗੁਏਜ ਜਿਹੜੀ ਹਾਂ ਉਹਦੇ ਤੁਸੀਂ ਅਨੁਭਵ ਕਰ ਲੈਂਦੇ ਆ ਬਈ ਇਹਦੇ ਚ ਕਿੱਥੇ ਕੁ ਤੱਕ ਜਿਹੜਾ ਸਧਾਰਨ ਬੰਦਾ ਵੀ ਅੰਦਾਜ਼ਾ ਲਾਉਂਦਾ ਬਈ ਬੰਦਾ ਕੋਈ ਗੱਲ ਬਣਾ ਰਿਹਾ ਹੈਗਾ ਜਾਂ ਕੋਈ ਅੰਦਰੋਂ ਗੱਲ ਆ ਰਹੀ ਆ ਜੋ ਕੁਝ ਮੈਂ ਅਨੁਭਵ ਕੇ ਦੇਖੋ ਮਤਲਬ ਮੈਨੂੰ ਇਹ ਲੱਗਾ ਬਈ ਉਹਨਾਂ ਨੇ ਕਾਫੀ ਦੁਖੀ ਹੋ ਕੇ ਜੋ ਕੁਛ ਉਹਨਾਂ ਦੀ ਉਹ ਸਪਸ਼ਟੀਕਰਨ ਸੀਗਾ ਕਿ ਦੂਜੇ ਦਿਨ ਫਿਰ ਮੈਂ ਦੁਪਹਿਰ ਨੂੰ ਕੁਦਰਤੀ ਆਇਆ ਤਾਂ ਫਿਰ ਉਹ ਮੈਂ ਸਾਰਾ ਹੀ ਫੇਰ ਸੁਣਿਆ ਉਹਦੇ ਤੇ ਜੋ ਕੁਛ ਮੈਂ ਅਨੁਭਵ ਕੀਤਾ ਬਈ ਉਹਨਾਂ ਨੂੰ ਬਿਲਕੁਲ ਫਰੇਮ ਕੀਤਾ ਗਿਆ ਮੈਨੂੰ ਉਹਦੀ ਸੱਚਾਈ ਬਿਲਕੁਲ ਨਹੀਂ ਲੱਗੀ ਕਿਉਂਕਿ ਜਿੱਦਾਂ ਜੋ ਕਹਿੰਦੇ ਕਿ ਤੱਥ ਸਾਡੇ ਕੋਲ ਨਹੀਂ ਕੋਈ ਵੀ ਪਿਆ ਸੀ ਉਹਨੂੰ ਜੋ ਕੁਛ ਅਨੁਭਵ ਕੀਤਾ ਜੋ ਕੁਛ ਦਿਸਿਆ ਜੋ ਕੁਛ ਉਹਨਾਂ ਨੂੰ ਮਿਲੇ ਗਿਲੇ ਆ ਜੋ ਕੁਛ ਉਹਨਾਂ ਦੇ ਜੀਵਨ ਬਾਰੇ ਸਾਨੂੰ ਪਤਾ ਉਹਦੇ ਤੋਂ ਮੈਨੂੰ ਏਦਾਂ ਲੱਗਾ ਬਈ ਬਹੁਤ ਇੱਕ ਵੱਡੀ ਗਿਣਤੀ ਦੇ ਵਿੱਚ ਜੇ ਇਸ ਵੇਲੇ ਪ੍ਰਚਾਰ ਕੋਈ ਕਰਿਆ ਤੇ ਉਹ ਹੈਗਾ ਸੰਤ ਬਾਬਾ ਰਣਜੀਤ ਸਿੰਘ ਜੀ ਜਿੱਥੇ ਸੰਗਤ ਬਹੁਤ ਵੱਡੀ ਗਿਣਤੀ ਚ ਜੁੜਦੀ ਆ ਔਰ ਨਰੋਲ ਪ੍ਰਚਾਰ ਕਰਦੇ ਆ ਨਰੋਲ ਸਿੱਖੀ ਦਾ ਪ੍ਰਚਾਰ ਤੇ ਜਿਹੜੀਆਂ ਐਂਟੀ ਸਿੱਖੀ ਦੀਆਂ ਜਿਹੜੀਆਂ ਤਾਕਤਾਂ ਹੈਗੀਆਂ ਉਹਨਾਂ ਨੇ ਕੋਈ ਆਪ ਤਾਂ ਕੋਈ ਕਲਾ ਨੀ ਉਹਨਾਂ ਕੋਲ ਇਸ ਤਰ੍ਹਾਂ ਬੰਦੇ ਹੀ ਹੁੰਦੇ ਆ ਜਿਹੜੇ ਬੰਦਿਆਂ ਦੇ ਥਰੂ ਹੀ ਉਹਨਾਂ ਨੇ ਕੋਈ ਨਾ ਕੋਈ ਕਾਰਜ ਕਰਨੇ ਆ ਔਰ ਉਹ ਇਹ ਗੱਲ ਕਦੀ ਨਹੀਂ ਉਹਨਾਂ ਨੂੰ ਬਰਦਾਸ਼ਤ ਹੁੰਦੀ ਵੀ ਕੋਈ ਬੰਦਾ ਏਦਾਂ ਸਿੰਗਲ ਹੈਂਡਲ ਇੰਨਾ ਛੋਟੀ ਉਮਰ ਦਾ ਏਡਾ ਤਕੜਾ ਵੱਡਾ ਪ੍ਰਚਾਰ ਕਰੇ ਔਰ ਇਹ ਸਾਰਾ ਕੁਛ ਇਸ ਢੰਗ ਨਾਲ ਫਰੇਮ ਕੀਤਾ ਗਿਆ ਵੀ ਪ੍ਰਚਾਰ ਨੂੰ ਕਿੱਦਾਂ ਤਾਰਪੀਡੋ ਕਰਨਾ ਤੇ ਮੇਰੀ ਬੇਨਤੀ ਇਹ ਆ ਪਈ ਸਿੱਖ ਸੰਗਤਾਂ ਨੂੰ ਪਹਿਲੀ ਗੱਲ ਤੇ ਇਹ ਵੀ ਸਾਨੂੰ ਏਦਾਂ ਦੇ ਜਿਹੜੇ ਕੋਈ ਇਲਜ਼ਾਮ ਲਾਏ ਜਾਂਦੇ ਆ ਉਹਨਾਂ ਦੇ ਜੋ ਕਿਉਂਕਿ ਉਹਨਾਂ ਨੇ ਖੁੱਲੇ ਤੌਰ ਤੇ ਕਹਿੰਦਾ ਭਾਈ ਮੈਨੂੰ ਪੈਨਲ ਬਣਾਓ ਇੱਥੇ ਸੱਦ ਲਓ ਇੰਗਲੈਂਡ ਕਨੇਡਾ ਅਮਰੀਕਾ ਜਿੱਥੇ ਮਰਜ਼ੀ ਸੱਦ ਲਓ ਮੈਂ ਆਪਣਾ ਸਪਸ਼ਟੀਕਰਨ ਜਿਹੜਾ ਹੈਗਾ ਸੰਗਤਾਂ ਦੇ ਰੂਬਰੂ ਚੈੱਕ ਕਰਾ ਲਓ ਬਹੁਤ ਵੱਡੀ ਗੱਲ ਹੁੰਦੀ ਆ
ਵੀ ਮੈਂ ਦੇਣ ਲਈ ਤਿਆਰ ਹਾਂ। ਹੁਣ ਮੈਂ ਸਮਝਦਾ ਕਿ ਕੋਈ ਵੀ ਮੀਡੀਆ ਜਾਂ ਕੋਈ ਵੀ ਪ੍ਰਿੰਟਡ ਆ ਜਾਂ ਉਹ ਆਪਣੇ ਟੈਲੀਵਿਜ਼ਨ ਆ, ਸਾਨੂੰ ਇਹ ਜ਼ਰੂਰ ਚਾਹੀਦਾ ਵੀ ਅਸੀਂ ਕਿਸੇ ਗੱਲ ਦੀ ਪਹਿਲਾਂ ਤਹਿ ਤੱਕ ਉਹਦੀ ਖੋਜ ਜ਼ਰੂਰ ਕਰ ਲਈਏ, ਕਿਉਂਕਿ ਕਿਸੇ ਜੀਵਨ ਬੰਦੇ ਦਾ ਉਹੀ ਰੋਲ ਦੇਣਾ ਮੈਂ ਸਮਝਦਾ ਵੈਸੇ ਵੀ ਇੱਕ ਇੱਕ ਬਹੁਤ ਵੱਡਾ ਇਹ ਮਤਲਬ ਇਨਸਾਨੀਅਤ ਤੌਰ 'ਤੇ ਵੀ ਬਹੁਤ ਵੱਡਾ ਇੱਕ ਗੱਲ ਆ। ਹੁਣ ਜੇ ਯੋਗਾ ਤੋਂ ਗੱਲ ਕਰਦੇ, ਮੈਂ ਕਿਹਾ ਯੋਗਾ ਸਿੰਘ ਹਰ ਇੱਕ ਬੰਦੇ ਅੱਜ ਮਹਿਸੂਸ ਇੱਦਾਂ ਕਰਨ ਲੱਗ ਪਿਆ, ਤੇਰੇ ਮੇਰੇ ਕਾ ਬੰਦਾ ਵੀ ਜਿਹਨਾਂ ਨੇ ਤਕਰੀਬਨ ਬਹੁਤ ਲੰਮਾ ਸਮਾਂ ਲਾਇਆ ਵੀ ਕੋਈ ਬੰਦਾ ਕਿਸੇ ਸ਼ਹਿਰ 'ਚੋਂ ਸਾਡਾ ਤਾਂ ਕੰਮ ਹੀ ਉੱਦਾਂ ਦਾ ਆ ਵੀ ਉੱਥੇ ਜੋ ਮਰਜ਼ੀ ਆ ਨਹੀਂ ਕਿਸੇ ਨੇ ਬਣਾ ਕੇ ਕਦੇ ਲਾ ਦੇਵੋ ਫਲਾਣੇ ਨੂੰ ਤਾਂ ਵੀ ਜਨਾਨੀ ਉਹ ਗੱਡੀ 'ਚ ਬੈਠੀ ਸੀ ਜਾ ਸੀ ਤੇ ਉਹ ਤਾਂ ਦਸਾਂ ਮਿੰਟਾਂ ਦੇ ਵਿੱਚ ਸਾਰਾ ਕੁਝ, ਜਦ ਤੱਕ ਬੰਦੇ ਨੇ ਪੁੱਛਣਾ ਉੱਥੋਂ ਤਾਂ ਗੱਲ ਰੁੜ ਜਾਂਦੀ ਆ। ਇਸ ਕਰਕੇ ਮੈਂ ਸਮਝਦਾ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਆ ਅਸੀਂ, ਠੀਕ ਹੈ ਸਾਨੂੰ ਇਹ ਇਹ ਮਾੜਾ ਨਹੀਂ ਜੇ ਕੋਈ ਮਤਲਬ ਟੈਲੀਵਿਜ਼ਨ ਜਾਂ ਕੋਈ ਦਿੱਤਾ, ਅਸੀਂ ਕਿਸੇ ਇਨਸਾਨ ਦਾ ਜੀਵਨ ਹੀ ਰੋਲ ਦਈਏ, ਇਹ ਵੀ ਇੱਕ ਇਨਸਾਨੀਅਤ ਨਹੀਂ ਹੈਗੀ, ਕਿੱਡਾ ਵੱਡਾ ਧਰੋਹ ਆ। ਇਸ ਕਰਕੇ ਮੈਂ ਸਮਝਦਾ ਕਿ ਏਦਾਂ ਦੀ ਗੱਲ ਲਿਆਉਣ ਤੋਂ ਪਹਿਲਾਂ ਜੇ ਕੋਈ ਵੀ ਬੰਦਾ ਲਿਆਉਂਦਾ ਉਹਨੂੰ ਕਹੋ ਵੀ ਬਾਈ ਜਫਾਰ ਸੁਣੋ, ਸਾਨੂੰ ਉਹਦੀ ਪੂਰੀ ਤਹਿ ਤੱਕ ਜਾਣ ਦੇ, ਪਤਾ ਕਰੋ ਸਾਰਾ ਕੁਛ। ਹਾਂ ਜੇ ਕੋਈ ਸੱਚਾਈ ਹੈਗੀ ਆ ਫਿਰ ਜਿੱਦਾਂ ਕਿਹਾ ਮੇਰੇ ਵੀਰਾਂ ਨੇ ਲਿਆਓ ਉਹਨੂੰ, ਪਰ ਬਿਨਾਂ ਸੱਚਾਈ ਤੋਂ ਬਿਨਾਂ ਤੱਥਾਂ ਤੋਂ ਆਪਾਂ ਜਦੋਂ ਇੱਕਦਮ ਕਾਹਲੇ ਪੈ ਜਾਂਦੇ ਹਾਂ ਵੀ ਇਹ ਗੱਲ ਜਿਹੜੀ ਹੈਗੀ ਠੰਡੀ ਨਾ ਹੋ ਜਾਵੇ, ਛੇਤੀ ਨਾ ਛੇਤੀ ਮਤਲਬ ਲਿਜਾ ਕੇ ਰੱਖੀਏ, ਉਹਦੇ ਨਾਲ ਅਸੀਂ ਬਹੁਤ ਵੱਡਾ ਨੁਕਸਾਨ ਕਰਦੇ ਹਾਂ, ਬਹੁਤ ਵੱਡਾ ਨੁਕਸਾਨ ਕਰਦੇ ਹਾਂ। ਔਰ ਮੈਂ ਸਮਝਦਾ ਕਿ ਸਾਨੂੰ ਇਹ ਬੇਨਤੀ ਜਿੱਦਾਂ ਹੈਗੀ ਸਮੂਹ ਸੰਗਤ ਨੂੰ ਕਰਨੀ ਚਾਹੀਦੀ ਆ ਵੀ ਉਹਨਾਂ ਦਾ ਬੜਾ ਤਗੜਾ, ਜਦੋਂ ਤੱਕ ਆਪਾਂ ਕੋਈ ਉਹਨਾਂ ਦੀ ਗੱਲ ਜਿਹੜੀ ਹੈਗੀ ਹੈ ਜਿਹਦੇ ਵਿੱਚ ਕੋਈ ਸੱਚਾਈ ਹੋਵੇ ਉਹ ਸੁਣ ਨਹੀਂ ਦਿੰਦੇ ਜਾਂ ਆਪਣੇ ਕੋਲ ਨਹੀਂ ਆਉਂਦੀ, ਆਪਾਂ ਨੂੰ ਪੂਰਾ ਉਹਨਾਂ ਦੇ ਨਾਲ ਸਤਿਕਾਰ ਕਰਨਾ ਚਾਹੀਦਾ। ਔਰ ਇਹ ਮੈਸੇਜ ਉਹਨਾਂ ਨੂੰ ਅੱਜ ਜਾਣਾ ਚਾਹੀਦਾ ਵੀ ਤੁਸੀਂ ਡਟ ਕੇ ਪ੍ਰਚਾਰ ਕਰੋ, ਇਹ ਐਂਟੀ ਸਿੱਖ ਜਿਹੜੀ ਮਤਲਬ ਲੋਬੀ ਹੈਗੀ ਆ ਇਹ ਉਹਨਾਂ ਦਾ ਕੰਮ ਆ, ਉਹ ਬੰਦੇ ਕਰ ਰਹੇ। ਹਾਂ ਉਹਨਾਂ ਕੋਲ ਕੋਈ ਸਬੂਤ ਹੈਗੀ ਉਹ ਲਿਆਉਣ, ਸਕਦਾ ਉਹ ਦੇਖਣਗੇ, ਉਹ ਤੋਂ ਬਾਅਦ ਬਾਕੀ ਉਹਦੇ ਤੇ ਵਿਚਾਰ ਕੀਤੀ ਜਾਵੇ। ਪਰ ਐਵੇਂ ਬਿਨਾਂ ਵਜੇ ਆਪਾਂ ਇੱਕ ਮਹਾਂਪੁਰਖ ਤੇ ਏਡਾ ਜਿੱਦਾਂ ਵੱਡਾ ਐਲੀਗੇਸ਼ਨ ਲਾ ਦੇਣਾ, ਇਹ ਉਹਨਾਂ ਨਾਲ ਬਿਲਕੁਲ ਬੇਇਨਸਾਫੀ ਔਰ ਧੱਕਾ ਹੈ, ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਸੋ ਭਾਈ ਅੰਬੇਕ ਸਿੰਘ ਦੀ ਗੱਲ ਇਹਨਾਂ ਨੇ ਆਪਣੇ ਵਿਚਾਰ ਦਿੱਤੇ ਨੇ। ਸੋ ਅਸੀਂ ਗੱਲ ਕਰ ਰਹੇ ਹਾਂ ਸੰਤ ਰਣਜੀਤ ਸਿੰਘ ਢੱਡਿਆਂ ਵਾਲੇ, ਜਿਹਨਾਂ ਤੇ ਬਹੁਤ ਵੱਡਾ ਇਲਜ਼ਾਮ ਲਗਾ ਕੇ ਬਹੁਤ ਵੱਡਾ ਸਨਸਨੀ ਖੜੀ ਕਰ ਦਿੱਤੀ ਗਈ ਹੈ, ਤੇ ਅਸੀਂ ਹੁਣ ਜਥੇਦਾਰ ਸਾਹਿਬ ਭਾਈ ਬਲਵੀਰ ਸਿੰਘ ਉਹਨਾਂ ਨੂੰ ਵੀ ਸਵਾਲ ਪੁੱਛਾਂਗੇ। ਇਹਦੇ ਨਾਲ ਬੇਨਤੀ ਹੈ ਸਾਰੇ ਪੈਨਲ ਨੂੰ ਕਿ ਕੋਈ ਵੀ ਵੀਰ ਹੱਥ ਖੜਾ ਕਰ ਦੇਵੇ ਇਸ ਮੁੱਦੇ ਤੇ ਬੋਲਣਾ ਚਾਹੁੰਦਾ। ਤੇ ਭਾਈ ਸਾਹਿਬ ਜੀ, ਜਦੋਂ ਪੰਜਾਬ ਛੱਡ ਰਿਹਾ ਸੀ ਉਦੋਂ ਵੀ ਇੱਕ ਸਲੋਗਨ ਜਿਹਾ ਚੱਲਦਾ ਸੀ ਮੀਡੀਆ ਵਿੱਚ ਕਿ ਪੰਜਾਬ ਇਜ਼ ਬਰਨਿੰਗ ਬਟ ਮੀਡੀਆ ਇਜ਼ ਅਰਨਿੰਗ। ਸੋ ਮੀਡੀਆ ਦਾ ਇਹ ਹੁੰਦਾ ਕਿ ਜਿੰਨੀ ਜ਼ਿਆਦਾ ਸਨਸਨੀ ਕੇਸ ਅੱਗ ਲੱਗੇ ਜ਼ਿਆਦਾ, ਜਿੰਨਾ ਜ਼ਿਆਦਾ ਧਮਾਕਾ ਹੋਵੇ ਓਨਾ ਉਹਦੀ ਵਿਊਅਰਸ਼ਿਪ ਵੱਧਦੀ ਹੈ, ਕਿਉਂਕਿ ਲੋਕੀ ਨਿੰਦਾ ਜ਼ਿਆਦਾ ਸੁਣਦੇ ਆ ਤੇ ਸੋਭਾ ਕਿਸੇ ਤੋਂ ਨਹੀਂ ਬਰਦਾਸ਼ਤ ਹੁੰਦੀ ਕਈ ਵਾਰੀ। ਸੋ ਅੱਜ ਜਿਹੜਾ ਓਵਰਨਾਈਟ ਹੀ ਇੱਕ ਵਿਅਕਤੀ ਦਾ ਸਿਰ ਕੱਟ ਕੀਤਾ ਗਿਆ ਇੰਨਾ ਵੱਡਾ ਇਲਜ਼ਾਮ ਤੇ ਇਸ ਤਰੀਕੇ ਦੇ ਨਾਲ ਉਹਨੂੰ ਮੀਡੀਆ ਵਿੱਚ ਉਛਾਲਿਆ ਗਿਆ, ਤੁਸੀਂ ਕੀ ਕਰਦੇ? ਮੈਂ ਭਾਈ ਸਾਹਿਬ ਜਿਹੜੀ ਆਪਣੀ ਸੁਖਵਿੰਦਰ ਸਿੰਘ ਆ ਜਿਹੜੀ ਉਹ ਇੰਟਰਵਿਊ ਦੇ ਰਿਹਾ ਸੀ ਉਹ ਸੁਣੀ ਜੀ, ਤੇ ਭਾਈ ਸਾਹਿਬ ਰਣਜੀਤ ਸਿੰਘ ਉਹਨਾਂ ਦੀ ਵੀ ਸਾਰੀ ਗੱਲਬਾਤ ਮੈਂ ਸੁਣੀ। ਜਿਹੜੀ ਉਹਦੀ ਇੰਟਰਵਿਊ ਦੇ ਵਿੱਚ ਮੈਨੂੰ ਇਹ ਲੱਗਾ ਮੇਰੇ ਕੇਸ ਕਦਰ ਕਰ ਦਿੱਤੇ ਪੁਲਿਸ ਵਾਲੇ, ਇਹਨਾਂ ਦੇ ਕਹਿਣੇ ਦੇ ਕਦਰ ਕੀਤੇ ਆ। ਏਦਾਂ ਦੀ ਇੱਕ ਸਟੋਰੀ ਇੱਥੇ ਮੈਂ ਕਿਹਾ ਸਕੋਟਲੈਂਡ ਵਿੱਚ ਹੋਈ ਸੀ, ਉੱਥੇ ਕਿਸੇ ਮੁੰਡੇ ਨੇ ਕੇਸ ਕਤਲ ਕਰ ਲਏ ਆਪੇ, ਕਹਿਤਾ ਗੋਰਿਆਂ ਨੇ ਕਦਰ ਕਰ ਦਿੱਤੇ ਚਾਹੁੰਦਾ ਤੂੰ ਵਾਪਸੀ। ਦੂਜਾ ਆ ਵੀ ਮੈਨੂੰ ਏਦਾਂ ਲੱਗਾ ਆ ਵੀ ਜੇ ਉਹ 25 ਲੱਖ ਰੁਪਈਆ ਛਪਾਉਣ ਦੀ ਖਾਤਰ ਇਲਜ਼ਾਮ ਉਹਨਾਂ ਦੇ ਮੜ ਰਿਹਾ ਹਾਂਜੀ, ਤੇ ਹਾਈਕੋਰਟ ਦਾ ਸ਼ਾਇਦ ਵਕੀਲ ਵੀ ਕਰ ਰਿਹਾ ਔਰ ਬੜੇ ਚਲੋ ਉਹਨਾਂ ਨੇ ਤਾਂ ਆਪਣਾ ਰੋਜ਼ੀ ਰੋਟੀ ਕਮਾਉਣਾ ਹੁੰਦਾ ਜਿੱਦਾਂ ਮੀਡੀਆ ਵਾਲੇ ਕਮਾ ਰਹੇ ਏਦਾਂ ਉਹ ਵੀ ਕਮਾ ਰਹੇ ਆ, ਤੇ ਪਰ ਕਿਸੇ ਤੇ ਗਲਤ ਇਲਜ਼ਾਮ ਲਾਉਣਾ ਬਿਨਾਂ ਸਬੂਤ ਤੋਂ ਬੜੀ ਮਾੜੀ ਗੱਲ, ਚਾਹੇ ਉਹਨਾਂ ਸੰਸਥਾ ਤੇ ਲਗਾ ਚਾਹੇ ਹੋਰ ਵੀ ਕਿਸੇ ਗਰੀਬ ਉੱਤੇ ਵੀ ਲਾਉਣਾ ਵੀ ਗਲਤ ਹੈ ਹਾਂਜੀ। ਤੇ ਮੈਨੂੰ ਤਾਂ ਇਹ ਲੱਗਾ ਆ ਵੀ ਇਹ ਮੀਡੀਆ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਆ, ਖਾਸ ਕਰਕੇ ਸਾਡੇ ਬਹੁਤ ਹਮਲੇ ਹੋ ਰਹੇ ਆ, ਚਾਰਜ ਫੇਰ ਉਹ ਸਾਡੇ ਤੇ ਇੰਟੈਲੀਜੈਂਸ ਵੀ ਕਰ ਰਹੀ ਹੈ, ਗੌਰਮੈਂਟ ਵੀ ਕਰ ਰਹੀ ਆ, ਸਾਡਾ ਪ੍ਰਚਾਰ ਰੋਕਣ ਦੀ ਸਾਰੀ ਗੱਲ ਇਹ ਪ੍ਰਚਾਰ ਰੋਕਣ ਦੀ ਗੱਲ ਹੀ ਹੋ ਰਹੀ ਹੈ, ਇਹ ਪ੍ਰਚਾਰ ਕਿਉਂ ਹੋ ਰਿਹਾ ਜੇ ਸਿੰਘ ਸਾਜ ਗਏ ਤੇ ਸਾਡੇ ਮੂਹਰੇ ਖੜ ਜਾਣਗੇ ਆਪਣੇ ਹੱਕ ਲੈਣੇ ਸ਼ੁਰੂ ਕਰ ਦੇਣਗੇ। ਇਹ ਹੁਣ ਗੱਲ ਹੈ ਵੀ ਇੰਨੀ ਵੱਡੀ ਲਹਿਰ ਬਣ ਗਈ ਬਲਵੰਤ ਸਿੰਘ ਇਸ਼ੂ ਤੇ, ਹੈਨਾ ਉਸ ਲਹਿਰ ਨੂੰ ਡਟ ਕੇ ਬੋਲਿਆ, ਉਸ ਲਹਿਰ ਨੂੰ ਤਾਂ ਇਹ ਜਿਹੜਾ ਪ੍ਰਚਾਰਕ ਲਹਿਰ ਨੂੰ ਤਾਰਪੀਟੋ ਕਰਨ ਵਾਸਤੇ ਜੋ ਕੁਛ ਹੋ ਰਿਹਾ ਮੈਂ ਤਾਂ ਇਹ ਅਨੁਭਵ ਕੀਤਾ। ਪਰ ਸਾਡਾ ਜਿਹੜਾ ਮੀਡੀਆ ਦਾ ਖਾਸ ਕਰਕੇ ਜਿਹੜਾ ਆਪਣਾ ਇੱਥੇ ਦਾ ਮੀਡੀਆ ਆ ਉਹਨੂੰ ਸੁਚੇਤ ਰਹਿਣਾ ਚਾਹੀਦਾ ਆ, ਉਦੋਂ ਉਹਨੂੰ ਏਦਾਂ ਦੁੱਧਾ ਖੜੀ ਕਰਨ ਵਿੱਚ ਬੜਾ ਵੱਡਾ ਪਾਪ ਆ,
ਹਾਂ ਤੁਹਾਡੇ ਕੋਲ ਕੋਈ ਸਬੂਤ ਹੈਗਾ ਉਹ ਸੰਗਤਾਂ ਮੂਹਰੇ ਲਿਆਓ ਮਾਨੂੰ ਸਾਡਾ ਕੋਈ ਸਾਕਾ ਥੋੜੋ ਗਲਤ ਕੰਮ ਕੀਤਾ ਤਾਂ ਗੱਲ ਨਹੀਂ ਗਲਤੀ ਹੋਵੇ ਤਾਂ ਅਸੀਂ ਬਿਲਕੁਲ ਸੰਗਤਾਂ ਦੇ ਨਾਲ ਖੜੇ ਹੋਵਾਂਗੇ ਪਰ ਜੇ ਗਲਤ ਨਹੀਂ ਹੈਗੇ ਉਹ ਸਹੀ ਆ ਆਪਣੀ ਡਿਊਟੀ ਬਣਦੀ ਆ ਉਹਨਾਂ ਦਾ ਸਹਿਯੋਗ ਦੇਣ ਦੀ ਉਹਨਾਂ ਦਾ ਪ੍ਰਚਾਰ ਜਾਰੀ ਰਵੇ ਜੇ ਕੋਈ ਸਬੂਤ ਲਿਆਉਂਦਾ ਆਪਾਂ ਬਿਲਕੁਲ ਸਬੂਤ ਵਾਲੇ ਦੇ ਨਾਲ ਖੜੇ ਹੋਵਾਂਗੇ ਬਲਵੀਰ ਸਿੰਘ ਜਥੇਦਾਰ ਭਾਈ ਜੋਗਾ ਸਿੰਘ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਨੇ ਤੇ ਹੁਣ ਮੈਂ ਭਾਈ ਰਣਧੀਰ ਸਿੰਘ ਨਾਲ ਬੇਨਤੀ ਕਰੂੰਗਾ ਕਿ ਉਹਨਾਂ ਨੇ ਅਗਰ ਕੋਈ ਇਸ ਮੁੱਦੇ ਤੇ ਵਿਚਾਰ ਦੇਣੇ ਨੇ ਕਿਉਂਕਿ ਕਾਫੀ ਨਜ਼ਦੀਕ ਰਹੇ ਨੇ ਤੇ ਸੰਗਤ ਟੀਵੀ ਨੂੰ ਇਹਨਾਂ ਸ਼ਖਸੀਅਤਾਂ ਦਾ ਬਹੁਤ ਵੱਡਾ ਸਹਿਯੋਗ ਆ ਤੇ ਉਹ ਜ਼ਰੂਰ ਆਪਣੇ ਵਿਚਾਰ ਦੇਣ ਉਸ ਤੋਂ ਬਾਅਦ ਭਾਈ ਹਰਦੀਪ ਸਿੰਘ ਆਪਣੇ ਵਿਚਾਰ ਦੇਣਗੇ ਮੈਂ ਤਾਂ ਇਹ ਕਹਾਂਗਾ ਇਹ ਜੋ ਦੋ ਮੀਡੀਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਸਿੱਖ ਕੌਮ ਦੇ ਵਾਸਤੇ ਬਖਸ਼ਿਸ਼ ਕੀਤੀ ਹੈ ਮੈਂ ਤੇ ਬਖਸ਼ਿਸ਼ ਹੀ ਕਹਾਂ ਇਸ ਬਖਸ਼ਿਸ਼ ਨੂੰ ਅਸੀਂ ਬਖਸ਼ਿਸ਼ ਹੀ ਸਮਝੀਏ ਪਰ ਭਾਈ ਸਾਹਿਬ ਜੀ ਭਾਈ ਮਹਿੰਦਰ ਸਿੰਘ ਜੀ ਜਦੋਂ ਵੀ ਮੀਟਿੰਗ ਵਿੱਚ ਆਏ ਨਾ ਉਹਨਾਂ ਨੇ ਆਖਿਆ ਕਿ ਦੋ ਧਾਰ ਰੱਖਣੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਦੋ ਤਾਂ ਰੱਖ ਕਈ ਵਾਰ ਦੇਖੋ ਆਪਾਂ ਰਾਜੀਵਾਨਾ ਦੇ ਸੰਬੰਧ ਵਿੱਚ ਇਸ ਨੂੰ ਸਿੱਖ ਕੌਮ ਦੇ ਹਿੱਤ ਵਾਸਤੇ ਯੂਜ ਕੀਤਾ ਕਿੱਥੇ ਅਸੀਂ ਸਾਡੀ ਗੱਲ ਗਈ ਨਹੀਂ ਤਾਂ ਸਾਡੀ ਗੱਲ ਕਦੇ ਸੁਣੀ ਨਹੀਂ ਜਾਂਦੀ ਸੀ ਹੁਣ ਪੰਜਾਬ ਦੇ ਵਿੱਚ ਵੀ ਦੋ ਚਾਰ ਟੈਲੀਵਿਜ਼ਨ ਸਿੱਖਾਂ ਦੇ ਆਪਣੇ ਹੈਗੇ ਬੇਸ਼ੱਕ ਉਹ ਸਾਰਾ ਦਿਨ ਧਾਰਮਿਕ ਪ੍ਰੋਗਰਾਮ ਨਹੀਂ ਹੁੰਦੇ ਜਿਸ ਤਰ੍ਹਾਂ ਡੇ ਐਂਡ ਨਾਈਟ ਹੈ ਚੜ੍ਹਦੀ ਕਲਾ ਟੀਵੀ ਟਾਈਮ ਟੀਵੀ ਹੈ ਇਸੇ ਤਰ੍ਹਾਂ ਇੱਕ ਸੈਵਨ ਸੀਜ਼ ਹੈ ਉਹਨਾਂ ਨੇ ਵੀ ਪੀ ਟੀ ਸੀ ਹੈ ਫਾਸਟ ਇੱਕ ਹੋਰ ਹੈ ਜਿਹੜੀ ਕੇਬਲ ਚੱਲਦੀ ਹੈ ਉਹਨਾਂ ਸਾਰਿਆਂ ਨੇ ਜੋੜ ਲਾਇਆ ਪਰ ਮੈਂ ਉਹਨਾਂ ਦਿਨਾਂ ਵਿੱਚ ਇੰਡੀਆ ਸੀ ਜਿੰਨਾ ਦੂਸਰਾ ਮੀਡੀਆ ਸੀ ਉਹਨਾਂ ਨੇ ਤਕਰੀਬਨ ਤੁਸੀਂ ਜਿੰਨੇ ਡਿਬੇਟ ਉਹਨਾਂ ਦੇ ਦੇਖੋ ਕੋਈ ਵੀ ਸਾਡੇ ਹੱਕ ਦੀ ਗੱਲ ਨਹੀਂ ਸੀ ਹਾਂਜੀ ਇੱਥੇ ਤੁਸੀਂ ਇੰਟਰਨੈਟ ਤੇ ਦੇਖ ਸਕਦੇ ਸੀ ਮੈਂ ਤਾਂ ਉਹਨਾਂ ਦਿਨਾਂ ਵਿੱਚ ਇੰਡੀਆ ਸੀ ਜੇ ਸਾਡੀ ਗੱਲ ਕੀਤੀ ਹੈ ਤਾਂ ਸਿੱਖ ਨਹੀਂ ਹੋਣਗੇ ਸੋ ਮੈਂ ਹੁਣ ਵੀ ਕਹਾਂਗਾ ਕਿ ਇਸ ਨੂੰ ਅਸੀਂ ਕਦੀ ਵੀ ਐਸਾ ਪ੍ਰੋਗਰਾਮ ਨਾ ਦੇਈਏ ਜਿਹਦੇ ਨਾਲ ਸਿੱਖਾਂ ਦੇ ਮਨ ਟੁੱਟਣ ਸ਼ਰਧਾ ਟੁੱਟੇ ਹਾਂ ਜੇ ਬਿਲਕੁਲ ਕਿਸੇ ਨੇ ਏਦਾਂ ਦਾ ਕਾਰਜ ਕਰ ਦਿੱਤਾ ਆ ਬਈ ਫਿਰ ਵੀ ਸਾਡਾ ਹੱਕ ਬਣਦਾ ਹੈ ਜਿਸ ਸਟੇਜ ਤੇ ਇਸ ਟਾਈਮ ਬਾਬਾ ਰਣਜੀਤ ਸਿੰਘ ਹੈ ਸਾਡੇ ਕੋਲ ਕੌਮ ਕੋਲ ਬਹੁਤ ਘੱਟ ਹੀਰੋ ਹਨ ਮੈਂ ਕਹਾਂਗਾ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਆ ਕਿ ਸਾਡੀ ਕੌਮ ਵਿੱਚ ਕੋਈ ਐਸਾ ਪ੍ਰਾਣੀ ਹੈ ਜਿਹਨੂੰ ਸੁਣਨ ਤਾਂ ਕੋਈ ਜਾਂਦਾ ਮੈਂ ਕਹਿੰਦਾ ਹੁਣ ਮਸਕੀਨ ਜੀ ਵਰਗੇ ਬਹੁਤ ਮਹਾਨ ਵਿਦਵਾਨ ਵਿਅਕਤੀ ਹੋਏ ਪਰ ਸਰੋਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਕਿੰਨੇ ਕੁ ਹੁੰਦੇ ਸੀ ਪਰ ਮੈਂ ਆਪ ਭਾਈ ਹਰਦੀਪ ਸਿੰਘ ਜੀ ਦੇ ਪਿੰਡ ਪ੍ਰੋਗਰਾਮ ਸੀ ਬਾਬਾ ਰਣਜੀਤ ਸਿੰਘ ਜੀ ਦਾ ਤੇ ਮੈਂ ਵੀ ਕੁਦਰਤੀ ਗਿਆ ਸੀ ਮੈਂ ਕਿਹਾ ਯਾਰ ਮੈਂ ਵੀ ਦੇਖ ਆਵਾਂ ਨਹੀਂ ਤਾਂ ਡੇਰੇ ਦਾ ਸਾਧਨ ਮੇਰੀ ਬਹੁਤ ਘੱਟ ਮੈਂ ਜਿਹੜੇ ਆਪਣੇ ਡੇਰੇ ਨੂੰ ਸਿੱਧੀ ਜਿਹੜੀ ਗੱਲ ਪਰ ਮੈਂ ਇਹਨਾਂ ਦਾ ਪ੍ਰੋਗਰਾਮ ਦੇਖਿਆ ਸਾਰਾ ਪ੍ਰੋਗਰਾਮ ਉਹ ਮੇਰਾ ਪਹਿਲਾ ਸੀ ਪ੍ਰੋਗਰਾਮ ਜਿਹੜਾ ਮੈਂ ਆਪ ਵਿੱਚ ਬੈਠ ਕੇ ਦੇਖਿਆ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣ ਵਾਲੀ ਗੱਲ ਹੁਣ ਤਾਂ ਚਲੋ ਸਾਡੀ ਉਹਨਾਂ ਨਾਲ ਕੁਛ ਨੇੜਤਾ ਪਹਿਲਾਂ ਨਾਲੋਂ ਕਿਤੇ ਵੱਧ ਹੈ ਉਹ ਸੰਗਤ ਟੀਵੀ ਦੇ ਜਿਸ ਤਰ੍ਹਾਂ ਬਾਬਾ ਜੀ ਬੜੂ ਸਾਹਿਬ ਵਾਲੇ ਪੈਟਰਨ ਨੇ ਭਾਈ ਮਹਿੰਦਰ ਸਿੰਘ ਜੀ ਸਾਡੇ ਟਰੱਸਟ ਦੇ ਉਹ ਹੈੱਡ ਨੇ ਇਸੇ ਤਰ੍ਹਾਂ ਹੀ ਬਾਬਾ ਸੇਵਾ ਸਿੰਘ ਜੀ ਨੇ ਇਸੇ ਤਰ੍ਹਾਂ ਹੀ ਬਾਬਾ ਰਣਜੀਤ ਸਿੰਘ ਵੀ ਸਾਡੇ ਪੈਟਰਨ ਨੇ ਮੈਂ ਇਹ ਕਹਾਂਗਾ ਕਿ ਕਦੀ ਵੀ ਇਹਨਾਂ ਦੇ ਨਹੀਂ ਕੋਈ ਹੋਰ ਵੀ ਥੋੜ੍ਹਾ ਬਹੁਤਾ ਵੀ ਪੰਥਰੀ ਜੇ ਕੋਈ ਕਰਦਾ ਹੈ ਅਗਰ ਕੋਈ ਗੱਲ ਆਉਂਦੀ ਹੈ ਸਾਡਾ ਪਹਿਲਾਂ ਹੱਕ ਬਣਦਾ ਮੀਡੀਆ ਦਾ ਵੀ ਉਹਦੇ ਨਾਲ ਪਰਸਨਲ ਸੰਪਰਕ ਕਰੀਏ ਭਾਈ ਜੀ ਤੁਹਾਡੀ ਇਹ ਗੱਲ ਆਈ ਹੈ ਇਹਦੇ ਬਾਰੇ ਤੁਸੀਂ ਦੱਸੋ ਜੇ ਉਹ ਸਾਡੀ ਤਸੱਲੀ ਨਹੀਂ ਕਰਾਉਂਦੇ ਫਿਰ ਸਾਡਾ ਹੱਕ ਬਣਦਾ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਨਾ ਕਿ ਅਸੀਂ ਆਪਣਾ ਚੱਗਾ ਆਪ ਹੀ ਕੱਟੀ ਜਾਈਏ ਪਾਉਂਦੇ ਔਰ ਮੈਂ ਉਸ ਦਿਨ ਵੀ ਜਦੋਂ ਇਹ ਗੱਲ ਸ਼ੁਰੂ ਹੋਈ ਹੈ ਮੈਂ 6:53 ਤੇ ਮੇਰਾ ਫੋਨ ਭਾਈ ਸਾਹਿਬ ਨੇ ਨਹੀਂ ਚੱਕਿਆ ਬਲ ਹੋਣਾ ਮੈਂ ਉਹਨਾਂ ਨੂੰ ਟੈਕਸਟ ਭੇਜਿਆ ਸੀ ਕਿ ਬਲ ਜੀ ਇਹ ਜੋ ਤੁਸੀਂ ਪ੍ਰੋਗਰਾਮ ਦੇ ਰਹੇ ਹਾਂ ਸਿੱਖ ਕੌਮ ਦੇ ਹੱਕ ਦੀ ਦੇ ਵਿੱਚ ਨਹੀਂ ਜਾਣਾ ਔਰ ਨਾ ਤੁਹਾਡੇ ਹੱਕ ਦੀ ਗੱਲ ਹੈ ਇਹਨੂੰ ਜਿੰਨੀ ਛੇਤੀ ਹੋ ਸਕਦਾ ਸਟੋਪ ਕਰ ਔਰ ਇੱਕ ਮਿੰਟ ਤੋਂ ਪਹਿਲਾਂ ਉਹਨਾਂ ਦਾ ਸੁਨੇਹਾ ਆ ਗਿਆ ਮੈਨੂੰ ਉਸੇ ਵੇਲੇ ਟੈਕਸਟ ਮੈਸੇਜ ਮੇਰੇ ਕੋਲ ਹੈਗਾ ਤੇ ਮੈਂ ਹੁਣੇ ਹੀ ਬੰਦ ਕਰ ਦਿੰਦਾ ਹਾਂਜੀ ਪਰ ਮੈਂ ਉਹਨਾਂ ਨੂੰ ਧੰਨਵਾਦ ਫਿਰ ਭੇਜ ਦਿੱਤਾ ਅੱਧੇ ਮਿੰਟ ਦੇ ਵਿੱਚ ਮੈਂ ਕਿਹਾ ਬਹੁਤ ਤੁਹਾਡਾ ਧੰਨਵਾਦ ਪਰ
ਪਰ ਉਹਨਾਂ ਦਾ ਮੈਸੇਜ ਆਇਆ ਮੈਂ ਤੈਨੂੰ ਮਿਲਣਾ ਚਾਹੁੰਦਾ। ਮੈਂ ਕਿਹਾ ਜਦੋਂ ਮਰਜ਼ੀ ਮਿਲ ਲਿਓ, ਜਦੋਂ ਸੱਤ ਅੱਠ ਮਿੰਟ ਹੋ ਗਏ ਮੈਂ ਫਿਰ ਸੁਨੇਹਾ ਭੇਜਿਆ, ਮੈਂ ਕਿਹਾ ਨੌ ਹੁਣ ਤਾਂ ਤੁਸੀਂ ਬਹੁਤ ਲੇਟ ਹੋ। ਇੱਥੇ ਸਾਡੇ ਰੇਡੀਓ ਚੱਲਦੇ ਹੁੰਦੇ ਸੀ, ਉਹਨਾਂ ਨੇ ਸਦਾ ਹੀ ਸੰਤਾਂ ਮਹਾਂਪੁਰਸ਼ਾਂ ਦਾ ਵਿਰੋਧ ਕੀਤਾ, ਪਰ ਉਹਨਾਂ ਦੀ ਵੀ ਕੋਈ ਹੱਦ ਹੁੰਦੀ ਸੀ ਜਿੱਥੇ ਜਿਹੜੇ ਉਹ ਕਰਦੇ ਸੀ। ਪਰ ਉਸ ਦਿਨ ਪ੍ਰਜੈਂਟਰਾਂ ਨੇ ਜੋ ਕੀਤਾ ਉਹਨਾਂ ਨੇ ਹੱਦ ਨਹੀਂ ਦਿੱਤੀ, ਬਹੁਤ ਨੀਵੀਂ ਪੱਧਰ ਦੇ ਸਵਾਲ ਕੀਤੇ। ਇੱਥੇ ਤੱਕ ਪੁੱਛਿਆ ਗਿਆ ਕਿ ਭਾਈ ਜੀ ਹੁਣ ਤੂੰ ਬਾਬੇ ਬਾਰੇ ਗੱਲ ਦੱਸੋ, ਜੇ ਉਹਦੇ ਬਾਰੇ ਕੋਈ ਹੈਗੀ ਆ ਕੋਈ ਚੰਗੀ ਮੰਦੀ। ਸੋ ਇਸ ਤਰ੍ਹਾਂ ਦੀ ਗੱਲ ਤੋਂ ਸਾਨੂੰ ਸਾਰਿਆਂ ਨੂੰ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਜੇ ਸਾਡੇ ਚੈਨਲ 'ਤੇ ਕੋਈ ਗਲਤ ਹੁੰਦਾ ਹੋਵੇ ਸਾਨੂੰ ਉਸੇ ਵੇਲੇ ਫੋਨ ਕਰਿਆ ਕਰੋ। ਮੈਂ ਤਿੰਨ ਵਾਰੀ ਉਹਨਾਂ ਨੂੰ ਫੋਨ ਕੀਤਾ ਹਾਂਜੀ ਇੱਕ ਸਾਲ ਦੇ ਵਿੱਚ, ਔਰ ਸਿੱਧਾ ਕੀਤਾ ਉਹਨਾਂ ਨੂੰ। ਇੱਕ ਦਿਨ ਉਹਨਾਂ ਨੇ ਭਾਈ ਰਾਜਵਾਣੀ ਦੀ ਭੈਣ ਬਦਲੇ ਅਪੀਲ ਸ਼ੁਰੂ ਕੀਤੀ ਸੀ, ਉਦਣ ਵੀ ਮੈਂ ਉਹਨਾਂ ਨੂੰ ਟੈਕਸਟ ਕੀਤਾ ਸੀ, ਉਹਨਾਂ ਟੈਕਸਟ ਦੇ ਵਿੱਚ ਉਹਨਾਂ ਦਾ ਫੋਨ ਆ ਗਿਆ। ਮੈਂ ਕਿਹਾ ਇਹ ਅਪੀਲ ਭਾਈ ਜੀ ਤੁਸੀਂ ਬੰਦ ਕਰ ਦਿਓ, ਉਹ ਤਾਂ ਬਾਂਸੀ ਲੱਗ ਰਹੇ ਆ, ਉਹ ਤਾਂ ਪੈਸੇ ਆਪਾਂ ਉਹਨਾਂ ਨੇ ਕੀ ਕਰਨਾ ਹੈਗਾ। ਚਲੋ ਉਹਨਾਂ ਨੇ ਉੱਥੇ ਵੇਲੇ ਉਦਣ ਮੇਰੀ ਗੱਲ ਮੰਨ ਲਈ, ਪਰ ਇਸ ਦਿਨ ਉਹ ਲੇਟ ਹੋ ਗਏ। ਮੈਂ ਨਹੀਂ ਕਹਿੰਦਾ ਕਿ ਉਹਨਾਂ ਦੀ ਨੀਤ ਵਿੱਚ ਕੋਈ ਫਰਕ ਹੋਏਗਾ ਹਾਂਜੀ, ਪਰ ਮੈਂ ਫਿਰ ਵੀ ਉਹਨਾਂ ਨੂੰ ਅੱਗੇ ਤੋਂ ਬੇਨਤੀ ਕਰਾਂਗਾ। ਇਹ ਕੰਮ ਸਾਡੇ ਨਾਲ ਮਹਾਸ਼ਾਹ ਅਖਬਾਰਾਂ ਕਰਦੀਆਂ ਹੁੰਦੀਆਂ, ਸਾਡੇ ਸੰਤਾਂ ਦੀਆਂ ਮਹਾਂਪੁਰਸ਼ਾਂ ਦੀਆਂ, ਇੱਥੇ ਤੱਕ ਕਿ ਸਾਡੇ ਗੁਰੂਆਂ ਦਾ ਵੀ ਉਹ ਮਜ਼ਾਕ ਉਡਾਉਂਦੇ ਹੁੰਦੇ, ਕਿਉਂਕਿ ਮੀਡੀਆ ਉਹਨਾਂ ਦੇ ਹੱਥ ਸੀ, ਸਾਡੇ ਕੋਲ ਕੋਈ ਅਖਬਾਰਾਂ ਨਹੀਂ ਸੀ। ਹੁਣ ਤਾਂ ਸਾਡੇ ਕੋਲ ਗੁਰੂ ਸਾਹਿਬ ਦੀ ਬਖਸ਼ਿਸ਼ ਹੈ, ਦੋ ਟੀਵੀ ਆ, ਅਸੀਂ ਜਿੰਨੇ ਪ੍ਰੋਗਰਾਮ ਹੈ ਸਿੱਖਾਂ ਦੀ ਚੜ੍ਹਦੀ ਕਲਾ ਦੇ ਦਿਆ ਕਰੀਏ। ਔਰ ਜੋ ਬਾਬਾ ਰਣਜੀਤ ਸਿੰਘ ਆਪਣੀ ਸੇਵਾ ਕਰਦੇ ਹਨ ਉਹ ਜਾਰੀ ਰੱਖਣ, ਅਗਰ ਕੋਈ ਕਿਸੇ ਦੀ ਸ਼ਿਕਾਇਤ ਹੋਵੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਾਨੂੰ ਭੇਜਣੀ ਚਾਹੀਦੀ ਹੈ, ਅਤੇ ਜੋ ਉੱਥੋਂ ਫੈਸਲਾ ਆਵੇ ਸਾਨੂੰ ਉੱਥੇ ਨਾ ਉੱਥੇ। ਮੈਨੂੰ ਯਾਦ ਹੈ ਮੈਨੂੰ ਇੱਕ ਮਿਲਿਆ, ਮੇਰਾ ਗਾਹਕ ਹੁੰਦਾ ਸੀਗਾ ਜਿਹਨੂੰ ਕਹਿੰਦੇ ਆ ਯਹੂਦੀ, ਇਹ ਤਾਂ ਸਾਡੇ ਧਰਮ ਦੇ ਲੀਡਰ ਦੀ ਗੱਲ ਆ, ਉਹ ਵਪਾਰ ਦਾ ਕੇਸ ਵੀ ਕੋਰਟ 'ਚ ਨਹੀਂ ਲਿਜਾਂਦੇ ਨਾ ਮੀਡੀਆ 'ਚ ਲੈ ਕੇ ਜਾਂਦੇ ਆ, ਉਹਨਾਂ ਦੇ ਵਪਾਰ 'ਚ ਵੀ ਕਿਸੇ ਨੇ ਦਾ ਲੈਣ ਦੇਣ ਹੋ ਗਿਆ ਨਾ ਨਹੀਂ ਪੈਸੇ ਦਿੰਦਾ, ਉਹ ਪੰਜ ਰਵਾਈ ਉਹ ਇਕੱਠੇ ਕਰਦੇ, ਜੇ ਰਵਾਈ ਉਹਨਾਂ ਦੇ ਫੈਸਲਾ ਉਹਦੇ ਹੱਕ 'ਚ ਜਾਂ ਜੇ ਗਲਤ ਆ ਜਿਹੜਾ ਬੰਦਾ, ਜੇ ਫਿਰ ਉਹਨੂੰ ਛੇਕ ਦਿੰਦੇ ਆ ਤਾਂ ਦੂਸਰਾ ਮੁੜ ਕੇ ਉਹਨਾਂ ਕੋਈ ਵਪਾਰ ਨਹੀਂ ਕਰਦਾ ਜਰੂਰੀ ਮੁੜ। ਸੋ ਸਾਨੂੰ ਸਾਡੀ ਜਿਹੜੀ ਪਰੰਪਰਾ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਉੱਥੇ ਨੂੰ ਹੀ ਜਾਣਾ ਚਾਹੀਦਾ ਜੇ ਕੋਈ ਗੱਲ। ਬਹੁਤ ਸੋ ਭਾਈ ਰਣਜੀਤ ਸਿੰਘ ਨੇ ਬਹੁਤ ਹੀ ਵਧੀਆ ਸੰਬੋਧਨ ਕੀਤੀ ਗੱਲ ਕਿ ਪੰਜ ਸਰਧਾਨੀ ਜਿਹੜਾ ਕਦੇ ਗੁਰੂ ਸਾਹਿਬ ਨੇ ਸਾਨੂੰ ਪ੍ਰਬੰਧ ਦਿੱਤਾ ਸੀਗਾ ਕਿ ਪੰਜ ਗੁਰਸਿੱਖਾਂ ਤੋਂ ਅਸੀਂ ਆਪਣੇ ਫੈਸਲੇ ਕਰਵਾ ਸਕਦੇ ਹਾਂ, ਉਹਨਾਂ ਦੇ ਫੈਸਲੇ ਸਾਨੂੰ ਮੰਨਣੇ ਚਾਹੀਦੇ ਨੇ, ਕਿ ਦੁਨਿਆਵੀ ਅਦਾਲਤਾਂ ਤੋਂ ਦੁਨਿਆਵੀ ਲੋਕਾਂ ਤੋਂ ਦੂਸ਼ਣਬਾਜ਼ੀ ਤੋਂ ਸਾਨੂੰ ਉੱਪਰ ਉੱਠਣਾ ਚਾਹੀਦਾ, ਅਤੇ ਕਾਸ਼ ਅੱਜ ਅਸੀਂ ਇਹਨਾਂ ਗੱਲਾਂ ਨੂੰ ਤਸਦੀਕ ਕਰ ਸਕੀਏ। ਅਤੇ ਇਹਦੇ ਨਾਲ ਹੀ ਸੰਤ ਬਾਬਾ ਰਣਜੀਤ ਸਿੰਘ ਢੱਡਰਿਆਂ ਵਾਲਾ ਜਿਨ੍ਹਾਂ ਦੇ ਉਹਨਾਂ ਬਾਰੇ ਗੱਲ ਕਰ ਰਹੇ ਹਾਂ ਆਪਾਂ, ਉਹਨਾਂ ਨੇ ਖੁੱਲ੍ਹੇਆਮ ਇਹ ਬਿਲਕੁਲ ਐਲਾਨ ਕੀਤਾ ਕਿ ਕੋਈ ਵੀ ਜਾਇਦਾਦ ਪਰਮੇਸ਼ੁਰ ਦੁਆਰਾ ਵੀ ਉਹਨਾਂ ਦੇ ਨਾਮ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਹੈ, ਨਾ ਉਹ ਕੋਈ ਪੈਸਾ ਰੱਖਦੇ ਨੇ। ਸੋ ਇਹ ਬੜੀ ਵੱਡੀ ਗੱਲ ਹੈ, ਲੇਕਿਨ ਤਾਂ ਵੀ ਉਹਨਾਂ 'ਤੇ ਇੰਨਾ ਵੱਡਾ ਗੰਭੀਰ ਇਲਜ਼ਾਮ ਲਗਾਇਆ ਗਿਆ। ਅਤੇ ਹੁਣ ਮੈਂ ਬੇਨਤੀ ਕਰੂੰਗਾ ਭਾਈ ਸਾਹਿਬ ਹੁਣੀ ਹਰਦੀਪ ਸਿੰਘ ਜੀ, ਉਹ ਇਸ ਮੁੱਦੇ 'ਤੇ ਆਪਣੇ ਵਿਚਾਰ ਦੇਣਗੇ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਜਦੋਂ ਭਾਈ ਰਣਜੀਤ ਸਿੰਘ ਜੀ ਅੱਜ ਤੋਂ ਕੁਛ ਸਾਲ ਪਹਿਲਾਂ ਇੱਥੇ ਆਏ ਆ, ਉਦੋਂ ਇੱਕ ਚਾਚਾ ਦਾ ਵਿਸ਼ਾ ਬਣਿਆ, ਉਹਨਾਂ ਨੇ ਕੰਧੀ ਲਾਈ ਹੈ ਸਰ 'ਤੇ, ਉਹ ਮੱਥਾ ਟਕਾਉਂਦੇ ਆ, ਅਤੇ ਪ੍ਰਚਾਰ ਬਾਹਰ ਹੋਇਆ ਸੀ ਅਤੇ ਅਸੀਂ ਕੁਛ ਨਾ ਮਿਲ ਜਾ ਕੇ ਵੀ ਆਪਾਂ ਇਹਨੂੰ ਪ੍ਰਚਾਰ ਦਾ ਰੂਪ ਬਣਾ ਦਈਏ, ਆਪਾਂ ਨੂੰ ਜਾ ਕੇ ਮਿਲੀਏ। ਮੈਂ ਕਿਹਾ ਉਹਨੂੰ ਪੁੱਛੀ ਜੇ ਉਹ ਗਲਤ ਆ ਵੀ ਇਹਦਾ ਕਾਪਾਲ ਨਹੀਂ ਕਰਨਾ, ਅਤੇ ਉਹਨੂੰ ਰੁਕਿਆ ਅਤੇ ਅਸੀਂ ਜਾ ਕੇ ਮਿਲਿਆ ਉਹਨਾਂ ਨੂੰ, ਜਾ ਕੇ ਗੱਲ ਕੀਤੀ ਵੀ ਤੁਸੀਂ ਆਹ ਧਿਆਨ ਤੋਂ ਗੱਲ ਆ ਰਹੀ ਆ ਜੀ, ਭਾਈ ਵੀਰ ਸਾਹਿਬ ਪੰਜ ਛੇ ਕਹਿੰਦੇ ਗਏ ਉਹਨੂੰ ਮਿਲਣ ਵਾਸਤੇ ਜੀ ਜੀ, ਉਹ ਕਹਿੰਦੇ ਵੀ ਕਾਲਗੀ ਵਾਲੀ ਗੱਲ ਹੈ, ਕਦੀ ਸਬੂਤ ਹੋ ਜਾਵੇ ਮੈਂ ਖਾਲਸਾ ਸਾਹਿਬ ਦੇ ਪਹੁੰਚ ਜਾਊਂਗਾ ਅਤੇ ਮੈਨੂੰ ਜਿਹੜੀ ਉੱਥੋਂ ਸਜ਼ਾ ਮਿਲੀ ਮੈਂ ਲਾਊਂਗਾ। ਮੱਥਾ ਟੇਕ ਵਾਲੀ ਵੀ ਗੱਲ ਹੈ, ਕਹਿੰਦੇ ਪੁਰਾਣੇ ਜਿਹੜੇ ਵੱਡੇ ਮਹਾਂਪੁਰ ਕਿੱਦਾਂ ਟਕਾਉਂਦੇ ਹੁੰਦੇ ਸੀਗੇ, ਉਹਨੂੰ ਕੋਈ ਫਰਕ ਨਹੀਂ ਹੁੰਦਾ ਜੇ ਮੱਥਾ ਟੇਕ ਦੇ ਨਾ ਟੇਕ ਦੇਵੇ, ਅਤੇ ਅਸੀਂ ਉਹਨੂੰ ਗੰਭੀਰਤਾ ਨਾਲ ਹੀ ਸੋਚਿਆ ਮਾਫ਼ੀ ਮੰਗਦਾ, ਗਲਤੀ ਮੰਗਦਾ, ਅੱਗੇ ਵਾਸਤੇ ਹੋ ਗਿਆ ਕੰਮ ਨਹੀਂ ਹੋਊਗਾ। ਇੰਨਾ ਵਧੀਆ ਲੱਗਾ, ਚਲੋ ਇੱਕ ਇੰਨਾ ਉੱਚਾ ਜਿਹੜਾ ਪ੍ਰਚਾਰਕ ਹੈ, ਜਿਹੜਾ ਸਰਕਾਰ ਹੈ ਪੰਥ ਵਿੱਚ, ਬਹੁਤ ਮਿਲਦੇ ਨਹੀਂ ਤੁਹਾਨੂੰ ਸਮਾਜਾਣਾ ਪੈਂਦਾ, ਉਹ ਗੱਲ ਧਿਆਨ ਉਹਨਾਂ ਨੇ ਸੁਣਿਆ ਅਤੇ ਉੱਥੇ ਗੱਲ ਗੌਰ ਕੀਤੀ ਵੀ ਅੱਗੇ ਵਾਸਤੇ ਵੀ ਕੋਈ ਗੱਲ ਹੈਗੀ ਜੋ ਮੈਨੂੰ ਜ਼ਰੂਰ ਬੰਦਾ ਸਾਂਝੀ ਕਰਿਆ ਕਰੋ। ਮੈਂ ਵੀ ਆਖਦੇ ਇਨਸਾਨ ਆ ਨਾ, ਭੁੱਲਣ ਅੰਦਰ ਸਭ ਕੋਲ ਭੁੱਲ ਗੁਰੂ ਪ੍ਰਸਾਦ ਸਭ ਨੂੰ ਪਾਤਸ਼ਾਹੀ ਆ ਨਾ, ਪੂਰੇ ਅੰਦਰ ਬੰਦਾ ਹਰ ਗੱਲ ਹੋ ਸਕਦਾ ਆ। ਪਰ ਮੈਂ ਇੱਥੇ ਹੋਰ ਵੀ ਗੱਲ ਕਰੂੰਗਾ ਵੀ ਸਿੱਖ ਕੌਮ ਆਪਾਂ ਇੱਕ ਪਰਿਵਾਰ ਆ,
ਆਪਾਂ ਨੂੰ ਹਮੇਸ਼ਾ ਹੀ ਸੋਚਣਾ ਚਾਹੀਦਾ ਸਿੱਖ ਇੱਕ ਪਰਿਵਾਰ ਆ, ਗੁਰੂ ਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਨੇ ਗਰੀਬਾਂ ਨੂੰ ਗੁਰਬਿਆਂ ਨੂੰ ਖਾਲ ਕੇ ਇੱਕ ਪਰਿਵਾਰ ਇੱਕ ਅਜੀਬ ਤੁਰਿਆ ਸੀ, ਤੁਸੀਂ ਮੇਰਾ ਇੱਕ ਪਰਿਵਾਰ ਆ ਜਿਹਦੇ ਲਈ ਮਹਾਰਾਜ ਨੇ ਕਿਹਾ ਸੁਖੀ ਵਸੇ ਮੂਰ ਪਰਿਵਾਰਾ ਸਿੱਖ ਸਭ ਕਰਤਾ, ਸਤਿਗੁਰੂ ਪਾਤਸ਼ਾਹ ਨੇ ਇਹ ਗੱਲਾਂ ਕਹੀਆਂ ਤੇ ਸਾਡੇ ਪਰਿਵਾਰ ਦੇ ਵਿੱਚ ਮੈਂ ਕਹਿੰਦਾ ਆਪਣੇ ਪਰਿਵਾਰ ਦੇ ਮੰਨ ਲਓ ਕਿ ਸਿੱਖ ਖਤਮ ਵੀ ਹੋ ਜਾਂਦਾ ਹੈ, ਆਪਾਂ ਉਹਦੀ ਆਪ ਹੀ ਦਫ਼ਾ ਨਾ ਪਰ ਉਤਰ ਕਿਆ ਕਰੀਏ, ਹੋਰ ਬਹੁਤ ਮੀਡੀਆ ਬਾਹਰ ਬੈਠਾ ਹੈ ਜਿਹਨਾਂ ਦੇ ਕੰਮ ਕਰ ਰਹੇ ਆਲਰੇਡੀ, ਜਿਹੜੇ ਸਿੱਖਾਂ ਨੂੰ ਵੇਖਣਾ ਨਹੀਂ ਮੰਗਦੇ, ਜਿਹੜਾ ਸਿੱਖਾਂ ਨੂੰ ਧਾਰ ਆ ਰਿਹਾ, ਮਾਰ ਰਿਹਾ, ਕੁੱਟ ਰਹੇ ਆ, ਮੁੜ ਕੇ ਇਹ ਬਦਨਾਮ ਵੀ ਕਰ ਰਹੇ ਆ, ਉਹ ਲੋਕ ਬਥੇਰਾ ਕਰ ਰਹੇ ਆ, ਆਪਾਂ ਇੱਕ ਪਰਿਵਾਰ ਆ, ਮੇਰੀ ਬੇਨਤੀ ਆ ਸਮੁੱਚੇ ਮੀਡੀਆ ਨੂੰ, ਸਮੁੱਚੇ ਮੀਡੀਆ ਮੇਰੀ ਬੇਨਤੀ ਆ ਕੋਈ ਵੀ ਇੱਦਾਂ ਦੀ ਗੱਲ ਆਉਂਦੀ ਆ ਉਹਨੂੰ ਆਪਾਂ ਪਰਿਵਾਰਕ ਤੌਰ ਤੇ ਬੈਠ ਕੇ ਵਿਚਾਰੀਏ, ਜੇ ਕੋਈ ਤਾਂ ਗੱਲ ਲੱਗਦੀ ਆ, ਜੇ ਤਾਂ ਲੱਗਦਾ ਹੈ, ਜੇ ਇਹੋ ਜਿਹੀ ਗੱਲ ਲੱਗਦੀ ਆ ਤੇ ਆਪਣੇ ਕੋਲ ਮਹਾਰਾਜ ਨੇ ਇੱਕ ਬਹੁਤ ਵੱਡਾ ਆਪਣੇ ਸਿਧਾਂਤ ਦਿੱਤਾ, ਅਕਾਲਤਾ ਸਾਹਿਬ ਜਗਦਾਰ ਦਿੱਤੇ ਆ, ਪੰਚ ਸਿੰਘ ਦਿੱਤੇ ਆ, ਉਹਨਾਂ ਨੂੰ ਗੱਲ ਪਹੁੰਚਾਓ ਸਾਡੇ ਕੋਲ ਗੱਲ ਆਈ ਆ, ਇਹ ਗੱਲ ਦਾ ਕੌਮ ਦਾ ਨੁਕਸਾਨ ਹੋਊਗਾ, ਇਹਨੂੰ ਵਿਚਾਰੋ ਤਾਂ ਕਿ ਉਹ ਵਿਚਾਰ ਕੇ ਕਿਸੇ ਤੇ ਪਹੁੰਚ ਕੇ ਉਹਨੂੰ ਸੱਦ ਕੇ ਉਹਦਾ ਨਿਪਟਾਰਾ ਕਰ ਸਕਣ। ਕਦੀ ਵੀ ਕੋਈ ਇੰਨਾ ਕੋਈ ਵੀ ਇਹੋ ਜਿਹਾ ਪਰਿਵਾਰ ਨਹੀਂ ਹੁੰਦਾ ਸਿਆਣਾ ਜਿਹੜਾ ਕਿ ਆਪਣੇ ਪਰਿਵਾਰ ਦੀ ਆਪਣੇ ਘਰ ਦੀ ਆਪੇ ਦਫ਼ਾ ਪੱਟਣ ਲੱਗ ਪਵੇ, ਇਹ ਦੂਜੇ ਲੋਕਾਂ ਦਾ ਕੰਮ ਆ, ਆਪਣੇ ਲੋਕਾਂ ਦਾ ਕੰਮ ਨਹੀਂ ਹੈਗਾ, ਆਪਣੇ ਮੀਡੀਆ ਦਾ ਕੰਮ ਨਹੀਂ ਹੈਗਾ। ਜਿੱਥੇ ਸੰਤ ਆਪਣੇ ਰਣਜੀਤ ਸਿੰਘ ਢੱਡੀਆਂ ਦੀ ਗੱਲ ਆ, ਉਹਨੇ ਵੀ ਛੋਟੀ ਮੋਟੀ ਵਿੱਚ ਬੜੀ ਭਾਂਤੀ ਸੋਹਣੀ ਸੇਵਾ ਕੀਤੀ ਆ, ਉਹਨਾਂ ਨੇ ਬੜੇ ਲੋਕਾਂ ਨੂੰ ਸਿੱਖ ਬਣਾਇਆ। ਹੁਣ ਆਪਾਂ ਆਪਣੇ ਪਰਿਵਾਰਾਂ ਨੂੰ ਨਿਗਾਹ ਮਾਰ ਕੇ ਵੇਖੀਏ ਕਿ ਆਪਾਂ ਆਪਣੇ ਸਾਰੇ ਪਰਿਵਾਰ ਨੂੰ ਸਿੱਖ ਬਣਾ ਲਿਆ, ਆਪਣੇ ਕੋਲੋਂ ਆਪਣੇ ਪਰਿਵਾਰ ਨੂੰ ਆਪਾਂ ਸਿੱਖ ਨਹੀਂ ਬਣਾ ਸਕਦੇ, ਉਹਨਾਂ ਨੇ ਇੰਨੇ ਲੋਕਾਂ ਨੂੰ ਵਿਗੜਿਆ ਬੰਦਿਆਂ ਨੂੰ ਸਿੱਧੇ ਚਲੋ ਸਿੱਧੀਆਂ ਧਾਰਨਾ ਪੜ੍ਹ ਲਈ ਨਾ, ਕਿਸੇ ਮਹਾਰਾਜ ਸੰਦੇਸ਼ ਪਹੁੰਚਾ ਦਿੱਤਾ, ਆਪ ਉਹਨਾਂ ਨੂੰ ਸਿੱਖ ਬਣਾ ਦਿੱਤਾ। ਮੈਂ ਮਹਾਰਾਜ ਤੇ ਹੁਕਮ ਆ ਜਿਹੜਾ ਇੱਕ ਸਿੱਖ ਬਣਾ ਦੇਵੇ ਤੇ ਉਹਨੂੰ ਕਿੱਡਾ ਵੱਡਾ ਪੁੰਨ, ਕਿੱਡਾ ਵੱਡਾ ਮਹਾਰਾਜ ਜੀ ਨੂੰ ਉਹਦਾ ਫਲ ਮਿਲਦਾ ਹੈ। ਹੁਣ ਤਾਂ ਹਜ਼ਾਰਾਂ ਬੰਦੇ ਸਿੱਖ ਬਣਾਏ ਆ, ਉਹਨਾਂ ਦੀ ਸੇਵਾ ਜਿਹੜੀ ਆ ਉਹ ਮਤਲਬ ਪੰਜ ਬੜੀ ਇੱਕ ਵਧੀਆ ਸੇਵਾ ਉਹਨਾਂ ਨੇ ਕੀਤੀ ਹੈ ਇੰਨੇ ਸਮੇਂ ਦੇ ਵਿੱਚ, ਤੇ ਜੇ ਕੋਈ ਇੱਦਾਂ ਦੀ ਗੱਲ ਲੱਗਦੀ ਵੀ ਸੀਗੀ ਚੰਗੀ ਗੱਲ ਆ, ਉਹਨਾਂ ਦੀ ਪਹੁੰਚ ਕੀਤੀ ਜਾਂਦੀ, ਪਹੁੰਚ ਕਰਕੇ ਉਹਨਾਂ ਨੂੰ ਵੇਖਿਆ ਜਾਂਦਾ, ਵੇਖ ਕੇ ਉਹ ਗੱਲ ਨੂੰ ਸੁਲਝਾਇਆ ਜਾਂਦਾ, ਨਹੀਂ ਸੋਚਦੀ ਸੀ ਉੱਥੇ ਕਾਲਤਾ ਸਾਹਿਬ ਤੇ ਪਹੁੰਚਾਈ ਜਾਂਦੀ, ਇਹਨੂੰ ਗੱਲ ਨੂੰ ਸੁਲਝਾਓ। ਜੋ ਆਪਾਂ ਆਪਣੇ ਪਰਿਵਾਰ ਦੀ ਆਪ ਹੀ ਦਫ਼ਾ ਪੱਟਣ ਲੱਗ ਪਵਾਂਗੇ ਤੇ ਦੂਜਾ ਮੀਡੀਆ ਤੇ ਲੱਭ ਦੇ ਦਿੰਦੇ ਗੱਲਾਂ, ਹੁਣ ਲੋਕਾਂ ਨੂੰ ਛਾਪ ਹੀ ਨਹੀਂ ਹੋਈ ਆ, ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ, ਕਿੰਨਾ ਤੁਸੀਂ ਸੰਤੁਸ਼ਟ ਕਰ ਲਵੋਗੇ ਇਹ ਉਹਨਾਂ ਦੇ ਉੱਤੇ, ਮਤਲਬ ਵਧੀਆ ਮਤਲਬ ਬਿਨਾਂ ਸੋਚੇ ਸਮਝਦੇ ਏਦਾਂ ਦਾ ਕੋਈ ਦਾਖਲਾ ਆਤਾ ਆ, ਕੀ ਕਰੋਗੇ ਤੇ ਹੁਣ ਮਤਲਬ ਆਮ ਜਿਹੜੀ ਸੰਗਤ ਆ ਉਹਦਾ ਵਿਸ਼ਵਾਸ ਟੁੱਟਦਾ, ਭਰੋਸਾ ਟੁੱਟਦਾ, ਸਿੱਖ ਕੌਮ ਦਾ ਨੁਕਸਾਨ ਹੁੰਦਾ ਇਹਨਾਂ ਗੱਲਾਂ ਦਾ। ਈਵਨ ਜਿਹੜੇ ਸਿਆਣੇ ਪ੍ਰਬੰਧਕ ਗੁਰੂ ਘਰਾਂ ਦੇ ਉਹ ਜੇ ਗੁਰਦੁਆਰਿਆਂ ਵਿੱਚ ਇੱਦਾਂ ਦੇ ਕੰਮ ਕਈ ਹੋ ਜਾਂਦੇ ਆਪਣੇ ਤੋਂ ਆਉਂਦੇ ਇਹਨਾਂ ਦੇ ਕੇਸ, ਤੇ ਕਿ ਗੁਰਦੁਆਰਾ ਗ੍ਰੰਥੀ ਜਾ ਕੇ ਹੋਰ ਪ੍ਰਚਾਰ ਦੇ ਗਲਤੀ ਹੁੰਦੀ ਆ, ਉਹ ਪ੍ਰਬੰਧਕ ਸਿਆਣਪਾਂ ਨੂੰ ਦਫ਼ਤਰ ਬਿਠਾ ਕੇ ਉਹਨੂੰ ਪੁੱਛਗਛ ਕਰਦੇ ਆ, ਜੇ ਉਹ ਗੱਲ ਸਹੀ ਨਿਕਲਦੀ ਆ ਤਾਂ ਉਸ ਪ੍ਰਬੰਧਕ ਉਹ ਕੰਮ ਚ ਉਤਾਰਦੇ ਆ, ਮੁੜ ਕੇ ਗੱਲ ਨਹੀਂ ਕਰਦਾ। ਸਿਆਣੇ ਪ੍ਰਬੰਧਕ ਉਹ ਹੁੰਦੇ ਆ ਜਿਹੜੇ ਉਹ ਗੱਲ ਸੰਭਾਲ ਲੈਂਦੇ, ਤੇ ਜੇ ਆਪਾਂ ਉਹ ਗੱਲ ਸੰਭਾਲੀਏ ਨਾ ਤੇ ਲੋਕਾਂ ਦੇ ਵਿੱਚ ਆਪਣੀ ਗੱਲ ਆਪੇ ਚਿੜੀ ਡਾਲੀ, ਮੇਰੇ ਖਿਆਲ ਸਿਆਣੀ ਗੱਲ ਨਹੀਂ। ਤੇ ਇਸ ਕਰਕੇ ਸੰਗਤਾਂ ਨੂੰ ਮੇਰੀ ਬੇਨਤੀ ਆ ਜਿਹੜੇ ਪ੍ਰਚਾਰ ਕਿਆ ਪੰਥ ਦਾ ਪ੍ਰਚਾਰ ਕਰਨਾ, ਆਪਣੇ ਕੋਲ ਤੇ ਬਹੁਤ ਥੋੜੇ ਸਿੰਘ ਹੈਗੇ ਆ, ਉਹਨਾਂ ਸਿੰਘਾਂ ਦਾ ਆਪਾਂ ਸਤਿਕਾਰ ਕਰਨਾ ਚਾਹੀਦਾ ਆ, ਕਿਉਂਕਿ ਦੂਜੇ ਬੰਦੇ ਸਿੱਖ ਨੂੰ ਢਾਲ ਲਾਉਣ ਬੜੇ ਡੇਰੇ ਬਣੇ ਆ, ਬੜੇ ਸਾਹ ਤੁਰੇ ਕਰਦੇ ਆ, ਜਿਵੇਂ ਡੇਰੇ ਵਾਲੇ ਸਾਰਾ ਨਰਕ ਧਾਰੀਏ ਰਾਹ ਦਾ ਸਮਝ, ਜਾਂ ਦੂਜੇ ਆਪਣੇ ਲਾ ਲਓ ਜਿੰਨੇ ਵੀ ਹੈਗੇ ਬੜੇ ਡੇਰੇ ਦਾ ਬਣੇ ਆ, ਆਪਾਂ ਨੂੰ ਆਪਣੇ ਜਿਹੜੇ ਗੁਰਸਿੱਖ ਆ ਉਹਨਾਂ ਨੂੰ ਬਿਨਾਂ ਗੱਲ ਤੋਂ ਕਦੇ ਕਦੇ ਗਲਤੀ ਨਹੀਂ ਕਰਨਾ ਚਾਹੀਦਾ, ਕੌਮ ਦਾ ਵੱਡਾ ਨੁਕਸਾਨ ਹੁੰਦਾ ਆ। ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚੇ ਮੀਡੀਆ ਨੂੰ ਬੇਨਤੀ ਆ, ਕੋਈ ਵੀ ਗੱਲ ਕਿਤੇ ਆਉਂਦੀ ਆ ਉਹਨੂੰ ਵਿਚਾਰ ਕੇ ਬਹੁਤ ਹੀ ਗੰਭੀਰਤਾ ਨਾਲ ਸੋਚ ਕੇ ਫਿਰ ਆਪਾਂ ਨੂੰ ਗੱਲ ਨਿਸ਼ਚੇ ਮੀਡੀਆ ਦੇ ਨਾਲ, ਜਿਹਨਾਂ ਗੱਲਾਂ ਨਾਲ ਕੌਮ ਦਾ ਵਿਸ਼ਵਾਸ, ਸਿੱਖਾਂ ਦਾ ਵਿਸ਼ਵਾਸ ਕਰਦਾ ਲੋਕੀ ਦੇ ਅੱਗੇ, ਇਹ ਚਾਹੁੰਦੇ ਆ ਵੀ ਕੌਮ ਇੰਨੀ ਬਹਾਦਰ, ਇੰਨੀ ਸੂਰਬੀਰ ਵਧੀਆ ਕੌਮ ਆ, ਗੁਰੂ ਸਾਹਿਬ ਦਾ ਇੰਨਾ ਵਧੀਆ ਸਿਧਾਂਤ ਆ, ਇਹ ਤੋਂ ਕਿੱਦਾਂ ਉਹਨੂੰ ਸਰਕਾਰ ਜਾਂ ਦੱਸ ਲੈ ਦਿੱਤਾ ਜਾਵੇ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਹਰਦੀਪ ਸਿੰਘ ਹੋਣਾ ਨੇ ਆਪਣੇ ਵਿਚਾਰ ਦਿੱਤੇ ਨੇ ਬਾਖੂਬੀ, ਕਿ ਅੱਜ ਸਾਨੂੰ ਦੁਸ਼ਮਣਾਂ ਵਾਲਾ ਕਿਰਦਾਰ ਨਹੀਂ ਲਵਾਉਣਾ ਚਾਹੀਦਾ, ਜੇਕਰ ਸਿੱਖ ਨੂੰ ਨਾ ਮਾਰੇ ਤਾਂ ਕੌਮ ਕਦੀ ਨਾ ਹਾਰੇ, ਅੱਜ ਸਿੱਖ ਨੂੰ ਸਿੱਖ ਦੇ ਨਾਲ ਖੜਨਾ ਚਾਹੀਦਾ। ਤੇ ਹੁਣ ਮੈਂ ਬੇਨਤੀ ਕਰੂੰਗਾ ਬਲਵਿੰਦਰ ਸਿੰਘ ਜੀ ਚਿਹੜੋ, ਉਹਨਾਂ ਨੇ ਆਪਣੇ ਵਿਚਾਰ ਦੇਣੇ ਨੇ। ਸੋ ਅੱਜ ਜੋ ਮੁੱਦਾ ਚੱਲ ਰਿਹਾ ਹੈ ਸੰਤ ਰਣਜੀਤ ਸਿੰਘ ਜੀ ਢੱਡੀਆਂ ਵਾਲੇ, ਉਹਨਾਂ ਤੇ ਇੱਕ ਬਹੁਤ ਵੱਡਾ ਉਹਨਾਂ ਨੂੰ ਟ੍ਰੇਨ ਕੀਤਾ ਗਿਆ, ਇਲਜ਼ਾਮਬਾਜ਼ੀ ਕੀਤੀ ਜਾ ਰਹੀ ਹੈ, ਤੇ ਉਹਦੇ ਸੰਬੰਧ ਦੇ ਵਿੱਚ ਸਿੱਖ ਮੀਡੀਏ ਦਾ ਕੀ ਰੋਲ ਹੋਣਾ ਚਾਹੀਦਾ, ਕੀ ਰੋਲ ਹੋ ਰਿਹਾ, ਕੀ ਹੋ ਰਿਹਾ, ਕੀ ਹੋਣਾ ਚਾਹੀਦਾ, ਉਹਦੇ ਸੰਬੰਧ ਚੱਲਦਾ ਰਹੇ। ਵਾਹਿਗੁਰੂ ਜੀ ਕਾ ਖਾਲਸਾ। ਪਹਿਲਾਂ ਤੇ ਦਾਸ ਗਿਆ ਤੇ ਆਪਣੇ ਸੰਤਾਂ ਬਹੁਤ ਕਰਕੇ ਥੱਲੇ ਆ ਗਏ ਉਸਦੇ ਹਾਲ, ਤੇ ਜਿਹਨਾਂ ਨੇ ਫਿਰ ਉਹਨੇ ਫਿਰ ਛਿਛੜ ਵਾਰ ਅੰਮ੍ਰਿਤ ਛਕਾ, ਮੋਨੇ ਸਿੰਘ ਪਹਿਲੇ ਦਿਨ ਗਏ ਉਸ ਦਿਨ ਅੰਮ੍ਰਿਤ ਛਕ ਗਿਆ। ਆਪਾਂ ਕੱਖ ਦੀ ਗੱਲ ਕਰਦੇ, ਮੈਂ ਕਹਿੰਦਾ ਬੰਦੇ ਦੀ ਕਮਾਈ ਦੀ ਗੱਲ ਕਰਦਾ, ਕਿ ਅਸੀਂ ਨਿੱਕੇ ਜਿਹੇ ਅੱਜ ਦਾ ਭਾਈ ਦੀ ਜਗ੍ਹਾ ਅੱਜ ਪਰਿਵਾਰ ਚ ਕਹਿੰਦੇ ਕਹਿੰਦੇ ਲੋਕ ਮੰਨਦੇ ਨੇ, ਉੱਥੇ ਮੈਂ ਉਸ ਦਿਨ ਆਉਣਾ ਜਦੋਂ ਬੈਠਾ ਜਿਹਦੇ ਅੰਮ੍ਰਿਤ ਛਕਿਆ ਸੀ, ਇੱਡੀ ਦੀ ਦਾੜੀ ਸੀ,
ਭਾਈ ਜਨਰੈਲ ਸਿੰਘ ਜੀ ਫਿਲਹਾਲ ਤੋਂ ਜਿਵੇਂ ਆਪਣੇ ਵਿਚਾਰ ਦਿੰਦੇ ਹੁਣ ਭਾਈ ਗੁਰਦਿਆਲ ਸਿੰਘ ਆਪਣੇ ਵਿਚਾਰ ਦੇਣਗੇ।
ਹੀ ਅਸੀਂ ਜ਼ਿਆਦਾ ਕ੍ਰਿਟਿਕ ਹੋ ਗਏ ਹਾਂ ਗੁਰਮੁਖ ਵੈਸੋ ਸਫਾ ਵਿਸ਼ਾਏ ਜੋ ਸਾਡੀ ਪੰਚ ਪ੍ਰਧਾਨੀ ਸਾਡਾ ਪ੍ਰਬੰਧ ਸੀ ਪੰਚਾਂ ਨੂੰ ਹੀ ਸਰਮੌਤਾ ਬਖਸ਼ਿਆ ਗੁਰੂ ਸਾਹਿਬ ਨੇ ਕਿ ਹਰ ਫੈਸਲਾ ਅਸੀਂ ਆਪਣੇ ਘਰ ਵਿੱਚ ਕਰਨਾ ਅੱਜ ਗੱਲ ਗੱਲ 'ਤੇ ਸਾਡਾ ਖਲਾਰਾ ਪੈ ਰਿਹਾ ਕਿਉਂ ਪੈ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੱਕ ਇੱਕ ਬੜਾ ਗੰਭੀਰ ਮਸਲਾ ਬਣ ਗਿਆ ਹੁਣ ਤੱਕ ਜਿੰਨੇ ਵੀ ਸੱਜਣ ਬੋਲੇ ਹੈਗੇ ਉਹਨਾਂ ਸਾਰਿਆਂ ਨੇ ਸੰਤ ਬਾਬਾ ਚੰਡੀਆਂ ਵਾਲਾ ਜਿਹੜਾ ਮੋਰਲ ਲੈਸਨ ਦੇ ਹੱਕ 'ਚ ਬੋਲਿਆ ਮੈਂ ਨਾ ਕਿਸੇ ਹੱਕ 'ਚ ਬੋਲਣਾ ਚਾਹੁੰਦਾ ਨਾ ਮੈਂ ਕਿਸੇ ਖਿਲਾਫ਼ ਮੈਨੂੰ ਕੋਈ ਹੱਕ ਨਹੀਂ ਕਿਸੇ ਦੇ ਖਿਲਾਫ਼ ਹੋਣਾ ਨਾ ਹੱਕ 'ਚ ਬੋਲਣ ਦਾ ਮੈਨੂੰ ਕੋਈ ਨਹੀਂ ਹੈਗਾ ਕਿਸੇ ਦੀ ਐਵੇਂ ਸੈਕਟ ਕਰੀ ਜਾਵਾਂ ਉਹ ਵੀ ਰੌਂਗ ਹੋ ਜਾਂਦੀ ਗਾ ਮੈਂ ਜਿਹੜੀ ਇਹ ਗੱਲ ਰੱਖਣੀ ਚਾਹੁੰਦਾ ਕਿ ਇੱਕ ਕਿਸੇ ਸੱਜਣ ਨੂੰ ਸੰਤ ਦੀ ਗੱਲ ਛੱਡ ਦੇਣਾ ਇੱਕ ਕਿਸੇ ਸੱਜਣ ਨੂੰ ਬਿਨਾਂ ਟਰਾਇਲ ਤੋਂ ਸਜ਼ਾ ਦਿੱਤੀ ਗਈ ਜੋ ਡੈਮੇਜ ਹੋਣਾ ਸੀ ਇਸ ਵਿੰਡਾਂ ਉਹਨਾਂ ਨੂੰ ਵਿਚਾਰਾਂ ਨੂੰ ਇੱਕ ਕੁੱਤੋਂ ਸਮਾਨ ਦਿਓ ਜ਼ਮੀਨ 'ਤੇ ਲੈਣ ਦਾ ਇੱਕ ਆਦਮੀ ਦੇ ਕਹਿਣ ਨਾਲ ਕਿਸੇ ਨੇ ਉਹਦੀ ਇਨਵੈਸਟੀਗੇਸ਼ਨ ਨਹੀਂ ਕੀਤੀ ਕੋਈ ਟਰਾਇਲ ਨਹੀਂ ਹੋਇਆ ਸਜ਼ਾ ਦੇ ਦਿੱਤੀ ਗਈ ਤੁਸੀਂ ਮੈਂ ਜਿਹੜਾ ਬੇਨਤੀ ਕਰੂੰਗਾ ਜਿੰਨੇ ਵੀ ਇੱਥੇ ਸੱਜਣ ਸਿੱਖ ਸੱਜਣ ਸਾਰੇ ਬੈਠੇ ਆ ਕਿ ਇਸ ਡੈਮੇਜ ਨੂੰ ਬਣਾਉਣ ਲਈ ਇਸ ਡੈਂਟ ਨੂੰ ਭਰਨ ਲਈ ਸਾਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਜੇ ਕਿਉਂਕਿ ਜਿਹਨਾਂ ਜਿਸ ਮੀਡੀਆ ਨੇ ਇਹਨੂੰ ਉਛਾਲਿਆ ਮੈਂ ਉਹਨੂੰ ਵੀ ਕ੍ਰਿਟੀਸਾਈਜ਼ ਨਹੀਂ ਕਰਦਾ ਪਰ ਮੀਡੀਆ ਇੱਕ ਇਨਵੈਸਟੀਗੇਸ਼ਨ ਏਜੰਸੀ ਵੀ ਹੈ ਉਹਨਾਂ ਦਾ ਇੱਥੇ ਹੁਣ ਜੇ ਗੱਲ ਹੋ ਜਾਂਦੀ ਨਾ ਪੇਪਰ 'ਚ ਆ ਜਾਂਦਾ ਕਿਸੇ ਦਾ ਜਾਂ ਮੀਡੀਆ ਦੇ ਟੈਲੀਵਿਜ਼ਨ ਜਾਂਦਾ ਉਹਨੂੰ ਲਾਜ਼ਮੀ ਕੇਸ ਹੋਇਆ ਹੋਣਾ ਤੁਹਾਨੂੰ ਵੀ ਦੱਸ ਦਿੰਦਾ ਕਿਉਂਕਿ ਇੱਥੇ ਸਿਸਟਮ ਹੈਗਾ ਮੈਨੂੰ ਪਤਾ ਇੰਡੀਆ 'ਚ ਕੀ ਸਿਸਟਮ ਕਿਉਂਕਿ ਬਹੁਤ ਦੇਰ ਹੋ ਗਈ ਸਾਨੂੰ ਪਤਾ ਨਹੀਂ ਪਰ ਮੈਂ ਜਿਹੜੇ ਇਹਨਾਂ ਸਾਰੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਾਡਾ ਹੈਗਾ ਆ ਸਾਡੇ ਪੰਜ ਤਖ਼ਤ ਜਿਹੜੇ ਆ ਉਹਨਾਂ ਦੇ ਜਥੇਦਾਰ ਜਿਹੜੇ ਹੈਗੇ ਆ ਇਟਸ ਲਾਈਕ ਏ ਰੈਗੂਲੇਟਰੀ ਜਿਹਨੂੰ ਆਪਾਂ ਕਹਿੰਦੇ ਨਾ ਹੈਗੀ ਆ ਸਿਸਟਮ ਹੈਗਾ ਜਿਹਨੂੰ ਉਹ ਸਾਡੇ ਧਰਮ ਨੂੰ ਰੈਗੂਲੇਟ ਕਰਦੇ ਆ ਮੈਂ ਸਿਆਸੀ ਪਾਸੇ ਨਹੀਂ ਜਾਣਾ ਚਾਹੁੰਦਾ ਉਹ ਕੀ ਹੁੰਦਾ ਇਹ ਗੱਲਾਂ ਛੱਡੋ ਆਪਣਾ ਹੋਰ ਮਸਲਾ ਆਪਣਾ ਜਿਹੜਾ ਅੱਜ ਦੇ ਬੋਲ ਰਹੇ ਹਾਂ ਅਸੀਂ ਕਹਿੰਦੇ ਉਹ ਰੈਗੂਲੇਟਰੀ ਹੈਗੀ ਆ ਸਾਨੂੰ ਅਪਰੋਚ ਕਰਨੀ ਚਾਹੀਦੀ ਆ ਸਾਰੀਆਂ ਜਹਿਦਾਂ ਇਹ ਦੇਖੋ ਆਹ ਜਿਹੜਾ ਇੱਕ ਆਦਮੀ ਮਸਲਾ ਹੈਗਾ ਇਹ ਐਸਾ ਮਸਲਾ ਆ ਅੱਜ ਮੈਂ ਨਹੀਂ ਕਹਿੰਦਾ ਸਹੀ ਹੋਇਆ ਗਲਤ ਹੋਇਆ ਮੈਨੂੰ ਕੋਈ ਹੱਕ ਨਹੀਂ ਕਹਿਣ ਦਾ ਪਰ ਅੱਜ ਇਹ ਗੱਲ ਢਿੰਡਰੀਆਂ ਵਾਲੇ ਨੂੰ ਹੋਈ ਆ ਕੱਲ੍ਹ ਨੂੰ ਕਿਸੇ ਨਾਲ ਹੋਰ ਨਾ ਹੋਵੇ ਅੱਛਾ ਦੇਖੋ ਆਹ ਮੀਡੀਆ ਐਡਾ ਚੱਲ ਰਿਹਾ ਇਹਨੂੰ ਥੱਲੇ ਲਾਉਣ ਲਈ ਕੱਲ੍ਹ ਨੂੰ ਇਹਨਾਂ ਦੇ ਕਿਸੇ ਵਿਅਕਤੀ ਨੂੰ ਕੋਈ ਜਿਹੜਾ ਹੈਗਾ ਲਾ ਕੇ ਕੋਈ ਐਸੀ ਗੱਲ ਕਰੇ ਕਿਉਂਕਿ ਇਹਨਾਂ ਦਾ ਬਹੁਤ ਉੱਪਰ ਚੱਲੇ ਗਈ ਗੱਲ ਜਿਹੜੀ ਹੈਗੀ ਆ ਪਰ ਮੈਂ ਬੇਨਤੀ ਤੁਹਾਨੂੰ ਸਾਰਿਆਂ ਨੂੰ ਇਹ ਕਰੂੰਗਾ ਕਿ ਕਿਉਂਕਿ ਉਹ ਇੱਕ ਸ਼ਖਸ ਨੂੰ ਮੈਂ ਕਹਿੰਦਾ ਕਿਉਂਕਿ ਜੇ ਮੈਂ ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਆਪਾਂ ਗੱਲ ਇੱਕ ਵਿਅਕਤੀ ਦੀ ਕਰ ਰਹੇ ਹਾਂ ਇੱਕ ਸ਼ਖਸੀ ਕਰ ਰਹੇ ਹਾਂ ਉਹ ਆਪਾਂ ਵੀ ਜੇ ਉਹਨਾਂ ਨੇ ਸੰਤ ਨਾਲ ਦਾ ਉਹਨਾਂ ਦਾ ਬਹੁਤ ਸਾਰਾ ਪ੍ਰਚਾਰ ਆ ਇਹਦੇ ਵਿੱਚ ਆਪ ਸਾਰੇ ਇਹਨੂੰ ਦੱਸ ਚੁੱਕੇ ਹਾਂ ਕੀ ਆ ਕਿਉਂਕਿ ਉਹ ਆਦਮੀ ਹੈ ਕਰਾਊਡ ਜਿਹੜੇ ਹੈਗਾ ਨਾ ਕਰਾਊਡਾਂ ਨੂੰ ਇਕੱਠੇ ਕਰਦਾ ਪਰਮਾਤਮਾ ਦੀ ਉੱਥੇ ਮਿਹਰ ਆ ਉਹਦੇ ਸੰਗਤ ਨੂੰ ਜਾਣੀ ਆਮ ਸੋਰੀ ਸੰਗਤ ਨੂੰ ਜਾਣੀ ਉਹ ਇਕੱਠੇ ਕਰਦਾ ਕਿਉਂਕਿ ਆਮ ਸੋਰੀ ਫਿਰ ਕਹਿੰਦਾ ਕੋਈ ਚਲੋ ਆਪਣੇ ਟੇਸੀ ਜੀ ਕਹਿੰਦਾ ਕਿ ਸੰਗਤ ਨੂੰ ਇਕੱਠੇ ਕਰਦਾ ਪਰ ਉਹ ਜਿਹੜੀ ਨਾ ਉਹਨਾਂ ਦੀ ਗੱਲ ਸੁਣਦੇ ਆ ਸਾਰੇ ਜਿੱਦਾਂ ਅੰਮ੍ਰਿਤ ਦੀ ਗੱਲ ਹੋਈ ਹੋਰ ਗੱਲਾਂ ਹੋਈਆਂ ਆਹ ਹੁਣ ਦੋ ਆਪਣੇ ਸੰਤ ਜਿਹੜੇ ਬਾਬਾ ਹੈਗੇ ਆ ਦਾਦੂਵਾਲ ਵਾਲੇ ਇਹ ਜਿਹੜੇ ਰਾਜੂਵਾਲ ਦੇ ਕੇਸ ਵਿੱਚ ਇਹਨਾਂ ਨੇ ਇਸ ਚੀਜ਼ ਦਾ ਪੈਰਵਾਈ ਕੀਤੀ ਕਰ ਲਓ ਆਪਣੀ ਆਵਾਜ਼ ਉਠਾਈ ਇਹਨਾਂ ਕੁਛ ਨਾ ਕੁਛ ਹੋਣਾ ਸੀ ਮੈਂ ਨਹੀਂ ਕਹਿੰਦਾ ਅੱਜ ਗੌਰਮੈਂਟ ਏਜੰਸੀਆਂ ਦਾ ਹੱਥ ਹੋਇਆ ਜਾਂ ਮੈਂ ਨਹੀਂ ਕਹਿੰਦਾ ਕਿਹੜਾ ਹੱਥ ਪਰ ਮੈਂ ਤੁਹਾਨੂੰ ਇਹ ਬੇਨਤੀ ਕਰੂੰਗਾ ਕਿ ਜੇ ਇਨਵੈਸਟੀਗੇਸ਼ਨ ਨਹੀਂ ਹੋਈ ਅਪਰੋਚ ਕਰੋ ਆਪਣੇ ਜਹਿਦਾਰਾਂ ਨੂੰ ਕਿ ਕਿਸੇ ਏਡੇ ਵੱਡੇ ਸ਼ਖਸ ਨੂੰ ਜ਼ਮੀਨ 'ਤੇ ਲੈ ਆਉਣਾ ਇੱਕ ਆਦਮੀ ਦੇ ਕਹਿਣ ਨਾਲ ਉਹ ਮਾੜੀ ਗੱਲ ਆ ਦੂਜੀ ਗੱਲ ਮੈਂ ਬੇਨਤੀ ਕਰੂੰਗਾ ਮੀਡੀਆ ਨੂੰ ਕਿ ਤੁਸੀਂ ਇੱਕ ਇਨਵੈਸਟੀਗੇਸ਼ਨ ਏਜੰਸੀ ਆ ਇਹ ਵੀ ਸੰਗਤ ਟੀਵੀ ਵੀ ਜੇ ਸਾਡੇ ਦੂਜੀ ਸਿੱਖ ਟੀਵੀ ਜਿਹੜੀ ਆ ਸਿੱਖ ਚੈਨਲ ਔਰ ਹੋਰ ਸਾਡੇ ਰੇਡੀਓ ਵਗੈਰਾ ਜਿਹੜੇ ਹੈਗੇ ਆ ਕਦੀ ਕੋਈ ਗੱਲ ਉਹਨਾਂ ਪਾਉਂਦੀ ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਫਿਰ ਉਹਨੂੰ ਬਾਹਰ ਲਿਆਓ ਕਿਉਂਕਿ ਸੰਗਤਾਂ ਦੋ ਚੁੱਕੀਆਂ ਹੋ ਜਾਣੀਆਂ ਇਹਦੇ ਸੱਚ ਕੀ ਆ ਇਹਦੇ ਗਲਤ ਕੀ ਆ ਸਾਨੂੰ ਚਾਹੀਦਾ ਕੋਈ ਤਰੀਕਾ ਤਿਆਰ ਕਰੋ ਕਿ ਬਾਕੀ ਦੀ ਇਹ ਗੱਲ ਹੈਗੀ ਆ ਕਿ ਜੇ ਨਹੀਂ ਤਾਂ ਮੈਂ ਸਾਰੀ ਸੰਗਤ ਨੂੰ ਕਹੂੰਗਾ ਜੇ ਇਹਦੇ ਝੂਠਾ ਹੈ ਗੱਲ ਇੱਕ ਆਦਮੀ ਬਣਾਈ ਗਈ ਆ ਫਰੇਮ ਕੀਤਾ ਗਿਆ ਉਹਨਾਂ ਨੂੰ ਤਾਂ ਸਾਨੂੰ ਪਿੰਡਰੀਆਂ ਵਾਲੇ ਸੰਤਾਂ ਦੇ ਨਾਲ ਖੜੇ ਹੋਣਾ ਚਾਹੀਦਾ ਅਸੀਂ ਤੁਹਾਡੇ ਨਾਲ ਹਾਂ ਤੇ ਤੁਸੀਂ ਇਹ ਜਿਹੜਾ ਪ੍ਰਚਾਰ ਕਰਦੇ ਨੂੰ ਪ੍ਰਚਾਰ ਕਰੋ ਸਿੱਖੀ ਨੂੰ ਇਹਦਾ ਬੜਾ ਫਾਇਦਾ ਜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਗੱਲਾਂ ਦਾ ਤਾਂ ਗੱਲ ਕੀਤੀ ਭਾਈ ਹਰੀ ਸਿੰਘ ਉਹਨਾਂ ਨੇ ਪੈਰੀਆਂ ਫਲਾਉਣ ਵਾਲੀ ਕਰਗੀ ਦੀ ਗੱਲ ਕੀਤੀ ਹੈ ਦੂਜੀ ਗੱਲ ਇਹ ਗੱਲਾਂ ਵੀ ਅਸੀਂ ਉਹਨਾਂ ਕੋਲ ਰੱਖੀਆਂ ਸੀਗੀਆਂ ਫਿਰ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਧਾਰਨਾ ਨਾ ਪੜਿਆ ਕਰੋ
ਜਿਹੜੀ ਚੁੱਕ ਦੇ ਨਾਲ ਸਿਮਲਰ ਬਣਾ ਕੇ ਉਹਦੇ ਵਰਗੀ ਉਹ ਨਾ ਪੜਿਆ ਕਰੋ। ਜੇ ਇਤਿਹਾਸ ਵਿੱਚ ਤੁਸੀਂ ਪੜ੍ਹਦੇ ਆ ਉਹਦੇ ਵਿੱਚ ਤਾਂ ਕੋਈ ਉਹਦੇ ਗਲਤਾਂ ਹੁੰਦੀ, ਉਹ ਕਹਿੰਦਾ ਸੱਤ ਵਚਨ। ਹੁਣ ਮੈਂ ਬੜੇ ਪ੍ਰੋਗਰਾਮ ਸੁਣੇ ਉਹਨਾਂ ਦੇ, ਤਕਰੀਬਨ ਮੈਂ ਵਧਾਈ ਆ, ਮੈਂ ਸੁਣਦਾ ਗੱਲਬਾਤ, ਕਈ ਇਤਿਹਾਸ ਸੁਣਨ ਦਾ ਮੈਨੂੰ ਹੈਗਾ ਜ਼ਿਆਦਾ, ਤੇ ਮਾੜਾ ਇਤਿਹਾਸ ਸੁਣਾਉਂਦੇ ਆ ਤੇ ਇਤਿਹਾਸ ਵਿੱਚ ਹੀ ਸੰਗਤ ਨੂੰ ਕਨਵਿੰਸ ਕਰ ਦਿੰਦੇ ਆ। ਇੰਨੇ ਦਰਦਨਾਕ ਤਰੀਕੇ ਨਾਲ ਉਹ ਇਤਿਹਾਸ ਸੁਣਾਉਂਦੇ ਤਾਂ ਬੰਦਾ ਮੱਲੋ ਮੱਲੇ ਵੀ ਸਿਰ ਤਿਆਰ ਹੋ ਜਾਂਦਾ। ਫਿਰ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਸਿਮਰਨ ਕਰਾਇਆ ਕਰੋ ਜ਼ਿਆਦਾ, ਕਹਿੰਦਾ ਜੀ ਸੱਤ ਵਜੇ। ਹੁਣ ਤੁਸੀਂ ਦੇਖਿਆ ਹੁਣ ਕਿੰਨਾ ਕਿੰਨਾ ਸਿਮਰਨ ਕਰਾਉਂਦੇ। ਮੈਂ ਕਿਹਾ ਅਸੀਂ ਵਿਚਾਰ ਕੀਤੀ ਅੰਦਰ ਵੜ ਕੇ, ਕਿਉਂਕਿ ਅਸੀਂ ਮਦਾਈ ਆ ਕਿਸੇ ਨਾਲ ਗੱਲਬਾਤ ਕਰਨ ਦੇ, ਅੰਦਰ ਵੜ ਕੇ ਤੁਸੀਂ ਆਪਣੇ ਪਰਿਵਾਰਕ ਤੌਰ ਤੇ ਭਾਵੇਂ ਸੰਤ ਹੋਵੇ ਜਾਂ ਕੋਈ ਹੋਵੇ, ਅਕਸਰ ਇਨਸਾਨ ਹੀ ਆ। ਤੇ ਫਿਰ ਅਸੀਂ ਉਹਨਾਂ ਨੇ ਇਹ ਗੱਲ ਕੀਤੀ, ਫਿਰ ਅਸੀਂ ਉਹਨਾਂ ਨੇ ਮਤਲਬ ਮੱਥੇ ਟਿਕਾਉਣ ਵਾਲੀ ਗੱਲ ਕੀਤੀ, ਸਾਰੀ ਗੱਲ ਕੀਤੀ, ਉਹ ਸਾਰੇ ਸੱਤ ਵਜਨ ਵੀ ਮੰਨਣ। ਜੇ ਉਹ ਗੱਲ ਕਰਨ ਨੂੰ ਤਿਆਰ ਆ ਬੰਦਾ, ਇੱਕ ਇੱਕ ਸੰਤ ਦੇ ਨਾਲ ਅਸੀਂ ਗੱਲਬਾਤ ਕਰਨ ਗਏ ਅਸੀਂ ਦੋਵੇਂ ਜਾਣੇ, ਉਹਦੇ ਮੂੰਹੋਂ ਨਾ ਗਾਲ ਤੋਂ ਬਿਨਾਂ ਕੋਈ ਗੱਲ ਨਿਕਲੀ ਨੀ। ਮੈਂ ਕਿਹਾ ਲੈ ਲਾ, ਅਸੀਂ ਦੋਵੇਂ ਜਾਣੇ ਸੀਗੇ, ਚਲੋ ਆਪਾਂ ਨਾਂ ਨੀ ਲੈਣਾ ਕਿਸੇ ਦਾ। ਤੇ ਇੱਕ ਬੰਦਾ ਤੁਹਾਡੀ ਗੱਲ ਸੁਣਦਾ ਆ, ਏਡਾ ਵੱਡਾ ਪ੍ਰਚਾਰਕ ਵੀ ਆ, ਫਿਰ ਉਹ ਤੇ ਦੂਸ਼ਣ ਲਾਉਣਾ ਫਿਰ ਬੜੀ ਮੰਦ ਭਾਗੀ ਗੱਲ ਹੈ। ਤੁਸੀਂ ਮੈਨੂੰ ਸੱਦ ਲਓ ਜਿੱਥੇ ਮਰਜ਼ੀ, ਮੈਂ ਉੱਥੇ ਆਉਣ ਨੂੰ ਤਿਆਰ ਹਾਂ। ਫਿਰ ਅਸੀਂ ਇੱਕ ਗੱਲ ਭਾਜੋ ਕਦਮ ਕੀਤੀ ਵੀ ਤੁਸੀਂ ਆਪਣਾ ਵਿਚਾਰ ਰੱਖਿਓ, ਤੁਹਾਨੂੰ ਕਿਸੇ ਮਰਵਾ ਦੇਣਾ, ਅਸੀਂ ਅਗਾਂਹ ਦੀ ਗੱਲ ਕਰ ਦਿੱਤੀ, ਤੁਹਾਨੂੰ ਕਿਸੇ ਮਰਵਾ ਦੇਣਾ। ਆਹ ਮਰਵਾਉਣ ਵਾਲੀ ਗੱਲ ਹੋ ਗਈ ਨਾ, ਅਸੀਂ ਅੱਜ ਤੋਂ ਡੇਢ ਸਾਲ ਪਹਿਲਾਂ ਉਹਨਾਂ ਨੇ ਗੱਲ ਕੀਤੀ ਵੀ ਤੁਹਾਡੀ ਚੜ੍ਹਤ ਕਿਸੇ ਕੋਲ ਦੇਖੀ ਨੀ ਜਾਣੀ। ਚੜ੍ਹਤ ਤਾਂ ਗੁਰੂ ਸਾਹਿਬ ਦੀ, ਵੈਸੇ ਗੁਰੂ ਨਾਲ ਮਹਾਰਾਜ ਵੜਿਆ ਦਿੰਦੇ ਬੰਦੇ, ਹਾਂਜੀ। ਇਸ ਕਰਕੇ ਜਿਹੜੀ ਸਾਡੇ ਨਾਲ ਬੀਤੀ ਗੱਲ ਆ, ਸਾਡੇ ਕੋਲ ਦੋ ਬੁਲਾਰੇ ਨੇ, ਭਾਈ ਹਰਭਜਨ ਸਿੰਘ ਬਾਈਆ ਤੇ ਭਾਈ ਚਰਨ ਸਿੰਘ। ਉਸ ਤੋਂ ਪਹਿਲਾਂ ਸਾਡੇ ਗੁਰੂ ਸਾਹਿਬ ਚੰਦਰ ਸ਼ੇਖਰ ਜੀ ਗੱਲ ਕਰਨਾ ਚਾਹੁੰਦੇ ਨੇ ਤੇ ਉਹ ਕੁਝ ਸਪਸ਼ਟੀਕਰਨ ਦੇਣਾ ਚਾਹੁੰਦੇ ਨੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਭ ਤੁਹਾਡੇ ਪ੍ਰੋਗਰਾਮ ਤੋਂ ਬਹੁਤ ਸਾਰੀਆਂ ਕੌਲਾਂ ਆਈਆਂ ਜਿਹੜੀਆਂ ਅਸੀਂ ਅੰਦਰ ਵੀ ਲੈ ਸਕੇ, ਪਰ ਬਾਹਰ ਜਿਹੜੀਆਂ ਕੌਲਾਂ ਬਹੁਤ ਆਈਆਂ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਤੁਹਾਨੂੰ ਇਸ ਗੱਲ ਦੀ ਸਪੈਸ਼ਲੀ ਵਧਾਈ ਦਿੱਤੀ ਹੈ ਬਹੁਤ ਸਾਰਿਆਂ ਨੇ, ਜਿਹਨਾਂ ਦੇ ਵਿੱਚੋਂ ਉਹਨਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਅਸੀਂ ਬਾਕੀ ਡਿਸਕਸ਼ਨਾਂ ਵੀ ਦੇਖੀਆਂ, ਆਰਟੀਕਲ ਵੀ ਪੜ੍ਹੇ ਆ, ਸਪਸ਼ਟੀਕਰਨ ਵੀ ਸੁਣੇ ਆ, ਪਰ ਜਿਸ ਢੰਗ ਦਾ ਪ੍ਰੋਗਰਾਮ ਵੀ ਤੁਸੀਂ ਰੱਖਿਆ ਆ ਉਹ ਢੰਗ ਬਹੁਤ ਵਧੀਆ ਆ, ਔਰ ਜਿਸ ਢੰਗ ਨਾਲ ਤੁਸੀਂ ਗੱਲਬਾਤ ਕੀਤੀ ਹੈ ਕਿਸੇ ਦੇ ਕਿੰਤੂ ਪ੍ਰੰਤੂ ਨਹੀਂ ਕੀਤਾ, ਸਗੋਂ ਜਿਹੜੀ ਅਸਲੀਅਤ ਸੀ ਉਹਨੂੰ ਤੁਸੀਂ ਸਾਹਮਣੇ ਲਿਆਂਦਾ, ਜਿਹਨਾਂ ਦੇ ਵਿੱਚ ਉਹ ਕਹਿੰਦੇ ਸਾਡਾ ਨਾਂ ਜ਼ਰੂਰ ਲਿਓ, ਵਾਸਲੋਨਾ ਤੋਂ ਰਾਣਾ ਬੰਗੜ ਤੇ ਕਵੈਂਟਰੀ ਤੋਂ ਤਲਵਾਗ ਸਿੰਘ, ਉਹ ਕਹਿੰਦੇ ਵੀ ਅਸੀਂ ਕਿਸੇ ਨੂੰ ਕਿਸੇ ਸਾਧੂ ਸੰਤ ਨੂੰ ਕਦੇ ਨਹੀਂ ਮਿਲੇ, ਪਰ ਤੁਹਾਡੇ ਪ੍ਰੋਗਰਾਮ ਨੂੰ ਅਸੀਂ ਵਧਾਈ ਦੇਣੀ ਜ਼ਰੂਰ ਸਮਝਦੇ ਹਾਂ, ਕਿਉਂਕਿ ਤੁਸੀਂ ਕਿਸੇ ਦੇ ਕਿੰਤੂ ਪ੍ਰੰਤੂ ਨਹੀਂ ਕੀਤਾ, ਜਿਹੜੀ ਛਵੀ ਜਿਹੜੀ ਸਾਰੇ ਤੁਸੀਂ ਬਿਲਕੁਲ ਉਦਾ ਕੀਤੀ ਹੈ ਜਿੱਦਾਂ ਦੀ ਹੋਣੀ ਚਾਹੀਦੀ ਹੈ। ਤੇ ਬਲਦੇਵ ਸਿੰਘ ਲੀਡਸ ਤੋਂ, ਸੁਖਰਾਮ ਸਿੰਘ USA ਤੋਂ ਸਪੈਸ਼ਲੀ, ਇਹ ਹੋਰ ਬਹੁਤ ਸਾਰੀਆਂ ਕੌਲਾਂ ਨੇ ਜਿਨ੍ਹਾਂ ਦੇ ਸਾਰੇ ਨਾਂ ਨਹੀਂ ਲੈ ਸਕਦੇ, ਔਰ ਉਹਨਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਜਿਹੜਾ ਆ ਬਿਲਕੁਲ ਬਿਲਕੁਲ ਬੈਲੈਂਸ ਪ੍ਰੋਗਰਾਮ ਹੈ, ਔਰ ਇੱਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਆ। ਜੇ ਅਸੀਂ ਮੀਡੀਆ ਦੀ ਗੱਲ ਕਰ ਰਹੇ ਹਾਂ ਤਾਂ ਮੀਡੀਆ ਨੂੰ ਇਹੋ ਜਿਹਾ ਰੋਲ ਨਿਭਾਉਣਾ ਚਾਹੀਦਾ ਜਿੱਦਾਂ ਦਾ ਇਹ ਪ੍ਰੋਗਰਾਮ ਹੈ। ਸੋ ਜਿੰਨਾ ਵੀ ਸਾਡੇ ਸਰੋਤਿਆਂ ਨੇ, ਦਰਸ਼ਕਾਂ ਨੇ ਸਾਡੀ ਹੌਸਲਾਫਜਾਈ ਕੀਤੀ ਆ, ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਇਹਦੇ ਨਾਲ ਆਪ ਜੀ ਨੂੰ ਅਸੀਂ ਬੇਨਤੀ ਕਰੀਏ ਕਿ ਜਿਹੜੀਆਂ ਸਾਡੀਆਂ ਕਮੀਆਂ ਨੇ, ਕਿਉਂਕਿ ਅਸੀਂ ਕੋਈ ਸੰਪੂਰਨ ਤੇ ਹੈ ਨਹੀਂ, ਸਾਰੇ ਭੁੱਲਣ ਹਾਰ ਆ, ਉਹਦੇ ਵੱਲ ਵੀ ਜ਼ਰੂਰ ਤੁਸੀਂ ਸਾਨੂੰ ਉਹਦੇ ਸਾਨੂੰ ਦੱਸੋ। ਤੇ ਹੁਣ ਬੇਨਤੀ ਆ ਭਾਈ ਹਰਭਜਨ ਸਿੰਘ ਜੀ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਮਝਦਾ ਕਿ ਤੁਹਾਡਾ ਜਿਹੜਾ ਪੰਜਾਬੀ ਮੀਡੀਆ ਖਾਸ ਕਰਕੇ ਉਹਨੂੰ ਨੈਗੇਟਿਵ ਅਪਰੋਚ ਨਹੀਂ ਚਾਹੀਦੀ, ਕਿਸੇ ਤਰ੍ਹਾਂ ਦਾ ਨਹੀਂ ਹੋਵੇ, ਉਹਨਾਂ ਨੂੰ ਪੋਜ਼ਿਟਿਵ ਅਪਰੋਚ ਦੇ ਨਾਲ ਸੋਚ ਵਿਚਾਰ ਕੇ ਸੰਤਾਂ ਸਾਹਮਣੇ ਲਿਆਉਣਾ ਚਾਹੀਦਾ, ਔਰ ਜਿਵੇਂ ਸਾਰੇ ਕਹਿ ਕੇ ਨਾਲ ਯੂਜ ਨਹੀਂ ਕਰਨਾ ਚਾਹੁੰਦਾ, ਇਹ ਤੱਕ ਪਹੁੰਚ ਕੇ ਫਿਰ ਇਹ ਗੱਲਾਂ ਬਾਹਰ ਲਿਆਉਣੀਆਂ ਚਾਹੀਦੀਆਂ। ਤੁਸੀਂ ਗੱਲ ਆਪਾਂ ਕੱਲ੍ਹ ਤੱਕ ਜੀ ਕੀਤੀ ਹੈਗੀ, ਮੈਂ ਸੁਣਿਆ ਕਿ ਤੁਹਾਡੇ ਮੇਰੀ ਆਪਣੀ ਸਮਝਿਆ ਜੇ ਹੋਣ, ਜਿਹੜਾ ਮੈਨੂੰ ਪਤਾ ਨੀ, ਪਹਿਲੀ ਵਾਰੀ ਹੋਇਆ ਰਾਜਵਾਨ ਕੇਸ ਦੇ ਵਿੱਚ, ਸਾਰੇ ਜਥੇਦਾਰ ਸਾਹਿਬ ਨੇ ਸੰਤਾਂ ਦੀ ਆਵਾਜ਼ ਨੂੰ ਸੁਣ ਕੇ ਆਪਣੇ ਜ਼ਮੀਰ ਨੂੰ ਜਗਾ ਕੇ
ਅਕਸਰ ਜਦ ਤੁਸੀਂ ਸੁਣਿਆ ਦਿੱਤਾ ਸਾਰੇ ਲੋਕ ਪਹਿਲਾਂ ਦਿੱਤਾ ਦੇ ਸਿੱਖਾਂ ਦੇ ਕੋਈ ਵਿਸ਼ਾ ਕੋਲ ਦੂਰੀ ਉਸ ਪਾਸੇ ਵੱਲ ਵਿਸ਼ਾ ਵੱਲ ਤੁਰੀ ਹੈ ਜੀ ਪਰ ਉਹਨੇ ਕਹੀ ਵੀ ਇਸ ਕੀਤ ਕੀ ਬਹਿਸ ਕੀਤੇ ਹਾਂ ਪਰ ਮੈਂ ਇਹ ਵੀ ਸਮਝਦਾ ਅਗਰ ਅਸੀਂ ਸਾਰਾ ਸਿੱਖ ਜਗਤ ਸਾਡੇ ਵਿਚਾਰਵਾਨ ਵਿਦਵਾਨ ਬਹੁਤ ਸੱਜਣ ਹੈਗੇ ਨੇ ਬੁੱਧੀਜੀਵ ਹੈਗੇ ਨੇ ਜਿੰਨੇ ਵੀ ਇੱਥੇ ਸ਼ਾਂਤ ਦੇਸ਼ਾਂ ਪ੍ਰਦੇਸ਼ਾਂ ਵਿੱਚ ਮੈਂ ਪਰ ਉਹਨੂੰ ਕਹਿਣੀ ਜਿੰਨੇ ਸਾਡੇ ਸੰਤ ਨੇ ਅਗਰ ਇਸ ਤਰ੍ਹਾਂ ਦਾ ਅਸੀਂ ਕੋਈ ਬਾਹਰ ਨੂੰ ਬੰਨ ਲਈ ਆਉਣ ਵਾਲੇ ਵਿੱਚ ਜੇ ਹੁਣ ਨਾਮ ਵੀ ਬਹੁਤ ਸਕੇ ਜਿਸੇ ਨੂੰ ਉੱਥੇ ਲੱਗਦਾ ਹੈ ਅਗਰ ਕਿਸੇ ਨੇ ਆਪਣੇ ਨਾਂ ਦੇ ਨਾਲ ਸੰਤ ਜਾਂ ਬਾਬਾ ਲਾਉਣਾ ਹੈ ਉਹ ਜਿੰਦੇ ਜੀ ਨਹੀਂ ਲੱਗ ਸਕਦਾ ਪਰ ਤੁਹਾਨੂੰ ਬਾਅਦ ਚੋਂ ਸੰਤ ਬਣਾਵੇ ਜਾਂ ਬਾਬਾ ਬਣਾਵੇ ਉਹ ਜਿੰਦੇ ਜੀ ਆਪਣੇ ਨਾਂ ਦੇ ਨਾਲ ਸੰਤ ਦੀ ਡਿਗਰੀ ਨਾ ਲਵੇ ਕਿਉਂਕਿ ਉਹਦੇ ਨਾਲ ਬਹੁਤ ਗਲਤ ਪ੍ਰਭਾਵ ਜਾਂਦਾ ਕਿਉਂਕਿ ਕਈ ਇਕੱਠੇ ਵੀ ਕਹਿੰਦੇ ਨੇ ਕਿ ਸਾਡੇ ਬਾਬਾ ਬੁੱਢਾ ਜੀ ਨੇ ਜਿਹਨਾਂ ਨੇ ਸ਼ਹੀਦ ਗੁਰੂ ਸਾਹਿਬਾਨਾਂ ਨੂੰ ਪੰਜ ਗੁਰੂ ਸਾਹਿਬਾਨਾਂ ਨੂੰ ਕਹਿ ਕੇ ਦਿੱਤਾ ਉਹ ਬਹੁਤ ਸਾਰੇ ਬੜੇ ਬੜੇ ਗੁੱਸੇ ਹੋਏ ਨੇ ਆਪਣਾ ਨਾਮ ਜਾਣ ਦੇ ਉਹਨੂੰ ਭਾਈ ਕਹਿ ਕੇ ਪੁਕਾਰਿਆ ਗਿਆ ਕਿੰਨਾ ਸਰਕਾਰ ਨੂੰ ਪੰਜ ਸ਼ਬਦ ਹੈ ਅਤੇ ਅਗਰ ਗੁਰੂ ਸਿੱਖੀ ਨੇ ਰਾਜ ਜੋੜਨਾ ਚਾਹੁੰਦੇ ਨੇ ਜਿਵੇਂ ਗੱਡੀਆਂ ਵਾਲੇ ਜੋੜ ਰਹੇ ਨੇ ਬੜਾ ਸ਼ਲਾਘਾ ਜੋ ਕਦਮ ਹੈ ਬੜੇ ਉਹਨਾਂ ਤੋਂ ਗੰਭੀਰ ਰੂਪ ਲੱਗੇ ਨੇ ਉਹ ਬੜੇ ਨੀਚਪਣਾ ਕਿਸੇ ਨੇ ਜਿਹਨੂੰ ਦਿਖਾਇਆ ਹੈਗਾ ਬਿਨਾਂ ਕਿਸੇ ਗੁਰੂ ਤੋਂ ਕਿਸੇ ਸਿੱਖੀਤ ਨੂੰ ਅਰਦਾਸ ਅਰਦਾਸ ਕਰਨਾ ਬਹੁਤ ਹੀ ਘਰਾਉਣੀ ਹਰਕਤ ਹੈ ਜੇ ਤੁਸੀਂ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ ਪਰ ਮੈਂ ਸਮਝਦਾ ਕਿ ਅਗਰ ਅਸੀਂ ਸਮੁੱਚਾ ਸਿੱਖ ਪੰਥ ਸੱਚ ਨੂੰ ਸੱਚ ਕਹਿਣ ਅਤੇ ਉਹਦੇ ਪਹਿਰਾ ਦੇਈਏ ਅਤੇ ਉਹਨਾਂ ਨੇ ਗੁਰੂ ਸਾਹਿਬਾਂ ਦੇ ਨਾਲ ਜਿੰਨੀ ਵੀ ਸੰਗਤ ਨੂੰ ਜੋੜਿਆ ਉਹਨਾਂ ਦੇ ਦਿਲ ਤੋੜੇ ਨੇ ਕਿਉਂਕਿ ਇਹ ਬਹੁਤ ਹੀ ਮੈਂ ਸਮਝਦਾ ਕਿ ਸਿੱਖ ਜਗਤ ਨੂੰ ਇਸ 'ਤੇ ਬਹੁਤ ਹੀ ਸੋਚ ਵਿਚਾਰ ਕੇ ਗੁਰਦੁਆਰਾ ਨੂੰ ਕੰਪੈਲ ਕਰਨਾ ਚਾਹੀਦਾ ਕਿ ਇਹਦੇ ਮੁਦਰੇ ਜਿਹੜੇ ਆ ਉਹ ਤੱਕ ਸਤਿਗੁਰ ਦੇ ਵਿੱਚ ਬਾਹਰ ਨਾ ਆਉਣ ਜਦ ਤੱਕ ਉਹਨਾਂ 'ਤੇ ਉਹ ਕੋਈ ਫੈਸਲਾ ਆਪ ਕੋਲ ਨਾ ਕਰਨਾ ਅਤੇ ਸ਼ਿਕਾਇਤ ਕੋਈ ਪੈਨਲ ਬਣਨਾ ਚਾਹੀਦਾ ਜਾਂ ਕੋਈ ਵਧੀਆ ਹੋਣਾ ਚਾਹੀਦਾ ਸੰਤ ਬਾਬਾ ਜਾਂ ਹੋਰ ਲਕਬ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਲਗਾਉਣ ਦਾ ਅਧਿਕਾਰ ਕਿਹਨੂੰ ਹੋਣਾ ਚਾਹੀਦਾ ਸੰਗਤ ਨੂੰ ਜਾਂ ਅਕਾਲ ਤਖ਼ਤ ਸਾਹਿਬ ਨੂੰ ਜਾਂ ਕਿਸ ਤਰ੍ਹਾਂ ਹੋਵੇ ਪਰ ਇਹਦੇ ਨਾਲ ਅਸੀਂ ਇਹ ਜ਼ਰੂਰ ਬੇਨਤੀ ਕਰੀਏ ਕਿ ਸੰਗਤ ਨੂੰ ਵੀ ਜ਼ਰੂਰ ਥੋੜਾ ਸੁਚੇਤ ਹੋਣਾ ਪਊਗਾ ਮੈਂ ਹੁਣੇ ਹਜ਼ੂਰ ਸਾਹਿਬ ਤੋਂ ਆਇਆ ਅਤੇ ਮੈਂ ਦੇਖਿਆ ਕਿ ਬਾਬਾ ਨਰਿੰਦਰ ਸਿੰਘ ਉਹਨਾਂ ਨੇ ਜਿੱਥੇ ਬਹਿੰਦੇ ਨੇ ਦੇਖ ਕੇ ਲਾਇਆ ਹੋਇਆ ਕਿ ਜੇ ਸਾਡੇ ਕੋਈ ਪੈਰੀਂ ਹੱਥ ਲਾਉਣ ਦੀ ਕੋਸ਼ਿਸ਼ ਕਰੂਗਾ ਤਾਂ ਉਹਨੂੰ ਸਾਰੇ ਦਿਨ ਸੇਵਾ ਕਰਨੀ ਪਊਗੀ ਮਤਲਬ ਇਹ ਬਾਬਾ ਸ਼ੀਸ਼ਾ ਸਿੰਘ ਉਹਨਾਂ ਨੇ ਵੀ ਕੀਤਾ ਸੀਗਾ ਸੋ ਲੋੜੋਂ ਵੱਧ ਜਾਂ ਇਸ ਤਰ੍ਹਾਂ ਦੇ ਇਸ ਤਰੀਕੇ ਦੇ ਨਾਲ ਆਪਾਂ ਸਤਿਕਾਰ ਦੇਣ ਦੀ ਕੋਸ਼ਿਸ਼ ਨਾ ਕਰੀਏ ਜਿਹਦੇ ਨਾਲ ਸਿੱਖ ਸਿਧਾਂਤਾਂ 'ਤੇ ਸੱਟ ਵੱਜਦੀ ਹੋਏ ਸੋ ਇਹ ਅਵੇਕਨਿੰਗ ਸਮੂਹਕ ਤੌਰ 'ਤੇ ਹੋਣੀ ਚਾਹੀਦੀ ਹੈ ਅਤੇ ਹੁਣ ਮੈਂ ਬੇਨਤੀ ਕਰੂੰਗਾ ਭਾਈ ਚਰਨ ਸਿੰਘ ਉਹਨਾਂ ਨੂੰ ਇਹ ਵੀ ਅਸੀਂ ਉਹਨਾਂ ਨੂੰ ਪੁੱਛਾਂਗੇ ਮੇਰੇ ਮਨ ਦੇ ਵਿੱਚ ਵੈਸੇ ਦੋ ਸ਼ਖਸੀਅਤਾਂ ਬਾਰੇ ਇਹ ਜੋ ਭਾਈ ਜਸਦਾਰ ਸਾਹਿਬ ਉਹਨਾਂ ਨੇ ਗੱਲ ਕਹੀ ਆ ਉਹ ਭਾਈ ਚਰਨ ਸਿੰਘ ਮੇਰੇ ਦੋ ਸ਼ਖਸੀਅਤਾਂ ਬਾਰੇ ਮੇਰੇ ਮਨ 'ਚ ਵਿਚਾਰ ਆਇਆ ਜਿਹੜੀ ਕੁਦਰਤੀ ਉਹਨਾਂ ਨੂੰ ਯਾਦ ਆਏ ਆ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਰਣਜੀਤ ਸਿੰਘ ਢੱਡੀਆਂ ਵਾਲੇ ਇਹਨਾਂ ਦੇ ਬਾਰੇ ਮੇਰੇ ਦਿਮਾਗ 'ਚ ਵਿਚਾਰ ਆਈ ਮੇਰੇ ਵਿਚਾਰ ਆਏ ਸੀ ਕਿ ਇਹਨਾਂ 'ਤੇ ਜਾਂ ਕੋਈ ਅਟੈਕ ਕਰਵਾਇਆ ਜਾਊਗਾ ਜਾਂ ਇਹਨਾਂ ਨੂੰ ਫਰੇਮ ਕੀਤਾ ਜਾਊਗਾ ਕਿਉਂਕਿ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਸਿੱਖੀ ਦੀ ਅਵੇਕਨਿੰਗ ਹੋਵੇ ਸਰਕਾਰਾਂ ਨਹੀਂ ਚਾਹੁੰਦੀਆਂ ਸਿੱਖਾਂ ਦੇ ਹੱਕਾਂ ਦੇ ਮੁਤਾਬਕ ਕੋਈ ਬਾ ਵੇਲਾ ਕਰੇ ਜਾਂ ਸਿੱਖਾਂ ਦਾ ਕੋਈ ਗੁਰਦੁਆਰਾ ਜਿੱਦਾਂ ਹਰਦੁਆਰਾ ਢਾ ਦਿੱਤਾ ਗਿਆ ਉਹਦੇ ਬਾਰੇ ਕੋਈ ਬਾ ਵੇਲਾ ਕਰੇ ਤੁਸੀਂ ਕੀ ਮਹਿਸੂਸ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾ ਚਿਰ ਸਿੱਖ ਸਿੱਖੀ ਲਵਾਉਂਦਾ ਮਰ ਨਹੀਂ ਜਾਂਦਾ ਉਨਾ ਚਿਰ ਬੰਦੇ ਨੂੰ ਕਿਸੇ ਨੂੰ ਵੀ ਆਪਣੇ ਆਪ ਦੇ ਇਤਵਾਰ ਨਹੀਂ ਹੈ ਸਿੱਖੀ ਉਦੋਂ ਨਿਭ ਜਾਂਦੀ ਹੈ ਜਦੋਂ ਸਵਾਸ ਖਤਮ ਹੁੰਦੀ ਹੈ ਇਹ ਆਪਾਂ ਆਮ ਤੌਰ ਤੇ ਕਥਾਵਾਂ ਤੇ ਕਹਾਣੀਆਂ ਤੇ ਸਾਡੇ ਸਾਖੀਆਂ ਜਿਹੜੀਆਂ ਹਨ ਗੁਰਸਿੱਖਾਂ ਦੇ ਜੀਵਨ ਦੀਆਂ ਹਨ ਜੋ ਝੂਠਾ ਦੋਸ਼ ਹੁੰਦਾ ਹੈ ਉਹ ਕਿਤੇ ਨੂੰ ਸਮੇਂ ਦੇ ਸਾਹਮਣੇ ਆ ਕੇ ਠੀਕ ਹੀ ਹੋ ਜਾਂਦਾ ਝੂਠਾ ਦੋਸ਼ ਕਦੇ ਪ੍ਰਫੁੱਲਤ ਨਹੀਂ ਹੁੰਦਾ ਜੀਵਨ ਦੇ ਵਿੱਚ ਕੋਈ ਵੀ ਇਨਸਾਨ ਡਿੱਗ ਪਵੇ ਕੋਈ ਐਸੀ ਗੱਲ ਹੋ ਜਾਏ ਜੋ ਕਿ ਆਪਾਂ ਦੇਖਦੇ ਹਾਂ ਜਿੱਥੇ ਕੋਈ ਵੀ ਸੰਸਥਾ ਚੱਲਦੀ ਹੈ ਜਿਹਦੇ ਵਿੱਚ 100, 200, 400 ਜਾਂ ਜ਼ਿਆਦਾ ਸਟੂਡੈਂਟ ਆਉਂਦੇ ਪੜ੍ਹਨ ਵਾਸਤੇ ਆਉਂਦੇ ਆ ਜਾਂ ਸੰਗਤ ਸੇਵਾ ਕਰਦੇ ਆ ਉੱਥੇ ਕੋਈ ਨਾ ਕੋਈ ਇਹੋ ਜਿਹਾ ਵਿਅਕਤੀ ਵੀ ਆਉਂਦੇ ਆ ਜਿਹੜੇ ਆਪਦੇ ਮਨ ਦੀ ਸਿਰਫ ਆਪਦੀ ਭਾਵਨਾ ਪੂਰੀ ਕਰਨ ਵਾਸਤੇ ਜਾਂ ਲਾਹ ਲੈਣ ਵਾਸਤੇ ਆਪਣੇ ਵਾਸਤੇ ਆਉਂਦੇ ਆ ਜਿਹੜਾ ਦੁਨੀਆ ਵੀ ਹੁੰਦਾ
जिमें मैं भी थोड़ी जी मतलब इंटरव्यू सुनी है संतों की भी सुनी है जो मुंडा बोल रहा ओरी भी सुनी जी पूरी नहीं सुनी इस करके मैं पूरा नहीं पता पर जिनी तो मैं सुनी जी उन्हें कुछ गलतियां संत रणजीत सिंह जी ढड्डियों वाले मुताबिक वो पुराने कर रहा टेलीफोन किसी दिन भैन दस घंटा घंटा टेलीफोन करना जरा एक डेरे के रिंदा होने महसूस किया चंगा नहीं जरा हम बहार रौला भी पिया ये साढ़े ईरखा इन्नी आ गई है कि असी संत भी वंड ले असी लीडर भी वंड ले जेड़ी गल नहीं भी असी अच्छे इस करके साडे विच इदां दी गल आ गई कि असी थोड़ा जिहा ईरखा अधीन हो के कई वारी गल नूं हद तो ज्यादा चुकदे ते जिहड़ी उह नौजवान गल कह रहा उहनां दे उत्तों ही मैनूं इक अपने गुरमुख घर नूं पुछिआ मैं कहा तेरा मन कहिंदा कि संत ढड्डरियां वाला कवे वेद केस कर दे संत जरनैल सिंह साहिब पिंडां वाले कहिंदे कोई भी नीच तो नीच कर्म करे सिख ओदे पंजां ककारां ते हथ नहीं पाउणा सिर विछक ला दे क्योंकि उत्थे डेरे दे विच रहिंदे होए जेकर उहनूं उस नौजवान नूं झिड़किआ एक कुदरती है कि उसने अपनी बेइज्जती समझ के उत्थों कढ़िआ गया ते कुछ ना कुछ ईरखा दे मन दे विच ते उदों बाद वाली गल है कि उत्थे उहनूं हवा देण वाले वी जरूर बंदे वाले क्योंकि साडे विच इन्ना थले गिरावट आ गई कि आपां किसे ते यकीन नहीं कर सकते कोई भी बंदा एक दूसरे नूं नियमां दिखाउण लई दुनियावी तौर ते सच तां दरगाह दे विच निभ ही जाणा पर दुनियावी तौर ते असीं नियमां दिखाउण वास्ते उस नूं हवा दे के चक के ये किसे ना किसे तरह थले कर ये साडे सारिआं वास्ते बीमारी कोई भी गल ते साडी नहीं गल बनती तो आप उत्थे गुस्सा गला कर सकते रोस कर सकते आह गल इदा नहीं इदा है पर जदों भी पहला भी इन्होंने बब्बू मान ने चक के बड़ा कुछ उन्हें किया असी इन देखा नहीं सी पर फिर भी असी कहा कि जेडे तरह के दोष ला रहे भी इन्ने साज भी जाते बब्बू मान को तो कई गुणा ज्यादा साज है एक लाल बत्ती जगा लेनी कोई धर्म तो गिरावट वाली गल नहीं छेती पहुंचने वास्ते कोई भी कर सकता पर बड़ा कुछ इतने होया सानू सोच रखनी चाहिए ईरखा बस ना हो हाँ हूं भी दास बेनती करता कि उन्होंने जो बोलिया कि असी इस कढ़ दिता गया उस नौजवान के नाल समझदा हूं मेरे नाल बतीती की हरेक की समझा बच्चे चपेड़ मार दो दिन तुहाडे नूं नहीं करता क्योंकि गलती ओहदी हुंदी आ ते सारिया संस्थावां दे सारे डेरे च गल होंदी है जदों कोई गलती करदा उहनूं उत्थों कढ़िया जांदा ते कई वारी कुटना होंदा उहनूं उसदी सजा भी दित्ती जांदी जिहड़ा काम उहने कीता होवे इस करके उह मुंडा जिहड़ियां गल्लां कर रिहा उह कुछ गल्लां बहुत ज्यादा वध के कर रिहा उहनूं इह नहीं पता कि जे मैं गल्लां ज्यादा वधा के करूंगा ते मेरा जिहड़ी मेरे नाल माड़ी मोटी होई आ उह भी सारा झूठ बन ਉਦੋਂ ਬਾਅਦ ਇਹ ਬੇਨਤੀ ਹੈ ਵੀ ਕੋਈ ਵੀ ਗੱਲ ਹੁੰਦੀ ਆਪਣੇ ਵਿੱਚੋਂ ਸਾਰੇ ਜਾਣੇ ਕੋਈ ਵੀ ਤੁਸੀਂ ਗੁਰਮੁਖ ਪਿਆਰੇ ਚਾਰ ਪੰਜ ਜਾਂਦੇ ਰਹਿੰਦੇ ਆਉਂਦੇ ਰਹਿੰਦੇ ਆ ਜਾਂ ਉਹਨਾਂ ਦਾ ਵੀ ਇੱਥੇ ਪ੍ਰੋਗਰਾਮ ਹੁੰਦਾ ਰਹਿੰਦਾ ਉਹਨਾਂ ਨਾਲ ਆਪਾਂ ਬਹਿ ਕੇ ਵਿਚਾਰ ਕਰਕੇ ਤੁਸੀਂ ਉੱਥੇ ਆ ਸਕਦੇ ਵੀ ਗੱਲ ਕੀ ਆ ਮੁੰਡੇ ਨਾਲ ਵੀ ਕਰ ਸਕਦੇ ਜਿਹੜੀ ਗੱਲ ਉਹਨਾਂ ਨੇ ਕਹੀ ਆ ਉਹਨੇ ਮੁੰਡੇ ਨੇ ਵੀ ਮੈਨੂੰ ਇੰਟੈਰੋਗੇਟ ਕੀਤਾ ਗਿਆ ਮੈਨੂੰ ਬਹੁਤ ਤਸੀਹੇ ਦਿੱਤੇ ਮੈਨੂੰ ਮਾਰਿਆ ਗਿਆ ਬੇਹੋਸ਼ ਹੋ ਜਾਂਦਾ ਸੀ ਤਾਂ ਲੱਗਦਾ ਕਿ ਉਹਨੂੰ ਮਾਰਿਆ ਗਿਆ ਇੱਥੇ ਜਿਹੜੀ ਗੱਲ ਆਪ ਜੀ ਨੇ ਪਹਿਲਾਂ ਸੁਣੀ ਕਿ ਇੱਥੋਂ ਜਦੋਂ ਕੋਚਾਂ ਭਰ ਕੇ ਗਈਆਂ ਨਾ ਉੱਧਰ ਐਕਟਰਾ ਵੀ ਉਹਨਾਂ ਆਪਦੇ ਕੇਸ ਕੱਟ ਲਏ ਉਦੋਂ ਵੀ ਸਾਡੇ ਜਿਹੜੇ ਲੀਡਰ ਆ ਸਾਨੂੰ ਗੁੱਸੇ ਹੁੰਦੇ ਤੇ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਜਿਹੜਾ ਇਹ ਕੰਮ ਹੈ ਉਹਦੇ ਵਾਸਤੇ ਕੋਚਾਂ ਭਰ ਕੇ ਨਹੀਂ ਜਾਣ ਦੀ ਲੋੜ ਆਪਾਂ ਕੋਚਾਂ ਭਰ ਕੇ ਉੱਥੇ ਵੱਡੇ ਨਹੀਂ ਬਣੇ ਜਦੋਂ ਉੱਥੇ ਗਏ ਉਹ ਤੋਂ ਬਾਅਦ ਉਹਦਾ ਕੇਸ ਝੂਠਾ ਨਹੀਂ ਗਿਆ ਉਹ ਤੋਂ ਬਾਅਦ ਸਮੈਤਕ ਦੇ ਵਿੱਚ ਇੱਕ ਸਮੈਤ ਗੁਰਦੁਆਰਾ ਸਾਹਿਬ ਦੇ ਵਿੱਚ ਮੈਨੇਜਰ ਬਣਿਆ ਹੁੰਦਾ ਮੈਂ ਉਹਦਾ ਨਾਂ ਤਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਚਾਹੀਦਾ ਨਹੀਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਉਸ ਇਨਸਾਨ ਨੇ ਆਪਣੇ ਵਾਲ ਕੱਟ ਲਏ
ਬਾਲ ਕੱਟ ਲਿਆ ਕੇਸ ਪੇਸ ਹੋ ਗਿਆ ਤੇ ਬਲਵਿੰਦਰ ਸਿੰਘ ਨੇ ਮੈਨੂੰ ਟੈਲੀਫੋਨ ਕੀਤਾ ਵੀ ਰਾਜ ਹੋਣੀ ਜਿਹੜੇ ਟੈਲੀਫੋਨ ਕਰਦੇ ਆ ਤੇ ਪੁਲਿਸ ਨਾਲ ਮੀਟਿੰਗ ਕਰਨੀ ਆ ਇੱਕ ਸਿੱਖ ਦੇ ਬਾਲ ਕੱਟੇ ਆ ਗੋਰਿਆਂ ਨੇ ਇਹ ਮਸਲਾ ਆਪਾਂ ਜਰਾ ਕੁ ਉਭਾਰਨਾ ਤੇ ਪੁਲਿਸ ਨੂੰ ਜਰਾ ਕੁ ਤੰਗੀ ਦੇਣੀ ਆ ਵੀ ਇਹਨੂੰ ਲੱਭੋ ਜੋ ਵੀ ਹੈਗਾ ਤੇ ਮੈਨੂੰ ਇਹਨੇ ਨਾਂ ਦੱਸਿਆ ਮੈਂ ਕਿਹਾ ਬਲਵਿੰਦਰ ਸਿੰਘ ਜਿਹੜਾ ਤੂੰ ਮੈਨੂੰ ਨਾਂ ਦੱਸਿਆ ਇਹ ਮੈਂ ਤੈਨੂੰ ਹੁਣੇ ਕਹਿੰਦਾ ਵੀ ਮੈਂ ਜਿੱਦਾਂ ਦਾ ਉਹਦਾ ਚਾਲ ਚੱਲਣ ਸੀ ਵੀ ਇਹ ਗਲਤ ਆ ਗੱਲ ਉਸ ਤੋਂ ਬਾਅਦ ਬਲਵਿੰਦਰ ਸਿੰਘ ਤਾਂ ਮੈਂ ਸਿੱਧੇ ਉਹਦੇ ਘਰ ਚਲੇ ਗਿਆ ਰਾਤ ਨੂੰ 10:30 ਜਦੋਂ ਪੁੱਛਿਆ ਵੀ ਕੀ ਹੋਇਆ ਤੈਨੂੰ ਤੇ ਉਹਨੇ ਮੇਰਾ ਖੈਰ ਬੰਦਾ ਹੀ 5-6 ਹੱਥਾਂ ਵਾਲਾ ਬਣਾ ਦਿੱਤਾ ਉਹਨੇ ਮੇਰਾ ਬਟੂਆ ਵੀ ਕੱਢ ਲਿਆ ਉਹਨੇ ਮੇਰਾ ਟੈਲੀਫੋਨ ਵੀ ਕੱਢ ਲਿਆ ਇੱਕ ਹੱਥ ਮੈਂ ਵੀਰ ਮੇਰੇ ਸਿਰ 'ਚ ਪਾ ਦਿੱਤੀ ਕਿਉਂਕਿ ਵੀਰ ਤਾਂ ਮੁਸ਼ਕ ਹੈ ਇੱਕ ਚੰਗਾ ਸਿੰਘ ਸੀ ਉਹਨੇ ਕਿਹਾ ਤੇਰੇ ਕੋਲ ਮੁਸ਼ਕ ਹੋਣਾ ਉਹ ਕਹਿੰਦਾ ਉਹ ਬੋਲ ਹੈ ਉਹ ਮੈਂ ਕਿਹਾ ਜਿਹੜੇ ਵੀਰ ਲਈ ਪੈਸੇ ਲੁੱਟਣ ਆਏ ਉਹ ਵੀਰ ਦਾ ਟੀਨ ਇਹਦੇ ਸਿਰ 'ਚ ਕੀਤਾ ਡੇਰ ਵੀਰ ਵਾਸਤੇ ਤਾਂ ਪੈਸੇ ਕਹਿੰਦਾ ਲੁੱਟਣ ਆਏ ਉਹ ਗੱਲ ਪੁਲਿਸ ਵਾਲਿਆਂ ਨੇ ਕਿਹਾ ਉਹ ਕਹਿੰਦੇ ਅੱਜ ਤੱਕ ਸਿੱਖ ਦੇ ਬਾਲ ਕਿਸੇ ਗੋਰੀ ਨੇ ਕਦੇ ਨਹੀਂ ਕੱਟੇ ਸਾਡੇ ਕੋਲ ਜਿੰਨੇ ਕੇਸ ਆਏ ਆ ਅੱਜ ਤੱਕ 3-4 ਉਹਨਾਂ ਨੇ ਆਪ ਹੀ ਕੱਟੇ ਸੀ ਤੇ ਉਹ ਵੀਕ ਦੇ ਵਿੱਚ ਉਹਦਾ ਸਬੂਤ ਹੋ ਗਿਆ ਕੇਸ ਆਪ ਕੱਟੇ ਬਾਕੀ ਦੇ ਸਾਰੇ ਕਟਾ ਜਿਹੜਾ ਕੋਈ ਬੰਦਾ ਕੋਈ ਵੀ ਕੁਛ ਕਹਿ ਸਕਦਾ ਅਰਦਾਸ ਹੀ ਬੇਨਤੀ ਕਰੂ ਕਿ ਸੱਚ ਨਹੀਂ ਮੰਨਿਆ ਜਾ ਸਕਦਾ ਜਿੰਨਾ ਚਿਰ ਪੂਰੀ ਇਨਵੈਸਟੀਗੇਸ਼ਨ ਨਹੀਂ ਹੋਈ ਪੈਸੇ ਦਵਾਉਣ ਵਾਸਤੇ ਬਾਬਿਆਂ ਕੋਲ ਮੈਨੂੰ ਪਤਾ ਵੀ ਬਾਬਿਆਂ ਕੋਲ ਇੱਦਾਂ ਦੇ ਗੁੰਡੇ ਬੰਦੇ ਜਾ ਕੇ ਵੀ ਕਈ ਰਹਿੰਦੇ ਆ ਜਿਹੜੇ ਕਹਿੰਦੇ ਵੀ ਬਾਬੇ ਨੂੰ ਐਤਮਾਂ ਦੇ ਤੈਨੂੰ ਇਸ ਗੱਲ 'ਚ ਫਸਾ ਦੇਣਾ ਇਹ ਲੱਖਾਂ ਲੱਖਾਂ ਰੁਪਈਏ ਉਹਨਾਂ ਨੇ ਲਏ ਵੀ ਆ ਇਸ ਗੱਲ ਦਾ ਸਬੂਤ ਆ ਤੇ ਉਹਨਾਂ ਬੰਦਿਆਂ ਨੇ ਪੈਸੇ ਲਏ ਵੀ ਬਾਬਿਆਂ ਨੂੰ ਡਰਾ ਕੇ ਪਰ ਬਾਬੇ ਕਮਜ਼ੋਰੀ ਨਾ ਕਰਨ ਤੇ ਮੈਂ ਕਹਿੰਦਾ ਕੁਛ ਵੀ ਕਮਜ਼ੋਰੀ ਹੋਵੇ ਜ਼ਰੂਰੀ ਨਹੀਂ ਖਲਾਸੀ ਹੋਣੀ ਕੁਛ ਵੀ ਹੋਵੇ ਜੇ ਕਮਜ਼ੋਰੀ ਮੰਨ ਕੇ ਮੈਂ ਡਰਦਾ ਹੀ ਤੁਹਾਡੇ ਕੋਲ ਕਈ ਜਣਾ ਤੁਸੀਂ ਜੋ ਕਹਿ ਤਾਂ 7 ਵਜੇ ਜੀ ਕਿ ਉਹ ਕਿਸੇ ਵੀ ਗੱਲ 'ਚ ਉੱਤੇ ਉਹਨੂੰ ਪ੍ਰਭਾਵਿਤ ਕਰ ਸਕਦੇ ਆ ਇਸ ਕਰਕੇ ਇਹ ਜਿਹੜੇ ਤੇ ਚੱਕਣ ਵਾਲੇ ਹੁੰਦੇ ਨੇ ਬਾਬਿਆਂ ਕੋਲ ਪੈਸੇ ਬਹੁਤ ਆ ਤੇ ਤੈਨੂੰ ਪੈਸੇ ਹੋਰ ਨਹੀਂ ਤਾਂ ਇੱਦਾਂ ਮਿਲ ਜਾਂਦੇ ਸੰਗਤਾਂ ਨੇ ਉਹ ਕਹੀ ਜਾਂਦਾ ਮੈਂ ਗਰੀਬ ਬਹੁਤ ਆ ਮੈਂ ਲੈਂਦਾ ਕੁਛ ਨਹੀਂ ਸੀ ਮੈਨੂੰ ਪੈਸੇ ਭੇਜੋ ਮਦਦ ਕਰੋ ਜੀ ਮਤਲਬ ਇਹ ਕੋਈ ਕਹਾਣੀ ਗੱਲ ਥੋੜ੍ਹਾ ਹੈਗੀ ਫਿਰ ਵੀ ਅਸੀਂ ਕਹਿੰਦੇ ਗੁਰਮਤ ਅਨੁਸਾਰ ਜਿਹੜੇ ਗੁਰਮਤ ਲਈ ਪ੍ਰਚਾਰ ਕਰਦੇ ਆ ਕਰ ਕੋਈ ਵੀ ਕੁਛ ਗਰੰਟੀ ਨਹੀਂ ਪਰ ਉਸ ਦੀ ਇਨਵੈਸਟੀ ਸਾਰੀ ਦੇਖਭਾਲ ਕਰਕੇ ਕੌਂਸਲ ਕਰਕੇ ਇਨਵੈਸਟੀਗੇਸ਼ਨ ਕਰਕੇ ਫਿਰ ਉਹਨਾਂ ਗੱਲਾਂ ਨੂੰ ਸੰਗਤ ਦੇ ਵਿੱਚ ਕੋਈ ਨਹੀਂ ਕਰਦਾ ਤਾਂ ਉਹਦਾ ਕਹਿਣਾ ਨਹੀਂ ਚਾਹੀਦਾ ਬਹੁਤ ਧੰਨਵਾਦ ਸਾਡੇ ਕੋਲ ਲਾਸਟ ਦੋ ਕਾਲਮ ਨੇ ਬੁਲਾਰੇ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਇੱਕ ਮਿੰਟ ਵਿੱਚ ਭਾਈ ਦਿਓ ਸਾਹਿਬ ਤੇ ਭਾਈ ਜਸਵੰਤ ਸਿੰਘ ਹਾਂਜੀ ਸਾਰੇ ਵੀਰਾਂ ਨੇ ਬਹੁਤ ਹੀ ਸੱਚੇ ਢੰਗ ਦੇ ਨਾਲ ਸੰਤਾਂ ਨੂੰ ਚੱਲਣਾ ਪਾਇਆ ਹੈ ਸੰਤ ਬਾਬਾ ਰਣਜੀਤ ਸਿੰਘ ਢੰਡੀਵਾਲ ਬਾਰੇ ਆਪਾਂ ਸਾਰੇ ਜਾਣਦੇ ਹਾਂ ਜੇ ਆਪਾਂ ਥੋੜ੍ਹੀ ਬਹੁਤੀ ਉਹ ਸਟੋਰੀ ਦੇਖੀਏ ਹਰ ਇੱਕ ਇਨਸਾਨ ਦਾ ਮਨ ਜਿਹੜਾ ਧਰਮ ਨੂੰ ਥੋੜ੍ਹਾ ਬਹੁਤਾ ਮੰਨਦਾ ਹੈ ਉਹਦੇ ਅੰਦਰ ਦੀ ਭਾਵਨਾਏ ਹੁੰਦੇ ਆ ਉਹਦੀ ਆਤਮਾਏ ਜੋਬ ਹੁੰਦੀ ਆ ਅਤੇ ਇਹ ਸਹੀ ਨਹੀਂ ਦੱਸਣ ਔਰ ਕਿੰਨੇ ਸਾਲਾਂ ਨੂੰ ਵਿਚਰ ਕੇ ਇੱਥੇ ਪ੍ਰਚਾਰ ਕੀਤਾ ਇੰਗਲੈਂਡ ਦੇ ਵਿੱਚ ਸੁਰਦਾਸ ਨੂੰ ਯਾਦ ਹੈ ਜੋ ਮੈਂ 2004 ਪਹਿਲਾਂ ਗੁਰੂ ਸਾਹਿਬ ਨੇ ਮੇਰੀ ਸੇਵਾ ਵਾਪਸੀ ਗੁਰਦੁਆਰਾ ਸਾਹਿਬ ਦਰਬਾਰ ਵਿੱਚ ਉਦੋਂ ਪਹਿਲਾਂ ਦੀਵਾਲੀ ਕਿਉਂ ਦਾ ਲੱਗਾ ਸੀ ਔਰ ਮੇਰੀ ਡਿਊਟੀ ਲਾਈ ਹੋਈ ਸੀ ਕਿ ਜਦੋਂ ਸੰਤਾਂ ਆਉਂਦੀਆਂ ਤੁਸੀਂ ਉਹਨਾਂ ਨੂੰ ਜਗ੍ਹਾ ਜਗ੍ਹਾ ਬਿਠਾਉਣਾ ਔਰ ਜੋ ਰਸਤਾ ਹੈ ਉਹਦੇ ਵਿੱਚ ਕੋਈ ਸੰਗ ਨਾ ਬੈਠੇ ਉਹਦੇ ਵਿੱਚ ਯਕੀਨ ਕਰੋ ਕਿ ਮਾਤਾ ਸਕੀ 7-8 ਸਾਲ ਦੀ ਹੋ ਗਈ ਮੈਂ ਉਹ ਕਿਹਾ ਮਾਤਾ ਜੀ ਤੁਸੀਂ ਇੱਥੇ ਨਾ ਬੈਠੋ ਇੱਥੋਂ ਰਸਤਾ ਰੋਕਦਾ ਗੁਰੂ ਕਿਤੇ ਬਿਲਕੁਲ ਫੜਦੇ ਰਹਿ ਗਿਆ ਕਹਿੰਦੇ ਪੁੱਤਰ ਭਾਵੇਂ ਮੈਨੂੰ ਧੱਕੇ ਮਾਰੀ ਮੈਂ ਇੱਥੋਂ ਮੈਂ ਨੇੜੇ ਹੋ ਕੇ
ਮਹਾਂਪੁਰਖਾਂ ਨੂੰ ਦਰਸ਼ਨ ਕਰਨ ਲੱਗੇ ਨੇ। ਇਹ ਆਪਣੇ ਕੋਈ ਮਨ ਦੀ ਸ਼ਰਧਾ ਹੈ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਭਾਈ ਬਲਵੰਤ ਸਿੰਘ ਰਾਜੋਂਗਲਾ ਬਾਰੇ, ਉਹਨਾਂ ਨੇ ਕਾਫੀ ਇਸ ਗੱਲ ਨੂੰ ਸੰਤਾਂ ਵਿੱਚ ਪਹੁੰਚਾਇਆ, ਔਰ ਜੋ ਹਰ ਇੱਕ ਆਪਣਾ ਸਾਰਿਆਂ ਦਾ ਹੱਲ ਕਰਦਾ ਹੈ। ਆਪਾਂ ਨੂੰ ਪਤਾ ਹੈ ਜਿਹੜੀਆਂ ਵਿਰੋਧੀ ਧਿਰਾਂ ਸਿੱਖੀ ਦੇ ਖਿਲਾਫ਼ ਦਿੱਤੀਆਂ ਹਨ ਉਹ ਹਰ ਵੇਲੇ ਇਸ ਦਾਅ ਤੇ ਰਹਿੰਦੀਆਂ ਹਨ, ਹੁਣ ਕਿਹੜਾ ਸ਼ੋਸ਼ਾ ਛੱਡੀਏ, ਕਿਹੜਾ ਕਿੱਥੇ ਇਲਜ਼ਾਮ ਲਾਈਏ ਅਤੇ ਸਿੱਖੀ ਨੂੰ ਢਾਲ ਦੇਈਏ, ਸੰਤਾਂ ਦੇ ਮਨ ਵਿੱਚ ਜਿਹੜੀ ਸ਼ਰਧਾ ਬਣੀ ਹੈ ਉਹ ਟੁੱਟ ਜਾਵੇ। ਇਹਦੇ ਨਾਲ ਬਹੁਤ ਡੈਮੇਜ ਹੋਇਆ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿਸੇ ਉਹਨਾਂ ਦਾ ਨੁਕਸਾਨ ਨਹੀਂ, ਸਾਡਾ ਆਪਣਾ ਨੁਕਸਾਨ ਨਹੀਂ, ਪਰ ਮੀਡੀਆ ਆ ਉਹਨਾਂ ਨੂੰ ਚਾਹੀਦਾ ਸਾਰੀ ਇਨਵੈਸਟੀਗੇਸ਼ਨ ਕਰਕੇ। ਅਰਦਾਸ ਇਹ ਦੁੱਖ ਨਾਲ ਗੱਲ ਕਹਿਣੀ ਚਾਹੁੰਦਾ ਹੈ, ਜਿਹੜਾ ਇਨਵੈਸਟੀਗੇਸ਼ਨ ਕਰਨ ਤੋਂ ਬਗੈਰ ਇਹੋ ਜਿਹਾ ਵੱਡਾ ਇਲਜ਼ਾਮ ਮਹਾਂਪੁਰਖਾਂ 'ਤੇ ਲਾਇਆ ਜਿਹੜੇ ਪ੍ਰਚਾਰ ਕਰਦੇ ਹਨ, ਆਪਾਂ ਆਪਣੇ ਬੱਚਿਆਂ ਨੂੰ ਕਹਿੰਦੇ ਉਹ ਨਹੀਂ ਮੰਨਦੇ, ਉਹਨਾਂ ਹੀ ਚੈਨਲਾਂ 'ਤੇ ਬੈਠ ਕੇ ਕਈ ਮੇਰੇ ਜਿਹੜੇ ਪ੍ਰਜੈਂਟਰ ਗੁਰੂ ਗ੍ਰੰਥ ਸਾਹਿਬ ਵਿੱਚ ਬੁੱਕ ਦੱਸਦੇ ਹਨ, ਉਹਨਾਂ ਹੀ ਚੈਨਲਾਂ 'ਤੇ ਬੈਠ ਕੇ ਕੁਛ ਪ੍ਰਜੈਂਟਰ ਇਹ ਕਹਿ ਰਹੇ ਹਨ ਜਿਹੜੇ ਕਾਸੇਵਾਲ ਦੇ ਕਾਰਨ ਛਿੱਤਰਾਂ ਦੇ ਖਾਪ ਹੋਣੇ ਚਾਹੀਦੇ ਹੋਇਆ, ਉਹਨਾਂ ਦੀ ਕਦੇ ਪੁੱਛਗਿੱਛ ਨਹੀਂ ਹੋਈ, ਕਦੇ ਉਹਨਾਂ ਨੂੰ ਮੀਡੀਆ ਸਾਹਮਣੇ ਮਾਫ਼ੀ ਨਹੀਂ ਮੰਗਾਈ, ਜਾਂ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਗਿਆ ਟੀਮ 'ਚੋਂ ਜਿਹੜੇ ਗੁਰੂ ਚਾਨਾਂ ਨਾਲ ਜੋੜਦੇ ਹਨ, ਉਹਦੇ ਵੱਡੇ ਵੱਡੇ ਇਲਜ਼ਾਮ ਲਾਉਣ ਵਾਸਤੇ ਕਦੇ ਵੀ ਇੱਕ ਮਿੰਟ ਵੀ ਸੋਚ ਵਿਚਾਰ ਨਹੀਂ ਕੀਤੀ ਕਿ ਅਸੀਂ ਇਹ ਗੱਲ ਕਰੀਏ, ਇਹਦੇ ਹੱਥਾਂ ਕਰੀਏ, ਪੁਸ਼ਟ ਪਾਠ ਕਰੀਏ। ਸੋ ਆਪਾਂ ਨੂੰ ਸਾਰਾ ਸਟੇਟ ਹੋਣਾ ਚਾਹੀਦਾ ਹੈ, ਉਹਨਾਂ ਦੇ ਨਾਲ ਮੁੱਢਾ ਮੁੱਢਾ ਲਾ ਕੇ ਚੱਲਣਾ ਚਾਹੀਦਾ ਹੈ, ਜਦੋਂ ਸਿੱਖੀ ਦਾ ਪ੍ਰਚਾਰ ਹੋਵੇ ਉਹ ਗੁਰੂ ਵਾਲੇ ਬਣ ਕੇ ਆਪਾਂ ਭਾਵੀ ਬਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਆਂ ਨੇ ਕਾਫੀ ਵਿਚਾਰਾਂ ਕੀਤੀਆਂ ਕਿ ਜਿਨ੍ਹਾਂ ਨੇ ਸੰਤ ਰਣਜੀਤ ਸਿੰਘ ਹੋਣਾ ਤੇ ਦੋਸ਼ ਲਾਇਆ ਤੇ ਮੀਡੀਆ ਨੇ ਕੀ ਰੋਲ ਨਿਭਾਇਆ ਹੈ, ਤੇ ਆਪਾਂ ਨੂੰ ਇਹੋ ਹੀ ਸੋਚਣਾ ਚਾਹੀਦਾ ਕਿ ਜਿਹੜੇ ਲੀਡਰ ਸਿੰਘ ਅੱਜ ਦਾ ਭਾਈ ਰਣਜੀਤ ਸਿੰਘ ਉਹਨਾਂ ਨੇ ਫੋਨ ਕੀਤਾ ਉਸ ਵੇਲੇ, ਦਾਸ ਨੇ ਅਗਲੇ ਦਿਨ ਵੀ ਫੋਨ ਕੀਤਾ ਸੀਗਾ ਅਤੇ ਬੇਨਤੀ ਵੀ ਨਾਲ ਕੀਤੀ ਸੀ ਕਿ ਤੁਹਾਨੂੰ ਪੁੱਛਗਿੱਛ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਅਸੀਂ ਪੁੱਛਗਿੱਛ ਕੀਤੀ, ਅਸੀਂ ਅਵੇਅਰ ਕਰਦੇ ਹਾਂ, ਅਤੇ ਦਾਸ ਨੇ ਦੋ ਐਗਜਾਂਪਲਾਂ ਉਹਨਾਂ ਨੂੰ ਦਿੱਤੀਆਂ ਸੀ, ਉਹਨਾਂ ਨੂੰ ਪਤਾ ਹੈ, ਮੈਨੂੰ ਵੀ ਪਤਾ, ਅਸੀਂ ਵੀ ਪੁੱਛ ਸਕਦੇ। ਮੈਂ ਕਿਹਾ ਵੀ ਦੋ ਬੰਦੇ ਤੁਹਾਡੇ ਕੋਲ ਆ, ਉਹਨਾਂ ਦੀ ਵੀ ਇਨਵੈਸਟੀਗੇਸ਼ਨ ਕਰਾ ਲਓ, ਕਰੋਨਾ ਵੀ ਹੈਗੇ, ਪੇਪਰਾਂ ਵਿੱਚ ਵੀ ਆਏ ਹੋਰ ਜਿੱਥੇ ਹੋਰ ਲੱਗ ਰਹੇ ਨੇ। ਜੇ ਆਪਾਂ ਇਸ ਤਰ੍ਹਾਂ ਸਾਰੇ ਜਿੱਦਾਂ ਰਣਜੀਤ ਸਿੰਘ ਉਹਨਾਂ ਨੇ ਕੀਤਾ, ਤੁਸੀਂ ਵੀ ਜਾ ਕੇ ਆਪਣੇ ਮਨ ਬੇਨਤੀ ਕਰੋਗੇ ਤੇ ਮੇਰਾ ਖਿਆਲ ਗਾਂਹ ਵਾਸਤੇ ਮੀਡੀਆ ਜਿਹੜਾ ਆ ਉਹ ਇੱਥੋਂ ਅਵੇਅਰ ਹੋ ਜਾਊਗਾ। ਤੇ ਬਾਕੀ ਮਹਾਂਪੁਰਖਾਂ ਨੂੰ ਵੀ ਬੇਨਤੀ ਆ ਕਿ ਗੁਰੂ ਸਾਹਿਬ ਦੀ ਆਪਾਂ ਕਥਾ ਸੁਣੀ ਆ, ਦਾਸ ਨੇ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਤੋਂ ਕਥਾ ਸੁਣੀ, ਕਹਿੰਦੇ ਵੀ ਜਿਹੜਾ ਸ਼ੇਰਨੀ ਦਾ ਦੁੱਧ ਆ ਨਾ ਉਹ ਸੋਨੇ ਦੇ ਭਾਂਡੇ ਤੋਂ ਬਿਨਾਂ ਟਿਕ ਨਹੀਂ ਸਕਦਾ, ਇਸ ਕਰਕੇ ਜਿਹੜੀ ਸਾਧ ਸੰਗਤ ਦੀ ਵਡਿਆਈ ਆ ਇਹ ਸ਼ੇਰਨੀ ਦੇ ਦੁੱਧ ਤੋਂ ਵੀ ਪਾਵਰਫੁਲ ਆ, ਸ਼ਕਤੀਸ਼ਾਲੀ ਆ। ਇਹਨੂੰ ਸੰਭਾਲਣ ਵਾਸਤੇ ਜਿੱਦਾਂ ਆਪਾਂ ਕੋਈ ਮਕਾਨ ਜਦੋਂ ਉੱਚਾ ਚਲ ਜਾਂਦਾ ਨਾ ਵੱਡਾ, ਉਹਦੀ ਨੀਂਦ ਆ ਬਹੁਤ ਫਿਕਰ ਹੁੰਦਾ ਵੀ ਨੀਂਦ ਕਿੱਡੀ ਵਧੀਆ ਹੋਣੀ ਚਾਹੀਦੀ ਆ। ਤੇ ਜਿਹੜੇ ਵੱਡੇ ਵੱਡੇ ਕੱਠ ਹੁੰਦੇ ਇੰਨੀ ਸੰਗਤ ਦਾ ਉੱਤੇ ਉਹ ਬਹੁਤ ਜ਼ਿਆਦਾ ਸਿਕਿਉਰਿਟੀ ਕਹਿ ਲਓ ਜਾਂ ਮਹਾਰਾਜ ਦੀ ਬਖਸ਼ਿਸ਼ ਕਹਿ ਲਓ ਜਾਂ ਆਪਣੀ ਸੰਗਤ ਜਿਹੜੀ ਹੁੰਦੀ ਜਥੇਬੰਦੀਆਂ ਹੁੰਦੀਆਂ ਜਿਹੜੀਆਂ ਹੋ ਕੇ ਲੜਦੀਆਂ ਸੰਗਤ ਮਗਰ ਆ, ਭਾਵੇਂ ਜਿਹੜੇ ਲੀਡਰਸ਼ਿਪ ਦੇ ਵਿੱਚ ਕੋਈ ਨਾ ਕੋਈ ਅਦਰਾਪਤੀ ਹੁੰਦੀ ਆ, ਉਹਨਾਂ ਦੇ ਨਾਲ ਨੰਗੇ ਧਿਰ ਕੱਢ ਕੇ ਖੜਨਾ ਚਾਹੀਦਾ ਜ਼ਰੂਰੀ। ਇਸ ਕਰਕੇ ਕਿਉਂਕਿ ਜਦੋਂ ਆਪਾਂ ਕਿਤੇ ਖਾਲਿਸਤਾਨੀਆਂ ਨੂੰ ਵੀ ਕਈ ਸਾਡੇ, ਮੈਂ ਇੱਕ ਬਾਬੇ ਦੀ ਨਹੀਂ ਗੱਲ ਕਰਦਾ, ਇੰਡੀਆ 'ਚ ਜਾ ਕੇ ਸਾਡੇ ਕੋਲ ਸਬੂਤ ਹੈਗੇ ਆ ਖਾਲਿਸਤਾਨੀਆਂ ਨੂੰ ਜਾ ਕੇ ਜੀ ਪੈਸੇ ਇਕੱਠੇ ਕਰਕੇ ਖਾਲਸਾ ਦੇ ਨਾਅਰੇ ਲਾਉਂਦੇ, ਇੱਦਾਂ ਉਹ ਵੀ ਚੀਜ਼ ਗਲਤ ਗੱਲ ਆ। ਫਿਰ ਵੀ ਕਹਿੰਦੇ ਜੀ ਝੂਠੇ ਆ, ਤੇ ਆਪਣੇ ਜਦੋਂ ਇੱਦਾਂ ਕਹਿੰਦੇ ਆ ਜਿਹੜੀ ਦੁਸ਼ਮਣ ਧਿਰ ਆ ਉਹ ਕਹਿੰਦੇ ਜੀ ਵੀ ਬਾਬੇ ਵੀ ਇੱਦਾਂ ਕਹਿਣ ਲੱਗ ਗਏ ਆ, ਇਹਦਾ ਮਤਲਬ ਵੀ ਇਹ ਉਹਨਾਂ ਨੇ ਉਹਨਾਂ ਦੀ ਬਣਦੀ ਨਹੀਂ, ਉਹਦੇ ਨਾਲ ਆਪ ਆਪਾਂ ਨੁਕਸਾਨ ਕਰਦੇ ਆ ਆਪਣਾ। ਕਿਉਂਕਿ ਆਪਾਂ ਨੂੰ ਦਾਸ ਸ਼ੁਰੂ ਤੋਂ ਕਹਿੰਦਾ ਜਦੋਂ ਜਥੇਬੰਦੀਆਂ ਨਾਲ ਆਪੇ ਇੱਕ ਦੂਜੇ ਨਾਲ ਆਪਾਂ ਵੱਧ ਘੱਟ ਵੀ ਕਰ ਲਈਏ, ਪਰ ਸਦਾ ਹੀ ਹਮੇਸ਼ਾ ਜਥੇਬੰਦੀਆਂ ਨਾਲ ਚੱਲੀਦਾ ਆ, ਤੇ ਜਥੇਬੰਦੀਆਂ ਨਾਲ ਚੱਲਦਿਆਂ ਹੋਇਆਂ ਆਪਾਂ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ੂਗਾ। ਤੇ ਮੀਡੀਆ ਜਿਹੜਾ ਵੀ ਕੋਈ ਗੱਲ ਕਰਦਾ ਉੱਥੇ ਤੁਸੀਂ ਜਾ ਕੇ ਉਹਨਾਂ ਨਾਲ ਵਿਚਾਰ ਕਰਕੇ ਜ਼ਿੰਮੇਵਾਰ, ਭਾਈ ਰਣਧੀਰ ਸਿੰਘ ਹੋਣ ਨਹੀਂ, ਤੁਸੀਂ ਵੀ ਜਾ ਕੇ ਉਹਨਾਂ ਨਾਲ ਕਰ ਲਿਆ ਕਰੋ, ਹਾਂ ਗੱਲ ਜਿਹੜੀ ਸੱਚੀ ਆ ਮੋਹਰੇ ਆ ਜਾਓ, ਪਰ ਇੱਕਦਮ ਨਹੀਂ ਬਿਨਾਂ ਮਤਲਬ ਜੇ ਕਿਸੇ ਨੇ ਐਪਲੀਕੇਸ਼ਨ ਪਾਈ ਹੈ ਤਾਂ ਉਹਦੇ ਉੱਤੇ ਹੋਰ ਜੇ ਫਾਂਸੀ ਚੜਾ ਦਿਓ, ਇਹ ਵੀ ਚੀਜ਼ ਦੇ ਅਸੀਂ ਬਿਲਕੁਲ ਹੱਥ ਨਹੀਂ, ਉਹਦੇ ਨਾਲ ਆਪਣਾ ਪ੍ਰਚਾਰ ਨੂੰ ਢਾਲ ਲੱਗਦੀ ਹੈ। ਬਾਕੀ ਇੱਕ ਦੋ ਜੇ ਆਪਾਂ ਨੂੰ ਕਿ ਬਾਬੇ ਨਾ ਕਹਾਓ, ਸੰਤ ਨਾ ਕਹਾਓ, ਗੁਰੂ ਤੇ ਆ ਰਹੇ ਹੋ ਬਾਅਦ 'ਚ ਮਰਿਆ ਤੋਂ ਉਹਦੀ ਨਹੀਂ, ਆਪਾਂ ਕਹਿੰਦੇ ਜੇ ਹੁਣ ਕਿਸੇ ਡਾਕਟਰ ਨੂੰ ਕਹੀਏ ਵੀ ਇਹਨੂੰ ਡਾਕਟਰ ਨਾ ਕਹੋ, ਇਹਨੂੰ ਆਹ ਨਾ ਕਹੋ, ਇਹ ਮਰ ਜੂਗਾ ਫੇਰ ਕਹਾਂਗੇ, ਨਹੀਂ ਸਾਧ ਸੰਗਤ ਜੀ, ਜਿਹੜਾ ਜਿਉਂਦਾ ਹੀ ਆ ਉਹ ਵੀ ਸੰਤ ਹੋ ਸਕਦਾ, ਬਾਬਾ ਵੀ ਉਹਨਾਂ ਹੀ ਲਫ਼ਜ਼ ਮਤਲਬ ਉਹ ਉਸੇ ਤਰ੍ਹਾਂ ਦਾ ਹੀ ਆ, ਭਾਈ ਸਾਹਿਬ ਵੀ ਉਸੇ ਤਰ੍ਹਾਂ ਦਾ ਲਫ਼ਜ਼ ਹੀ ਆ, ਸਤਿਗੁਰੂ ਕਹਿੰਦੇ ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰਾ ਸਤਿਗੁਰ ਪੂਰਾ, ਫਿਰ ਸਤਿਗੁਰੂ ਘੁੰਮਣ ਲੱਗ ਪਊਗਾ ਵੀ ਗੁਰੂ ਕਹਿੰਦੇ ਖਾਲਸਾ ਸਤਿਗੁਰੂ ਹੋ ਸਕਦਾ। ਵਡਿਆਈ ਹੈ ਇਹ, ਵਡਿਆਈ ਦੀਆਂ
ਆਪਾਂ ਨੂੰ ਚੀਜ਼ਾਂ ਇਹਨਾਂ ਦਾ ਕਰਕੇ ਆਪਣੇ ਜਿਹੜੇ ਦੁਸ਼ਮਣ ਆਪਣੇ ਘਰ ਹੁੰਦੇ ਆ। ਇਸ ਕਰਕੇ ਜੇ ਮਹਾਂਪੁਰਖਾਂ ਨੂੰ ਆਪਾਂ ਚੰਗਿਆਂ ਨੂੰ ਬਚਾਉਣਾ ਤਾਂ ਉੱਥੇ ਲੀਡਰਸ਼ਿਪ ਦੀ ਪੂਰੀ ਇਮਾਨਦਾਰੀ ਦੇ ਨਾਲ ਇੱਕਦਮ ਇਨਵੈਸਟੀਗੇਸ਼ਨ। ਜੇ ਦੂਜਾ ਕਰ ਜਾਂਦਾ ਆਪਾਂ ਨੂੰ ਕੋਈ ਫਿਕਰ ਨਹੀਂ ਵੀ ਕਰ ਗਿਆ, ਤੁਸੀਂ ਇਨਵੈਸਟੀਗੇਸ਼ਨ ਕਰਕੇ ਤੁਸੀਂ ਚੜ੍ਹਦੀ ਕਲਾ ਵਿੱਚ ਉਹਦਾ ਸਬੂਤ ਦਿਓ, ਹੁਣ ਤੁਹਾਡਾ ਤੁਸੀਂ ਕਿਹਾ ਕਾਲਾਂ ਆਈਆਂ ਬਾਹਰੋਂ ਕਿ ਸੰਗਤਾਂ ਨੂੰ ਪਤਾ ਲੱਗ ਗਿਆ ਵੀ ਲੀਡਰਸ਼ਿਪ ਬੈਠੀ ਆ ਤੇ ਆਪਣੀ ਗਾਂਹ ਕਿਸੇ ਨਾਲ ਦਸ ਬੰਦੇ, ਕਿਸੇ ਨਾਲ ਸੌ, ਕਿਸੇ ਨਾਲ ਦਸ ਹਜ਼ਾਰ, ਆਪਣੇ ਇਹਨਾਂ ਗੱਲਾਂ ਕਰਨੀਆਂ ਤੇ ਆਪਾਂ ਜਦੋਂ ਸਾਰਿਆਂ ਨੂੰ ਪ੍ਰੋਗਰਾਮ ਦੇ ਦੋ ਚੜ੍ਹਦੀ ਕਲਾ ਹੋ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਅੱਜ ਸੰਤ ਰਣਜੀਤ ਸਿੰਘ ਦੀ ਟੱਪਿਆਂ ਵਾਲੇ, ਉਹਨਾਂ ਤੇ ਜੋ ਦੂਸ਼ਣਬਾਜ਼ੀ ਹੋਈ ਆ ਉਹਦੇ ਸੰਬੰਧ ਦੇ ਵਿੱਚ ਮੀਡੀਆ ਦਾ ਕਿਰਦਾਰ ਕੀ ਹੋਣਾ ਚਾਹੀਦਾ ਤੇ ਕੀ ਹੋਇਆ ਇਹਦੇ ਸੰਬੰਧ ਵਿੱਚ ਗੱਲ ਕੀਤੀ ਆ। ਪਰ ਨਾਲ ਜਿਹੜੇ ਬਹੁਤ ਸਾਰੇ ਪੱਖ ਉਜਾਗਰ ਹੋਏ ਨੇ ਕਿ ਆਪਾਂ ਸੰਤਾਂ ਨੂੰ ਨਾ ਵੰਡੀਏ, ਆਪਾਂ ਸਿੱਖੀ ਨੂੰ ਨਾ ਵੰਡੀਏ, ਆਪਾਂ ਪੰਥ ਨੂੰ ਨਾ ਵੰਡੀਏ, ਆਪਾਂ ਇੱਕ ਹੋਈਏ। ਵੱਡੀ ਗੱਲ ਇਹ ਹੈ ਜਦੋਂ ਆਪਾਂ ਇੱਕ ਹੋ ਗਏ ਤਾਂ ਸਾਡੇ ਦੁੱਖ ਸੁੱਖ ਸਾਂਝੇ ਹੋਣਗੇ, ਸਾਡੀ ਇੱਜ਼ਤ ਸਾਂਝੀ ਹੋਊਗੀ, ਸਾਡੇ ਹੱਕ ਸਾਂਝੇ ਹੋਣਗੇ।